ये है आपका अपना सबरंग 94.7 FM। जी स्वागत है जी सबरंग रेडियो 94.7 FM ਦੇ ਸਾਰੇ ਲਿਸਨਰਸ ਦਾ। ਰਾਜ ਤੇ ਪੰਗਲ ਸਾਹਿਬ ਅੱਜ ਸਾਡੇ ਨਾਲ ਪਹੁੰਚੇ ਨੇ। ਤਕਰੀਬਨ ਤੋਂ ਰੱਖਿਆ 96 ਤੋਂ ਲੈ ਕੇ ਲਾਅ ਕਰ ਰਹੇ ਹਾਂ ਬਟ ਕੁਆਲੀਫਾਈ ਸੀ 2002 ਚ ਹੋਇਆ ਸੋ ਮੈਂ ਲਾਅਰ ਬਣੇ ਨੂੰ ਮੈਨੂੰ 12 ਸਾਲ। ਠੀਕ ਹੈ ਜੀ। ਸੋ 12 ਸਾਲ ਤੋਂ ਤੁਸੀਂ ਲਾਅ ਦੀ ਪ੍ਰੈਕਟਿਸ ਕਰ ਰਹੇ ਹੋ ਤੇ ਸੁਪਰੀਮ ਕੋਰਟ ਆਫ ਯੂਕੇ ਦੇ ਵਿੱਚ ਵੀ ਤੁਸੀਂ ਯੂਕੇ ਕਹਿੰਦੇ ਨੇ। ਹਾਂਜੀ ਹਾਂਜੀ ਉਹਦੇ ਵਿੱਚ ਵੀ ਤੁਸੀਂ ਕਹਿੰਦੇ ਪ੍ਰੈਕਟਿਸ ਕਰ ਰਹੇ ਹੋ। ਹਾਂਜੀ ਬਹੁਤ ਮਾਣ ਵਾਲੀ ਗੱਲ ਹੈ। ਬਹੁਤ ਘੱਟ ਆਪਣੇ ਲਾਅਰ ਹੋਣੇ ਜਿਹੜੇ ਸੁਪਰੀਮ ਕੋਰਟ ਦੇ ਵਿੱਚ ਪ੍ਰੈਕਟਿਸ ਕਰਦੇ ਹੋਣੇ। ਮੈਂ ਕਾਫੀ ਆ ਬਟ ਕਿਉਂਕਿ ਜਿਹੜਾ ਵੀ ਬੰਦਾ ਵਕੀਲ ਬਣਦਾ ਉਹਨੂੰ ਸੁਪਰੀਮ ਕੋਰਟ ਦਾ ਦਿੱਤਾ ਕੰਮ ਕਰਨਾ ਪੈਂਦਾ। ਸੋ ਉਹਦੇ ਵਿੱਚ ਆਮ ਤੌਰ ਤੇ ਸੋਲਿਸਟਰ ਸੁਪਰੀਮ ਕੋਰਟ ਆਫ ਇੰਗਲੈਂਡ ਐਂਡ ਵੇਲਸ ਸਕਾਟਲੈਂਡ ਦੀ ਅਸੀਂ ਵਿੱਚ ਕਹਿੰਦੇ ਹੁੰਦੇ ਉਹਨਾਂ ਦਾ ਅਲੱਗ ਉਹਨਾਂ ਦੇ ਵਕੀਲ ਹੈਗੇ ਆ ਬਟ ਇਮੀਗ੍ਰੇਸ਼ਨ ਸਿਸਟਮ ਇੰਗਲੈਂਡ ਸਕਾਟਲੈਂਡ ਵੇਲਸ ਨਾਰਥਨ ਆਇਲੈਂਡ ਦਾ ਸਾਰੇ। ਠੀਕ ਹੈ ਜੀ। ਤੁਸੀਂ ਇੱਕ ਬੜੀ ਵਧੀਆ ਗੱਲ ਵੀ ਵਿੱਚ ਛੇੜੀ ਹੈ ਸਕਾਟਲੈਂਡ ਦੀ, ਉਹਦੇ ਤੇ ਵੀ ਆਪਾਂ ਥੋੜੀ ਜਿਹੀ ਗੱਲਬਾਤ ਤੁਹਾਡੇ ਨਾਲ ਕਰਾਂਗੇ ਬਾਅਦ ਚ ਅੱਗੇ ਚੱਲ ਕੇ, ਪਰ ਪਹਿਲਾਂ ਥੋੜੀ ਜਿਹੀ ਕਲੈਰੀਫਿਕੇਸ਼ਨ ਮੈਂ ਜ਼ਰੂਰ ਚਾਹਾਂਗਾ। ਹਾਂਜੀ ਕਿਉਂਕਿ ਜਿਵੇਂ ਤੁਸੀਂ ਦੱਸਿਆ ਕਿ ਜਿਵੇਂ ਤੁਸੀਂ ਐਜ਼ ਅ ਲਾਇਰ ਪ੍ਰੈਕਟਿਸ ਕਰਦੇ ਹੋ ਜੋ ਆਰ ਟੂ ਕੀ ਇਹ ਮੈਂਬਰ ਐਟ ਐਸੋਸੀਏਟ ਮੈਂਬਰ ਆਫ ਦਾ ਸੁਪਰੀਮ ਕੋਰਟ ਵਿਚ ਵੇਅਰ ਯੂ ਹੈਵ ਟੂ ਪ੍ਰੈਕਟਿਸ ਇਟ, ਬਟ ਇਮੀਗ੍ਰੇਸ਼ਨ ਪਰਪਸ ਵਾਸਤੇ ਯੂ ਆਰ ਨਾਟ ਬਾਊਂਡ ਟੂ ਗੋ ਟੂ ਦਾ ਮਤਲਬ ਫਾਰ ਸਕਾਟਲੈਂਡ ਐਂਡ ਅਦਰ ਡੋਮੇਨ ਆਫ ਦਿਸ ਯੂ ਕੇ, ਯੂ ਨੀਡ ਨਾਟ ਟੂ ਬੀ ਦਾ ਮੈਂਬਰ ਆਫ ਦਾ ਸੁਪਰੀਮ ਕੋਰਟ ਆਰ ਦੇ ਹੈਵ ਦੇਅਰ ਓਨ ਸੁਪਰੀਮ ਕੋਰਟ। ਸਕਾਟਲੈਂਡ ਦੀ ਅਲੱਗ ਕੋਰਟ ਹੁੰਦੀ ਹੈ, ਆਇਰਲੈਂਡ ਯੂ ਕੇ ਚ ਆਉਂਦਾ ਨਹੀਂ। ਸੋ ਆਇਰਲੈਂਡ ਜਿਹੜਾ ਮੇਨਲੈਂਡ ਹੈ ਉਹਨਾਂ ਦੀ ਅਲੱਗ ਇਮੀਗ੍ਰੇਸ਼ਨ ਦੀ ਸਿਸਟਮ ਹੈਗੀ ਹੈ ਤੇ ਯੂ ਕੇ ਦਾ ਸਕਾਟਲੈਂਡ ਦੀ ਉਹਨਾਂ ਦੀ ਕੋਰਟਸ ਅਲੱਗ ਹੈ ਪਰ ਇਮੀਗ੍ਰੇਸ਼ਨ ਸਿਸਟਮ ਇੰਗਲੈਂਡ ਤੇ ਵੇਲਸ ਵਾਲੀ ਸੇਮ। ਹਾਂਜੀ ਤੇ ਉਹਦੇ ਵਿੱਚ ਉਹਨਾਂ ਦੇ ਵਕੀਲ ਵੱਖਰੇ ਆ, ਉਹਨਾਂ ਦੇ ਕੋਰਟਸ ਵੱਖਰੇ ਆ ਸਕਾਟਲੈਂਡ। ਤੇ ਤੁਸੀਂ ਸਿਰਫ ਇਮੀਗ੍ਰੇਸ਼ਨ ਨੂੰ ਹੀ ਡੀਲ ਕਰਦੇ ਹੋ ਜਾਂ ਇਸ ਤੋਂ ਇਲਾਵਾ ਵੀ ਕੁਝ? ਮੈਂ ਜੀ ਸਿਰਫ ਇੱਕੋ ਹੀ ਰੱਖਿਆ ਇਮੀਗ੍ਰੇਸ਼ਨ ਦੇ ਵਿੱਚ ਤੇ ਸੁੱਖ ਨਾਲ ਸਾਡੇ ਮੈਂ ਜ਼ਿਆਦਾ ਪੰਜਾਬੀਆਂ ਨਾਲ ਹੀ ਡੀਲ ਕਰਦਾ ਹਾਂ। ਠੀਕ ਹੈ। ਤੇ ਸਾਡੇ ਇਮੀਗ੍ਰੈਂਟਸ ਹੀ ਇੰਨੇ ਆ ਇੰਗਲੈਂਡ ਦੇ ਵਿੱਚ, ਉਹਨਾਂ ਨੇ ਉੱਧਰ ਕਿਤੇ ਜਾਣ ਹੀ ਨਹੀਂ ਦਿੱਤਾ ਤੇ ਉੱਧਰ ਕਿਸੇ ਪੰਜਾਬੀ ਦੋਨੋਂ ਸਾਈਡ ਦੇ। ਬਿਲਕੁਲ ਜੀ। ਸਾਡੇ ਤਕਰੀਬਨ ਕਾਫੀ ਪੰਜਾਬੀ ਆ ਇੰਗਲੈਂਡ ਵਿੱਚ ਤੇ ਕਿਉਂਕਿ ਈਸਟ ਐਂਡ ਵੈਸਟ ਪੂਰਾ ਜਿਹੜਾ ਗ੍ਰੇਟਰ ਪੰਜਾਬ ਹੈ ਸਾਰੇ ਹੀ ਪੰਜਾਬੀ, ਸਾਰੇ ਪੰਜਾਬੀ ਆ ਜੀ। ਸਾਰੇ ਪਾਕਿਸਤਾਨੀ ਪੰਜਾਬੀ ਵੀ ਹੋ ਗਏ, ਮਤਲਬ ਇੱਧਰ ਇੰਡੀਆ ਦੇ ਪੰਜਾਬੀ ਵੀ ਹੋ ਗਏ, ਸ਼੍ਰੀਲੰਕਨ ਬੰਗਲਾਦੇਸ਼ ਜ਼ਿਆਦਾ ਤੋਂ ਜ਼ਿਆਦਾ ਇੰਡੀਆ ਪੰਜਾਬ ਤੋਂ ਲੋਕ ਅਸੀਂ ਡੀਲ ਕਰਦੇ ਹਾਂ ਜੀ। ਸੋ ਪੰਗਾ ਸਾਹਿਬ ਆ ਗੱਲ ਕਰ ਰਹੇ ਸੀ ਤੁਸੀਂ ਉੱਥੇ ਦੇ ਜੰਪਾ ਲਓ ਉੱਥੇ ਹੀ ਪੜ੍ਹਾਈ ਕੀਤੀ ਸੁਪਰੀਮ ਕੋਰਟ ਚ ਕਰਦੇ ਹੋ, ਇਸ ਤੋਂ ਇਲਾਵਾ ਤੁਸੀਂ ਇਮੀਗ੍ਰੇਸ਼ਨ ਦੀ ਪ੍ਰੈਕਟਿਸ ਦੇ ਨਾਲ ਨਾਲ ਬਹੁਤ ਵਧੀਆ ਇੱਕ ਜਿਹਨੂੰ ਕਹਿੰਦੇ ਆ ਵੀ ਮੀਡੀਆ ਪਰਸਨ ਵੀ ਹੋ, ਕਾਫੀ ਇੰਟਰਸਟਿੰਗ ਤੁਹਾਡੇ ਸ਼ੋਜ਼ ਵੀ ਨੇ ਤੇ ਪਲੱਸ ਤੁਸੀਂ ਵੱਖਰੇ ਵੱਖਰੇ ਮੀਡੀਆ ਦੇ ਉੱਤੇ ਵੀ ਜਾਂਦੇ ਰਹਿੰਦੇ ਹੋ, ਥੋੜਾ ਸਾਨੂੰ ਉਹਦੇ ਬਾਰੇ ਵੀ ਅਪਡੇਟ ਦਿਓ ਵੀ ਕਿਹੜੇ ਕਿਹੜੇ ਸ਼ੋਅ ਤੁਹਾਡੇ ਕਿਦੋਂ ਕਿਦੋਂ ਚੱਲਦੇ ਨੇ ਜਾਂ ਕਿਸ ਤਰੀਕੇ ਨਾਲ, ਉਹਦੇ ਬਾਰੇ ਥੋੜੀ ਜਿਹੀ ਇਨਫੋਰਮੇਸ਼ਨ ਸ਼ੇਅਰ। ਐਕਚੁਅਲੀ ਕੁਦਰਤੀ ਸਰਾ ਹੋਇਆ ਸੀ ਕਿਉਂਕਿ ਇੱਕ ਸ਼ੁਰੂ ਰੇਡੀਓ ਤੋਂ ਹੀ ਹੋਇਆ, ਕਿਉਂਕਿ ਇੱਕ ਦਿਨ ਮੈਂ ਰੇਡੀਓ ਤੇ ਇੰਟਰਵਿਊ ਕਰਨ ਗਿਆ ਸੀਗਾ ਤੇ ਮੈਂ ਕਿਹਾ ਇਮੀਗ੍ਰੇਸ਼ਨ ਬਾਰੇ ਗੱਲਬਾਤ ਕਰ ਲੈਂਦੇ ਹਾਂ। ਜਦੋਂ ਇਮੀਗ੍ਰੇਸ਼ਨ ਦਾ ਨਾਂ ਲਿਆ ਉਹ ਜੀ ਫੋਨ ਲਾਈਨਾਂ ਫਲੈਸ਼ ਹੋਣ ਲੱਗੀਆਂ ਤੇ ਪ੍ਰੈਜ਼ੈਂਟਰ ਕਹਿੰਦੇ ਕਿ ਫੋਨ ਲਾਈਨਾਂ ਫਲੈਸ਼ ਹੋਣੀਆਂ, ਕਾਲਰਾਂ ਦੇ ਸਵਾਲ ਆ ਜੀ ਜੀ, ਤੇ ਮੈਂ ਕਿਹਾ ਜੀ ਠੀਕ ਹੈ ਜਵਾਬ ਦੇ ਦਿੰਦੇ ਹਾਂ। ਸੋ ਔਨ ਏਅਰ ਅਸੀਂ ਕਾਲਸ ਲੈਣ ਲੱਗ ਤੋ ਉਹ ਕਾਲਾਂ ਹੀ ਨਹੀਂ ਹਟੀਆਂ। ਸੋ ਉਹਦੇ ਵਿੱਚ ਮੇਰਾ ਖਿਆਲ ਇੱਕ ਘੰਟੇ 'ਚ ਅਸੀਂ 20-30 ਕਾਲਾਂ ਭੁਗਤਾ ਦਿੱਤੀਆਂ ਤੇ ਉਹਦੇ ਵਿੱਚ ਫਿਰ ਔਰ ਕਾਲ ਪ੍ਰੈਜ਼ੈਂਟਰ ਕਹਿੰਦਾ ਕਿ ਹਜਾਬ ਤੂੰ ਫਿਰ ਹਰ ਹਫ਼ਤੇ ਆਇਆ ਕਰ। ਮੈਂ ਕਿਹਾ ਹਰ ਹਫ਼ਤੇ ਕੀ ਜ਼ਰੂਰਤ ਪਊਗੀ, ਪਟਕੋਗੇ ਨਹੀਂ ਕਿ ਇਨਫੋਰਮੇਸ਼ਨ ਮਿਲਦੀ ਹੈ ਜੀ। ਸੋ ਹਰ ਹਫ਼ਤੇ ਤੋਂ ਰੇਡੀਓ ਤੋਂ ਸ਼ੁਰੂ ਕਰਕੇ ਫਿਰ ਮੈਂ ਸੋਚਿਆ ਕਿ ਜੀ ਹੁਣ ਟੀਵੀ ਤੇ ਮੇਰਾ ਇੰਟਰਵਿਊ ਹੋਇਆ ਸੀ ਤੇ ਮੈਂ ਕਿਹਾ ਇਹੀ ਕੰਮ ਤਾਂ ਮੈਂ ਟੀਵੀ ਤੇ ਵੀ ਕਰ ਸਕਦਾ। ਬਿਲਕੁਲ। ਤੇ ਫਿਰ ਮੈਂ ਟੀਵੀ ਦੇ ਮੋਰੇ ਜੀ ਕੈਮਰੇ ਦੇ ਮੋਰੇ ਆਪ ਬਹਿਣਾ ਹੁੰਦਾ, ਫੋਨ ਲਾਈਨ ਖੋਲ ਦਿੰਦਾ ਹੁੰਦਾ ਤੇ ਉਹਦੇ ਵਿੱਚ ਜੋ ਸੰਗਤਾਂ ਨੂੰ ਸਵਾਲ ਹੁੰਦੇ ਉਹਨਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰੀਦੀ ਹੈ। ਬਟ ਸਾਡਾ ਇਹ ਹੁੰਦਾ ਕਿ ਜੀ ਇਹ ਨਹੀਂ ਕਿ ਸਾਰਿਆਂ ਨੂੰ ਗੱਪ ਮਾਰਨੀ ਆ, ਜਦ ਅਸੀਂ ਕਹੀ ਜਾਂਦੇ ਕਿ ਮੁੰਡੇ ਦੇ ਹੀ ਆਈ ਦੇ ਸਾਰਿਆਂ ਨੂੰ, ਬਿਲਕੁਲ ਸਾਡਾ ਹੁੰਦਾ ਕਿ ਜੀ ਸਹੀ ਦੱਸੀਏ ਅਸੀਂ ਲੋਕਾਂ ਨੂੰ ਕੀ ਕੰਮ ਹੋ ਸਕਦਾ ਕੀ ਨਹੀਂ, ਟ੍ਰਾਂਸਪੇਰੈਂਟ ਰਵੇ ਸਿਸਟਮ। ਬਿਲਕੁਲ। ਤੇ ਸੰਗਤਾਂ ਨੂੰ ਇਹ ਦੱਸੀਏ ਕਿ ਜੀ ਕਿਸ ਸਿਸਟਮ ਦੇ ਨਾਲ ਕਿਸ ਤਰ੍ਹਾਂ ਚੱਲਣਾ ਤੇ ਇਹਦਾ ਅਬਿਊਜ਼ ਨਹੀਂ ਕਰਨਾ। ਉਹਦੇ ਕਰਕੇ ਹੁਣ 7 ਸਾਲ ਹੋ ਗਏ ਸਾਨੂੰ ਟੀਵੀ ਕਰਦੇ ਹਾਂ, ਐਵਰੀ ਵੀਕ ਕਰਦੇ, ਐਵਰੀ ਫਰਾਈਡੇ 7 ਵਜੇ ਲੀਗਲ। ਥੋੜਾ ਜਿਹਾ ਉਹਦਾ ਨਾਂ ਤਾਂ ਕਿ ਜੇ ਕਿਸੇ ਨੇ ਆਨਲਾਈਨ ਵੀ ਦੇਖ ਸਕਦੇ ਆ। ਹਾਂਜੀ ਬਿਲਕੁਲ, ਆਨਲਾਈਨ ਵੀ ਦੇਖ ਸਕਦੇ ਆ, ਸਾਡਾ ਚੈਨਲ MATV ਹੈਗਾ, ਸਾਰੇ ਅਸੀਂ ਐਪੀਸੋਡਸ ਪਾ ਦਿੰਦੇ ਹੁੰਦੇ ਯੂਟਿਊਬ ਤੇ, ਲੀਗਲ ਸੋਲੂਸ਼ਨਸ ਯੂ ਉਹਨਾਂ ਦਾ ਸਾਡਾ ਹੈਗਾ ਹੈਂਡਲ ਜੋ ਹੈਗਾ ਯੂਜ਼ਰ ਹੈਂਡਲ ਯੂਟਿਊਬ ਦਾ, ਉਹਦੇ ਤੇ ਤੁਸੀਂ ਸਬਸਕ੍ਰਾਈਬ ਕਰ ਸਕਦੇ ਤੇ ਐਵਰੀ ਵੀਕ ਅਸੀਂ ਸ਼ੋਅ ਕਰਦੇ ਆ ਤੇ ਤੁਸੀਂ ਵੀ ਸੁਣ ਸਕਦੇ ਕਿ ਸੰਗਤਾਂ ਕਿੱਦਾਂ ਦੇ ਸਵਾਲ ਪੁੱਛਦੇ ਆ ਤੇ ਅਸੀਂ ਕਿੱਦਾਂ ਦੇ ਜਵਾਬ ਦਿੰਦੇ ਆ। ਬਿਲਕੁਲ। ਪਲੱਸ ਉਹਨੂੰ ਜੇ ਆਪਾਂ ਇੱਥੇ ਰਿਕਾਰਡਿੰਗ ਤੋਂ ਪਹਿਲਾਂ ਜੇ ਸੋਚ ਕਰੋ ਕਿਸੇ ਲਿਸਨਰ ਦਾ, ਕਿਉਂਕਿ ਸਾਡੇ ਸਾਰਿਆਂ ਦੇ ਰਿਲੇਸ਼ਨਸ਼ਿਪ ਇੱਥੇ ਵੀ ਹੈ ਤੇ ਇੰਡੀਆ ਤੇ ਯੂਕੇ ਦੇ ਵਿੱਚ ਹੈ, ਤੇ ਜੇ ਕਈ ਵਾਰੀ ਉੱਥੋਂ ਦੇ ਲੋਕੀ ਜਿਹੜੇ ਨੇ ਉਹ ਤੁਹਾਨੂੰ ਨਹੀਂ ਫੋਨ ਕਰ ਸਕਦੇ ਪਰ ਇੱਥੋਂ ਵਾਲਾ ਜਿਹੜਾ ਬੰਦਾ ਕਈ ਵਾਰੀ ਜ਼ਿਆਦਾ ਸਮਾਰਟ ਹੁੰਦਾ ਜਾਂ ਇੰਡੀਆ ਵਾਲਾ ਤੇ ਉੱਥੋਂ ਵੀ ਫੋਨ ਕਰ ਸਕਦੇ ਨੇ। ਬਿਲਕੁਲ, ਜਿੱਥੋਂ ਮਰਜ਼ੀ ਤੁਸੀਂ ਫੋਨ ਕਰ ਸਕਦੇ ਹੋ, ਨੰਬਰ ਸਕਰੀਨ ਤੇ ਆਉਂਦਾ ਰਹਿੰਦਾ ਹੁੰਦਾ, ਉੱਥੇ ਤੁਸੀਂ ਫੋਨ ਕਰ ਸਕਦੇ ਹੋ ਤੇ ਜੋ ਸਵਾਲ ਪੁੱਛਣਾ ਪੁੱਛ ਸਕਦੇ ਹੋ। ਅਕਸਰ
ਕਿਉਂਕਿ ਯੂਟਿਊਬ ਰਾਹੀਂ ਸਾਡੇ ਕਾਫੀ ਵਿਊਅਰਸ ਵੱਧ ਚੁੱਕੇ ਆ ਕੈਨੇਡਾ ਵਿੱਚ, ਅਮੈਰੀਕਾ ਦੇ ਵਿੱਚ। ਵੈਸੇ ਸਾਡਾ ਜਿਸ ਤਰ੍ਹਾਂ ਤੁਹਾਡਾ ਇੱਥੇ ਮੇਨ ਟੀਵੀ ਪ੍ਰੋਵਾਈਡਰ ਹੈਗੇ ਆ, ਸਾਡਾ ਉੱਥੇ ਸਕਾਈ ਤੇ ਚੱਲਦਾ, ਸੋ 55 ਮੁਲਕਾਂ ਨੂੰ ਤਾਂ ਆਲਰੇਡੀ ਜਾਂਦਾ ਸਾਡਾ। ਤਕਰੀਬਨ 5 ਲੱਖ ਵਿਊਅਰ ਹੋ ਜਾਂਦੇ ਆ ਫਰਾਈਡੇ ਨੂੰ, ਬਟ ਯੂਟਿਊਬ ਰਾਹੀਂ ਇਨਕਰੀਸ ਬਹੁਤ ਹੋ ਗਿਆ ਹੁਣ। ਆਸਟ੍ਰੇਲੀਆ ਵਾਲੇ, ਕੈਨੇਡਾ ਵਾਲੇ, ਖਾਸ ਤੌਰ ਤੇ ਵੈਂਕੂਵਰ, ਟੋਰੋਂਟੋ, ਕੈਲਗਰੀ ਤੋਂ ਸਾਡੇ ਵਿਊਅਰਸ ਬਹੁਤ ਹੈ, ਉਧਰੋਂ ਐਲਏ ਵੱਲੋਂ ਤੇ ਨਿਊਯਾਰਕ ਵਿੱਚੋਂ। ਸੋ ਸੰਗਤਾਂ ਨੂੰ ਕਾਫੀ ਅੱਛਾ ਲੱਗਦਾ ਹੈ ਤੇ ਵਿਊਅਰਸ ਨੂੰ ਕਾਫੀ ਅੱਛਾ ਪ੍ਰੋਗਰਾਮ ਲੱਗਦਾ ਹੈ। ਇੱਕ ਥੋੜੇ ਸਾਡਾ ਸੁਭਾਅ ਵੀ ਸ਼ੁਕਲੀ ਜਿਹਾ, ਸਿੱਧਾ ਜਿਹਾ, ਗੱਲ ਜੇ ਚੁੱਕਦੇ ਨਹੀਂ ਅਸੀਂ ਗੱਲ ਕਰਦੇ ਨੂੰ, ਕਿਉਂਕਿ ਮੈਂ ਹੀ ਸੋਚਦਾ ਕਿ ਗੱਲ ਸਿੱਧੀ ਕਲੀਅਰ ਹੋਣੀ ਚਾਹੀਦੀ, ਸਪਸ਼ਟ ਹੋਣੀ ਚਾਹੀਦੀ ਹੈ ਜੀ। ਇਮੀਗ੍ਰੇਸ਼ਨ ਲਾਅ ਦੇ ਨਾਲ ਜਾਂ ਜਿਹੜੀਆਂ ਵੀ ਉਸ ਕੰਟਰੀ ਦੀ ਜਿਹੜੀ ਇਮੀਗ੍ਰੇਸ਼ਨ ਦੀ ਜਿਹੜੀ ਸਰਕਾਰ ਦੀਆਂ ਜਿਹੜੀਆਂ ਪਾਲਿਸੀਜ਼ ਨੇ, ਤੇ ਤੁਹਾਨੂੰ ਕੀ ਲੱਗਦਾ ਕਿ ਜਦੋਂ ਤੁਸੀਂ ਪ੍ਰੈਕਟਿਸ ਸ਼ੁਰੂ ਕੀਤੀ ਹੈ ਜਾਂ ਜਦੋਂ ਤੋਂ ਤੁਸੀਂ ਇਸ ਫੀਲਡ ਵਿੱਚ ਆਏ ਹੋ, ਜਾਂ ਅੱਜ ਤੱਕ ਕੋਈ ਇਮੀਗ੍ਰੇਸ਼ਨ ਦੀਆਂ ਇਸ ਫੀਲਡ ਵਿੱਚ ਇੰਗਲੈਂਡ ਦੇ ਤੌਰ ਦੇ ਮਤਲਬ ਮੈਂ ਹਵਾਲੇ ਤੋਂ ਗੱਲ ਕਰਾਂਗਾ ਕਿ ਕੁਛ ਤਬਦੀਲੀਆਂ ਆਈਆਂ ਨੇ ਕਿ ਕੁਛ ਈਜ਼ੀ ਸੀ, ਕੁਛ ਹਾਰਡ ਹੋਇਆ? ਜਾਂ ਦੇਖੋ ਜੀ, ਜਿੱਦਾਂ ਤੁਹਾਡਾ ਹੋਣਿਆ ਨਾ ਜੀ ਜੀ ਸਿਸਟਮ, ਉੱਦਾਂ ਸਾਡਾ 10 ਸਾਲ ਪਹਿਲਾਂ ਸੀ, 12 ਸਾਲ ਪਹਿਲਾਂ ਇਮੀਗ੍ਰੇਸ਼ਨ ਦਾ। ਯਾਨੀ ਜਦੋਂ ਹੁਣ ਮੈਂ ਇੱਥੇ ਕੈਨੇਡਾ ਆਉਣਾ ਤਾਂ ਰਾਜ ਨੂੰ ਮੈਂ ਪੁੱਛਿਆ ਕਿ ਕਿੱਦਾਂ ਕਿਤੇ ਕਾਨੂੰਨ ਹੈ ਇੱਥੇ, ਤੇ ਮੈਂ ਤਾਂ ਇੰਗਲੈਂਡ ਦੇ ਮੁਤਾਬਕ ਤਾਂ ਇੱਥੇ ਬਹੁਤ ਖੋਲ੍ਹੇ ਹਾਂ, ਸਾਡੇ ਤਾਂ ਉੱਥੇ ਕਾਫੀ ਸਖਤੀ ਹੈ, ਐਂਡ ਸਖਤੀ ਆ ਰਹੀ ਹੈ ਕਿਉਂਕਿ ਲੋਕਾਂ ਨੇ ਰਲ ਮਿਲ ਕੇ ਸਿਸਟਮ ਨੂੰ ਅਬਿਊਜ਼ ਕੀਤਾ। ਜਦੋਂ ਵੀ ਕੋਈ ਤੁਸੀਂ ਸਿਸਟਮ ਨੂੰ ਅਬਿਊਜ਼ ਕਰੋਗੇ ਤਾਂ ਰਾਜਾ ਦੈਨ ਉਹ ਜਾ ਕੇ ਹਰੇਕ ਕਲਪਰੇਟ ਨੂੰ ਫੜਨ, ਸਿਸਟਮ ਹੀ ਟਾਈਟ ਕਰ ਦਿੰਦੇ ਆ। ਸੋ ਇਹਦੇ ਵਿੱਚ ਮੈਂ ਇਹੀ ਦੇਖ ਰਿਹਾ ਕਿ ਸਿਸਟਮ ਕਾਫੀ ਟਾਈਟ ਹੋਈ ਹੈ, ਇੱਥੇ ਤੱਕ ਕਿ ਤੁਹਾਨੂੰ ਮੈਂ ਕੁਛ ਉਦਾਹਰਣ ਦਿੰਦਾ, ਜਿਸ ਤਰ੍ਹਾਂ ਜੇ ਅਸੀਂ ਆਪਣੀ ਵਾਈਫ ਮੰਗਾਉਣੀ ਹੋਵੇ ਇੰਡੀਆ ਤੋਂ ਤਾਂ ਸਾਨੂੰ 18,600 ਕਮਾਉਣਾ ਪੈਂਦਾ ਪਾਉਂਡ ਪਰ ਸਾਲ, ਜੇ ਸਾਡੀ ਇਨਕਮ ਉਸ ਤੋਂ ਪਹਿਲੇ ਵੀ ਘੱਟ ਆ ਤਾਂ ਅਸੀਂ ਆਪਣੀ ਵਾਈਫ ਹਸਬੈਂਡ ਨੂੰ ਮੰਗਾਉਣ, ਇਹਦੇ ਕਰਕੇ ਸਖਤੀ ਆਈ ਹੈ। ਇਹਦੇ ਵਿੱਚ ਇੱਕ ਹੋਰ ਹੈਗੀ ਹੈ ਕਿ ਜਿਹੜੇ ਸਾਡੇ ਸਟੂਡੈਂਟ ਆ ਉਹ 5 ਸਾਲ ਤੋਂ ਜ਼ਿਆਦਾ ਇੰਗਲੈਂਡ 'ਚ ਪੜ੍ਹ ਨਹੀਂ ਸਕਦੇ, ਉਹਨਾਂ ਨੂੰ ਐਕਸਟੈਂਸ਼ਨ ਨਹੀਂ ਮਿਲਦੀ, ਤਾਂ ਪੜ੍ਹਾਈ ਤੋਂ ਬਾਅਦ ਕੋਈ ਵਰਕ ਪਰਮਿਟ ਨਹੀਂ ਮਿਲਦਾ। ਜਿਸ ਤਰ੍ਹਾਂ ਇੱਥੇ 2 ਸਾਲ ਪੜ੍ਹ ਕੇ ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਮਿਲਦਾ, ਉੱਥੇ ਇੰਗਲੈਂਡ ਨਹੀਂ ਮਿਲਦਾ। ਸੋ ਇਸ ਲਈ ਇੰਗਲੈਂਡ ਕਹਿੰਦੇ ਆਓ ਜੀ ਪੜ੍ਹੋ ਤੇ ਜਾਓ, ਉਸ ਤੋਂ ਬਾਅਦ 5 ਸਾਲ ਅਗਰ ਉਹ ਪੜ੍ਹਾਈ ਕਰਦੇ ਆ, ਹਾਂਜੀ 5 ਸਾਲ ਤੱਕ ਉਹਨਾਂ ਨੂੰ ਕੋਈ ਲਿਮਿਟਡ ਵਰਕ ਪਰਮਿਟ ਤੇ ਹੁੰਦਾ ਹੋਣਾ? ਜੇ ਯੂਨੀਵਰਸਿਟੀ ਜਾਣ ਤਾਂ 20 ਘੰਟੇ ਮਿਲਦੇ ਆ ਹਫ਼ਤੇ ਦੇ, ਜੇ ਉਹ ਕਾਲਜਾਂ ਨੂੰ ਜਾਣ ਉਹਦੇ 0 ਘੰਟੇ, ਤੇ ਉਸ ਤੋਂ ਬਾਅਦ ਯੂਕੇ ਐਕਸਪੀਰੀਅੰਸ ਦੇ ਬੇਸ ਤੇ ਕੋਈ ਉਹਨਾਂ ਨੂੰ ਅੱਗੇ ਕੋਈ ਸਿਸਟਮ ਹੀ ਨਹੀਂ ਜੀ, ਅੱਗੇ ਹੁੰਦੇ ਸੀ ਉਹ ਬੰਦੇ ਹੀ ਕਰਦੇ ਕਿਉਂਕਿ ਸਿਸਟਮ ਅਬਿਊਜ਼ ਕਰਦੇ ਸੀਗੇ ਲੋਕਾਂ ਨੂੰ ਵਰਕ ਪਰਮਿਟ ਦਿੱਤੇ ਗਏ ਕਿ ਸਕਿੱਲ ਜੋਬਾਂ 'ਚ ਕਰਨ ਲਈ, ਕੰਮ ਕਰ ਰਹੇ ਸੀ ਉਹ ਜਿੱਦਾਂ ਸਟੋਰ ਤੇ ਜਿੱਥੇ ਟੀਨ ਸਟੈਕ ਕਰਦੇ ਜਾਂ ਟਮਾਟਰਾਂ ਦੇ ਟੋਕਰੇ ਚੱਕਦੇ, ਫਿਰ ਉਹਨਾਂ ਨੇ ਦੇਖਿਆ ਕਿ ਤੁਸੀਂ ਹਾਈ ਸਕਿੱਲ ਕਿੱਦਾਂ ਹੋਏ, ਇਹ ਤਾਂ ਤੁਸੀਂ ਉਹੀ ਜੋਬਾਂ ਲੈ ਰਹੇ ਆ ਜੋ ਕਿ ਸਾਡੇ ਅੰਗਰੇਜ਼ ਲੋਕ ਵੀ ਕਰ ਸਕਦੇ। ਬਿਲਕੁਲ, ਜਿਹੜੀਆਂ ਅਨਸਕਿੱਲ ਜੋਬਸ ਜਿਹੜੀਆਂ ਦੂਜੇ ਆਮ ਲੋਕੀ ਕਰ ਸਕਦੇ, ਇੱਕ ਤਾਂ ਉਹ ਜੋਬ ਮਾਰਕੀਟ ਦੇ ਉੱਤੇ ਉਹ ਕਰ, ਪਹਿਲਾਂ ਚਾਹੁੰਦੇ ਸੀ ਗੋਰੇ ਜੀ ਆਪਾਂ ਕਹੀਏ ਪੰਜਾਬੀ 'ਚ, ਹਾਂਜੀ ਯੂਕੇ, ਉਹ ਚਾਹੁੰਦੇ ਸੀਗੇ ਵੀ ਜਿਹੜੇ ਡਿਸੀਜਨ ਮੇਕਿੰਗ ਪ੍ਰੋਸੈਸ ਨੇ ਉਹਦੇ ਵਿੱਚ ਇਮੀਗ੍ਰੈਂਟ ਲੋਕੀ ਨਾ ਆਉਣ, ਸਿਰਫ ਸਾਡੇ ਲੋਕੀ ਰੂਲ ਕਰਨ ਤੇ ਥੱਲੇ ਅਨਸਕਿੱਲ ਜੋਬਸ ਕਰਨ। ਪਰ ਹੁਣ ਜਦੋਂ ਅਨਸਕਿੱਲ ਜੋਬ ਵਾਸਤੇ ਵਾਧੂ ਲੋਕੀ ਉੱਥੇ ਹੈਗੇ ਨੇ, ਉਹਨਾਂ ਦੀ ਉਹ ਪਾਪੂਲੇਸ਼ਨ ਜਿਹੜੀ ਹੈ ਉਹ ਦੁਨੀਆ ਭਰ 'ਚ ਜਿਹਨੂੰ ਕਹਿੰਦੇ ਨੇ ਭੁੱਖੇ ਮਰਨ ਵਾਲਾ ਹਾਲ ਹੋਇਆ, ਤੇ ਉਹ ਚਾਹੁੰਦੇ ਨੇ ਵੀ ਸਾਡੀਆਂ ਇਹ ਜੋਬਸ ਕਿਉਂ ਤੁਸੀਂ ਅਨਸਕਿਓਰ ਕਰਦੇ ਪਏ? ਸਾਡੇ ਵੱਲੋਂ ਸਾਰੀ ਅਨਸਕਿੱਲ ਲੇਬਰ ਯੂਰਪ ਤੋਂ ਆ ਜਾਂਦੀ ਹੈ, ਹਾਂਜੀ, ਸੋ ਸਾਡੇ ਵਿੱਚ ਫ੍ਰੀ ਮੂਵਮੈਂਟ ਹੈਗੀ ਹੈ ਕਿ ਯੂਰਪ ਦੇ ਕਿਸੇ ਕੋਈ ਯੂਰੋਪੀਅਨ ਪਾਸਪੋਰਟ ਹੈਗਾ ਉਹ ਇੰਗਲੈਂਡ ਆ ਕੇ ਰਹਿ ਸਕ, ਕੰਮ ਕਰ ਸਕਦਾ, ਕੋਈ ਉਹਨਾਂ ਨੂੰ ਵਰਕ ਪਰਮਿਟ ਦੀ ਜ਼ਰੂਰਤ ਨਹੀਂ, ਕੋਈ ਉਹਨਾਂ ਨੂੰ ਵੀਜ਼ਾ ਲੈਣ ਦੀ ਜ਼ਰੂਰਤ ਨਹੀਂ, ਖੁੱਲ੍ਹੇ ਬਾਰਡਰ ਆ ਯੂਰਪ ਦੇ ਤੁਸੀਂ ਜੀ, ਸੋ ਉਹਦੇ ਵਿੱਚ ਸਾਡੇ ਕੋਲ ਯੂਰਪ ਤੋਂ ਬਹੁਤ ਲੇਬਰ ਆ ਰਹੀ ਹੈ ਜੋ ਕਿ ਸਾਰੇ ਅਨਸਕਿੱਲ ਜੋਬਾਂ ਕਰਦੇ ਆ, ਤੇ ਇਸ ਲਈ ਇੰਗਲੈਂਡ ਕਹਿੰਦੇ ਕਿ ਜੀ ਸਾਨੂੰ ਜ਼ਿਆਦਾ ਲੋੜ ਨਹੀਂ ਅਨਸਕਿੱਲ ਦੀ, ਸਾਨੂੰ ਸਕਿੱਲਡ ਦੀ ਲੋੜ ਹੈ, ਉਹ ਵੀ ਕਿਸੇ ਹਾਈ ਲੈਵਲ ਤੇ ਸਕਿੱਲਡ ਏਦਾਂ ਦਾ ਵਿਅਕਤੀ ਹੋਵੇ ਜਿਹਦੇ ਵਿੱਚ ਪੂਰੇ ਯੂਰਪ 'ਚ ਕੋਈ ਬੰਦਾ ਏਦਾਂ ਦਾ ਹੈ ਹੀ ਨਹੀਂ, ਮਤਲਬ ਟੌਪ ਆਫ ਦਾ ਕ੍ਰੀਮ ਆਫ ਦਾ ਕੰਟਰੀ, ਜਿਹਦਾ ਕੋਈ ਨਿਊਕਲੀਅਰ ਸਾਇੰਟਿਸਟ ਹੋਵੇ ਜੀ ਜੀ, ਜਾਂ ਕੋਈ ਬਹੁਤ ਆਰਟਿਸਟ ਹੋਵੇ, ਕਲਾਕਾਰ ਟੌਪ ਲੈਵਲ ਦਾ, ਠੀਕ ਹੈ। ਇਸ ਲਈ ਇੰਗਲੈਂਡ ਸਖਤੀ ਕੀਤੀ ਹੋ ਤੇ ਜ਼ਿਆਦਾ ਇਮੀਗ੍ਰੇਸ਼ਨ ਟਫ ਹੈ ਜੀ। ਸੋ ਮੈਂ ਹੁਣ ਰਿਕੁਐਸਟ ਕਰਾਂਗਾ ਰਾਜ ਜੀ ਨੂੰ, ਸਾਡੇ ਦੋਸਤ ਰਾਜ ਸ਼ਰਮਾ, ਜਿਸ ਤਰ੍ਹਾਂ ਕਿ ਸਾਰੇ ਲਿਸਨਰ ਜਾਣਦੇ ਨੇ ਚੰਗੀ ਤਰ੍ਹਾਂ, ਬਹੁਤ ਹੀ ਜ਼ਬਰਦਸਤ ਇਮੀਗ੍ਰੇਸ਼ਨ ਦੇ ਲੋਇਰ ਨੇ, ਆਲ ਦਾ ਟਾਈਮ ਤੁਸੀਂ ਮੀਡੀਆ 'ਤੇ ਇਹਨਾਂ ਨੂੰ ਸੁਣਦੇ ਰਹਿੰਦੇ ਹੋ, ਕਾਫੀ ਜ਼ਿਆਦਾ ਇਹਨਾਂ ਦਾ ਨਾਂ ਹੈ ਕੈਲਗਰੀ ਦੇ ਵਿੱਚ। ਪਰ ਰਾਜ ਮੈਂ ਚਾਹਾਂਗਾ ਅੱਜ ਥੋੜ੍ਹਾ ਜਿਹਾ ਤੁਸੀਂ ਆਪਣੇ ਵੀ ਬਾਰੇ ਦੱਸੋ ਕਿ ਸਾਨੂੰ ਇਹਨਾਂ ਦਾ ਪਤਾ ਵੀ ਤੁਸੀਂ ਇੱਥੋਂ ਦੇ ਬੋਰਨ ਹੋ, ਅਤੇ ਕਿੰਨੀ ਦੇਰ ਤੋਂ ਤੁਸੀਂ ਇਮੀਗ੍ਰੇਸ਼ਨ ਦੇ ਵਿੱਚ ਕੰਮ ਕਰ ਰਹੇ ਹੋ? ਮੈਂ ਵੀ ਪੰਗਲ ਸਾਹਿਬ ਦੇ ਨਾਲ, ਮੈਂ ਵੀ 12 ਸਾਲ ਹੁਣ ਵਕਾਲਤ ਹੋ ਗਈ, 12 ਸਾਲ ਪਹਿਲਾਂ ਮੈਂ ਆਰਟੀਕਲ ਮੈਂ ਪੂਰੇ ਕੀਤੇ ਸੀਗੇ ਫੈਡਰਲ ਡਿਪਾਰਟਮੈਂਟ ਆਫ ਜਸਟਿਸ ਦੇ ਨਾਲ, ਉਸ ਤੋਂ ਬਾਅਦ ਮੈਨੂੰ ਨੌਕਰੀ ਮਿਲ ਗਈ ਸੀ ਅਗੇਨ ਇਤਫਾਕ ਦੇ ਨਾਲ। ਉਸ ਟਾਈਮ 'ਤੇ ਮੇਰੇ ਮੰਗੇਤਰ, ਆਫਕੋਰਸ ਮੇਰੇ ਹੁਣ ਵਾਈਫ ਹੈਗੀ ਆ, ਉਹ ਇੱਥੇ ਕੈਲਗਰੀ ਰਹਿੰਦੇ ਸੀਗੇ, ਮੈਨੂੰ ਕੋਈ ਨਾ ਕੋਈ ਬਹਾਨਾ ਚਾਹੀਦਾ ਸੀਗਾ ਕੈਲਗਰੀ ਆਉਣ ਵਾਸਤੇ, ਅਤੇ ਮੈਨੂੰ ਨੌਕਰੀ ਮਿਲ ਗਈ ਅਗੇਨ ਕੋਇੰਸੀਡੈਂਸ ਦੇ ਨਾਲ, ਇਤਫਾਕ ਦੇ ਨਾਲ ਟੈਸਟ ਪਾਸ ਕਰਨ ਤੋਂ ਬਾਅਦ ਇਮੀਗ੍ਰੇਸ਼ਨ ਐਂਡ ਰੈਫਿਊਜੀ ਬੋਰਡ ਦੇ ਨਾਲ। ਉੱਥੇ ਮੈਂ ਰੈਫਿਊਜੀ ਪ੍ਰੋਟੈਕਸ਼ਨ ਆਫਿਸਰ, ਹੀਅਰਿੰਗਸ ਆਫਿਸਰ ਸੀਗਾ, ਸੋ ਉੱਥੇ ਕਾਫੀ ਸੁਣਵਾਈ ਕੀਤੀ ਹੈ 2 ਸਾਲਾਂ ਦੇ ਵਿੱਚ, ਅਤੇ
दो साल बाद मैं सोचा यू नो मैं आप ही आपका प्रैक्टिस शुरू कर ला कैलगरी कैलगरी उस टाइम बूम कर रहा है तो अगैन लक कह सकते हो इतफाक के नाल जो मैं आपकी वकालत प्राइवेट प्रैक्टिस कैलगरी शुरू की उसी टाइम पर कैलगरी बूम हो गया 2004 मैं शुरू की थी प्राइवेट प्रैक्टिस कैलगरी बूम हो गया काफ़ी इमीग्रेंट्स इतने आने लग गए खास करके पंजाबी जी सरी वैनकूवर से वह भी इतने आने लग गए क्योंकि इतने चंकी सैलरी चंकी घर की कीमत उस टाइम तो बराबर जी देखते सके इट वॉज अ गुड वैल्यू सो आर कम्यूनिटी एक्सपेंडेड वेरी क्विकली कैलगरी एक्सपेंडेड वेरी क्विकली मैं दोनों जो सा एक्सपर्ट ने दोनों वास्ते मैं एक सवाल नहीं है बल्कि पहले एक एप्रीसीएशन करा कि दोनों का यह पता चलिया कि दोनों ही इंडियन बॉर्न नहीं वो यूके बॉर्न ने पंगल साहब तो कैनेडियन बॉर्न हो पर दोनों की जी पंजाबी मैं सुन च मिली है मैं इदा लग्या कि भी बिल्कुल परफेक्ट पंजाबी बोल रहे हो I don't know, मैं ये नहीं कह सकता पंगल साहब के मुकाबले मेरा तो काफी शब्दावली दी चोण जिहड़ी है ना वो जिनी हैगी आम जो नॉन इंडियन बॉर्न होंदे आ या नॉन पंजाबी बॉर्न घट हुंदी आ एक तो छोटे टाउन दे सीगे ते नानी सारे नूं संभालदी सीगी सो नानी नूं इंग्लिश नहीं आउंदी सी ते नानी दे नाल गल करन वास्ते पंजाबी अपनी चाहिए सी जरूरत सी बाकी फिर रेडियो मैं भी कर लग गया एंडी हेयर दे नाल दो साल वास्ते इत्थे सबरंग दे नाल भी ते रेड एफएम दे नाल भी सो ओदे नाल एट मिनिमम हर हफ्ते प्रैक्टिस भी आ जांदी सी मेरे क्लाइंटल इन्ने खास जिवें पंजाबी नहीं हैगे मेरे घट परसेंटेज होणगे क्योंकि मैं डाउन टाउन हाँ ते पंजाबी दे होर भी सर्विस प्रोवाइडर्स हैगे इत्थे नॉर्थ ईस्ट दे विच सो कुछ फर्क है गया बट आई अप्रिशिएट इट मैं कोशिश करदा कई बारी मैं कोशिश यू नो पूरी नहीं हुंदी पर कोशिश कंप्लीट देसी वकील दे तौर ते विचर रहे हो लेकिन मैं ये भी कहना चाहूंगा कि तुसी जिहड़ी प्रैक्टिस यूके भी कर रहे हो इंग्लिश च करते हो इंग्लिश बोलते भी हो नाल पंजाबी भी बोलते हो सो एक बहुत ही सराहना योग कदम है मैं सिर्फ ये पूछना चाहूंगा सीगा कि कॉमन क्वेश्चन है सारे आई थिंक लिसनर्स वालों की जिहड़े कैनेडियंस ने बाय लॉ नॉट बाय बॉर्न इंग्लैंड आ जा तो सकते हैं विजिट तौर पे बिना वीजे तो जिस तरह मैं आया मैं वीजे की लोड़ भी नहीं पी बट काम करने लिए जे किसी कैनेडियन ने इंग्लैंड काम करना उन्होंने वर्क परमिट लेना पैना वर्क परमिट हम ऐसा नहीं मिलता कि ऑन अराइवल मिल जाता छपन लगी जी रुकिया ही नहीं सो ईमेल चिट्ठियां हो गई हैं सर लोगों ने सिस्टम नूं अब्यूज़ कीता तो फिर इन्होंने सिस्टम नूं टाइट कर दिता एंड मेरा ख्याल जे मैं भी इत्थे काम करना होवे तो मैनूं भी वर्क परमिट लेना पऊगा सिस्टम तुसीं काम करना होवे तुहानूं राज जी वर्क परमिट देणगे जे राज जी ने उत्थे करना होवे तुसीं इन्हां नूं दोगे पर ओहदे वास्ते उस प्रोसेस च जाणा पवेगा इन्हां नूं भी एलएमओ लैणी पवेगी तुहानूं इन्हां दी परमिशन लैणी सो एक जी बहुत लोकां नूं मिसगिविंग हुंदा है सोच कि जिन्हां कोल कैनेडियन पासपोर्ट है ओह तां इंग्लैंड आके काम कर सकदे आ जे जिन्हां कोल ब्रिटिश पासपोर्ट ओह कैनेडा जाके काम कर सकदे आ अक्सर मैं देखदा हुंदा जदों दस्सी दिंदे नहीं एक्चुअली तुहानूं वर्क परमिट चाहिदा तुहाडे ते ओही रूल लागू है जो कि इंडियन नागरिक से लागू है तो बड़े हैरान होंगे कहते फिर फायदा की होया उस पासपोर्ट का जिन्हें कोई लाल पासपोर्ट का फायदा फिर मैं हर चीज चो फायदा ही भाली है पर सिस्टम एक होंगी है सो इट डजंट मैटर तुम कैनेडियन या अमेरिकन या ऑस्ट्रेलियन या जो इंडियन या जो इंग्लैंड काम कर नहीं आना तो फिर वर्क परमिट चाहिए जी राज जी यही सवाल था मैं चाहवा भी जवाब थोड़ा जहां करो भी जे इंग्लैंड वाले ने जे कैनेडा के काम करने वास्ते आना हो तो उन्होंने वास्ते इन्होंने थोड़ा तो क्लैरीफाई करता वास्ते एक तो दसदा ना पॉसिबल नहीं है मतलब जिस तरीके पहले
ਪਹਿਲਾਂ ਤੋਂ ਕਰਨੀ ਪੈਂਦੀ ਪ੍ਰੋਸੈਸ ਇੱਥੇ ਵੀ ਜੇ ਪ੍ਰੋਸੈਸ ਕਿੱਦਾਂ ਕਰਨੀ ਪੈਂਦੀ ਤੇ ਕਿੰਨਾ ਕੁ ਟਾਈਮ ਲੱਗਦਾ ਉਹਨੂੰ ਵੈਲ ਐਕਚੁਅਲੀ ਜਿਹੜਾ ਟੈਂਪਰੇਰੀ ਫੋਨ ਵਰਕਰ ਪ੍ਰੋਗਰਾਮ ਹੈ ਇਟਸ ਐਕਚੁਅਲੀ ਕਲੈਕਸ਼ਨ ਆਫ 20 ਬੱਚੇ ਡਿਫਰੈਂਟ ਟਾਈਪਸ ਆਫ ਪ੍ਰੋਗਰਾਮਸ ਨਾਓ ਇਫ ਜੇ ਤੁਸੀਂ ਯੰਗ ਪਰਸਨ ਹੈਗੇ ਹੋ ਇੰਗਲੈਂਡ ਤੋਂ ਜੀ ਤੁਸੀਂ ਇੰਟਰਨੈਸ਼ਨਲ ਐਕਸਪੀਰੀਅੰਸ ਕਲਾਸ ਉੱਤੇ ਇੱਥੇ ਆ ਸਕਦੇ ਹੋ ਉਹਨੂੰ ਵਰਕਿੰਗ ਹਾਲੀਡੇ ਕਹਿ ਦਿੰਦੇ ਅਬਰਾਡ ਪ੍ਰੋਗਰਾਮ ਤੇ ਕੁਛ 5,000 ਬੰਦੇ ਆ ਸਕਦੇ ਇੰਗਲੈਂਡ ਤੋਂ ਹੁਣ ਆਇਰਲੈਂਡ ਤੋਂ 10,000 ਬੰਦੇ ਇੱਥੇ ਆ ਸਕਦੇ ਐਲਮੋ ਤੋਂ ਬਿਨਾਂ ਤੇ ਕਾਫੀ ਲੋਕਾਂ ਨੂੰ ਇਹ ਪਤਾ ਨਹੀਂ ਤੇ ਉਹ ਯੂ ਨੋ ਕਾਫੀ ਮੈਂ ਥੋੜ੍ਹਾ ਜਿਹਾ ਐਡ ਕਰਨੀ ਚਾਹਾਂ ਕਿਉਂਕਿ ਪਿੱਛੇ ਜੀ ਜਦੋਂ ਆਪਾਂ ਹਿੱਲ ਸਟੇਸ਼ਨ ਵਗੈਰਾ ਜਿਹਨੂੰ ਕਹਿੰਦੇ ਜਾਂ ਘੁੰਮਣ ਫਿਰਨ ਜਾਂਦੇ ਹਾਂ ਉਹ ਹੋਟਲਾਂ ਦੇ ਵਿੱਚ ਕਾਫੀ ਲੋਕੀ ਜਿਹੜੇ ਯੂਰਪ ਤੋਂ ਆਏ ਹੁੰਦੇ ਨੇ ਰਾਈਟ ਜਾਂ ਆਸਟ੍ਰੇਲੀਆ ਤੋਂ ਆਏ ਹੋਏ ਆ ਸੋ ਉਹਨੂੰ ਵਰਕਿੰਗ ਹਾਲੀਡੇ ਪ੍ਰੋਗਰਾਮ ਕਹਿੰਦੇ ਆ ਸੋ ਕਾਫੀ ਜਿਹੜੇ ਸਾਡੇ ਵੀ ਕੈਨੇਡੀਅਨਸ ਲਈ ਵਰਕਿੰਗ ਹਾਲੀਡੇ ਹੈਗਾ ਸੇਮ ਸਕੀਮ 17-30 ਦੇ ਵਿੱਚ ਵਾਲੇ ਜੀ ਸਿੰਗਲ 17-30 ਸੋ ਇੱਥੋਂ ਦੇ ਯੰਗ ਬੱਚੇ ਉੱਥੇ ਵੀ ਫਨ ਕਰਨ ਜਾ ਸਕਦੇ ਆ ਡਿਫਰੈਂਟ ਜਦੋਂ ਆਪਾਂ ਟੈਂਪਰੇਰੀ ਫੋਨ ਵਰਕਰ ਪ੍ਰੋਗਰਾਮ ਕਹਿੰਦੇ ਆ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਵੀ ਤੁਸੀਂ 20-25 ਪ੍ਰੋਗਰਾਮ ਦੀ ਗੱਲ ਕਰ ਰਹੇ ਹੋ ਹੁਣ ਕਈ ਜੋਬਸ ਡੋਂਟ ਰਿਕੁਆਇਰ ਲੇਬਰ ਮਾਰਕੀਟ ਓਪੀਨੀਅਨ ਹਾਲੇ ਤੱਕ ਰਿਲੀਜੀਅਸ ਵਰਕਰਸ ਜਿਹੜੇ ਆਪਣੇ ਗ੍ਰੰਥੀ ਹੈਗੇ ਆ ਜਾਂ ਆਪਣੇ ਯੂ ਨੋ ਉਹ ਜਿਹੜੇ ਰਾਗੀ ਹੈਗੇ ਆ ਦੇਅਰ ਇਜ਼ ਅ ਵੇਟ ਉਹਨਾਂ ਨੂੰ ਇੱਥੇ ਬੁਲਾਉਣ ਵਾਸਤੇ ਐਲਐਮਓ ਤੋਂ ਬਿਨਾਂ ਉਹ ਵੀ ਅਬਿਊਜ਼ ਕਰ ਰਹੇ ਆ ਤੁਹਾਨੂੰ ਐਲਾਬੋਰੇਟ ਕਰਕੇ ਸਵਾਲ ਪੁੱਛਦਾ ਤੁਸੀਂ ਉਸ ਨੂੰ ਇਦਾਂ ਜਵਾਬ ਹਾਂਜੀ ਸੋ ਹਾਂਜੀ ਕੀ ਐਕਸੈਪਟ ਤੁਸੀਂ ਇਸ ਮੈਨੂੰ ਥੋੜਾ ਮਤਲਬ ਵਜ਼ਾਹਤ ਤੁਹਾਡੀ ਚਾਹਾਂਗਾ ਕਿ ਆਮ ਤੌਰ ਤੇ ਕੀ ਹੁੰਦਾ ਕਿ ਟੈਂਪਰੇਰੀ ਵਰਕਰਸ ਨੂੰ ਦੋ ਕੈਟਾਗਰੀਜ਼ ਕੀਤਾ ਜਾਂਦਾ ਇੱਕ ਉਹ ਹੁੰਦੇ ਆ ਜਿਹਨਾਂ ਨੂੰ ਐਲਐਮਓ ਦੀ ਲੋੜ ਹੁੰਦੀ ਹੈ ਇੱਕ ਉਹ ਹੁੰਦੇ ਆ ਜਿਹਨਾਂ ਨੂੰ ਐਲਐਮਓ ਦੀ ਲੋੜ ਨਹੀਂ ਹੁੰਦੀ ਤੁਸੀਂ ਇਹਨੂੰ ਕਿਵੇਂ ਕੈਟਾਗਰਾਈਜ਼ ਕਰੋਗੇ ਇਹ ਤੁਸੀਂ ਥੋੜਾ ਡਿਟੇਲ ਚ ਮੈਕਸੀਕੋ ਤੋਂ ਹੈਗੇ ਤੁਸੀਂ ਨੈਫਟਾ ਦੇ ਥੱਲੇ ਆ ਜਾਂਦੇ ਹੋ ਨਾਰਥ ਅਮਰੀਕਨ ਫ੍ਰੀ ਟ੍ਰੇਡ ਅਗਰੀਮੈਂਟ ਤੇ ਜੇ ਤੁਸੀਂ ਉਹਨੂੰ ਚੈਪਟਰ 16 ਆਫ ਦ ਨੈਫਟਾ ਕੁਛ ਆਕੂਪੇਸ਼ਨ ਹੈਗੇ ਜਿਵੇਂ ਫਰਜ਼ ਕਰੋ ਸਾਇੰਟਿਸਟ ਔਰ ਸਾਇੰਟਿਫਿਕ ਟੈਕਨੀਸ਼ੀਅਨ ਔਰ ਸਰਟਨ ਟਾਈਪਸ ਆਫ ਇੰਜੀਨੀਅਰ ਉਹਨਾਂ ਨੂੰ ਖੱਤ ਦੇ ਨਾਲ ਇੰਪਲੋਇਮੈਂਟ ਲੈਟਰ ਦੇ ਨਾਲ ਆਪਦੇ ਕ੍ਰੈਡੈਂਸ਼ੀਅਲਸ ਦੇ ਨਾਲ ਉਹ ਇੱਥੇ ਵਰਕ ਪਰਮਿਟ ਮਿਲ ਸਕਦਾ ਐਲਮੋ ਤੋਂ ਬਿਨਾਂ ਸੋ ਦੈਟਸ ਅ ਗ੍ਰੇਟ ਪ੍ਰੋਗਰਾਮ ਜਿਹੜਾ ਆਪਾਂ ਨਾਰਥ ਅਮਰੀਕਨ ਫ੍ਰੀ ਟ੍ਰੇਡ ਜਿਵੇਂ ਇਹਨਾਂ ਦਾ ਈਯੂ ਹੈਗਾ ਉਹਨਾਂ ਦਾ ਆਪਣਾ ਨੈਫਟਾ ਹੈਗਾ ਸੋ ਦੇਅਰ ਇਜ਼ ਦੈਟ ਪ੍ਰੋਗਰਾਮ ਅ ਲੋਟ ਆਫ ਇੰਡੀਅਨਸ ਓਬਵੀਅਸਲੀ ਡੋਂਟ ਫਾਲ ਅੰਡਰ ਦੈਟ ਪ੍ਰੋਗਰਾਮ ਨਾਓ ਵਾਟ ਆਈ ਵਾਂਟ ਟੂ ਸੇ ਇਜ਼ ਦੈਟ ਇਸ ਗਵਰਨਮੈਂਟ ਦੇ ਥੱਲੇ ਦ ਟੈਂਪਰੇਰੀ ਫੋਨ ਵਰਕਰ ਪ੍ਰੋਗਰਾਮ ਖਾਸ ਕਰਕੇ ਤਾਂ ਲੋ ਸਕਿੱਲਡ ਜਿਹੜੇ ਵਰਕਰ ਸੀਗੇ ਇੱਥੇ ਤਾਂ ਆਮ ਹੀ ਜਿੰਨੇ ਵੀ ਇੰਡੀਅਨ ਰੈਸਟੋਰੈਂਟ ਹੈਗੇ ਆ ਉਹ ਜ਼ਿਆਦਾ ਤੋਂ ਜ਼ਿਆਦਾ ਇਹ ਕੁੱਕਸ ਮੰਗਾ ਰਹੇ ਸੀਗੇ ਜਾਂ ਪਾਕਿਸਤਾਨੀ ਰੈਸਟੋਰੈਂਟਸ ਉਹ ਹੰਡਰਡਸ ਆਫ ਥਾਊਸੈਂਡ ਆਫ ਟੈਂਪਰੇਰੀ ਫੋਨ ਵਰਕਰਸ ਆਰ ਇਨ ਕੈਨੇਡਾ ਰਾਈਟ ਨਾਓ ਤੇ ਉਹਨਾਂ ਦੀ ਐਕਸਪਲੋਇਟੇਸ਼ਨ ਹੋ ਰਹੀ ਸੀਗੀ ਇੰਪਲੋਇਰਸ ਉਹਨਾਂ ਤੋਂ ਪੈਸੇ ਲਈ ਜਾਂਦੇ ਸੀ ਇੰਪਲੋਇਰਸ ਉਹਨਾਂ ਨੂੰ $2-3 ਘੰਟੇ ਦੇ ਜਾਂਦੇ ਸੀ ਕੁਝ ਰੈਸਟੋਰੈਂਟਸ ਉਹਨਾਂ ਨੂੰ ਗੋਲੀਆਂ ਦੇ ਜਾਂਦੇ ਸੀ ਤਾਂ ਕਿ ਉਹ 18-20 ਘੰਟੇ ਕੰਮ ਕਰ ਸਕਦੇ ਸੀਗੇ ਬਹੁਤ ਜ਼ਿਆਦਾ ਐਕਸਪਲੋਇਟੇਸ਼ਨ ਸੀਗਾ ਇਹੋ ਜਿਹੀ ਵੀ ਹੋ ਸਕਦਾ ਤੁਹਾਡੇ ਕੋਲ ਕੋਈ ਰਿਫਿਊਜੀ ਸਿਸਟਮ 'ਚ ਜੇ ਕੋਈ ਆਏ ਹੋਣ ਇੱਕ ਸੈਕਿੰਡ ਜਸਟ ਲੈਟ ਮੀ ਫਿਨਿਸ਼ ਮਾਈ ਟ੍ਰੇਨ ਆਫ ਥਾਟ ਕਿਉਂਕਿ ਦੈਨ ਵਟ ਹੈਪਨ ਵਾਸ ਦੈਟ ਅਰਲੀਅਰ ਦਿਸ ਈਅਰ ਉਹ ਸੀਬੀਸੀ ਨੇ ਐਕਸਪੋਜ਼ ਕੀਤਾ ਵੀ ਮੈਕਡੋਨਲਡਸ ਉੱਥੇ ਬੀਸੀ ਦੇ ਵਿੱਚ ਤੇ ਸਸਕੈਚੂਨ ਦੇ ਵਿੱਚ ਉਹ ਕੰਪਨੀਜ਼ ਵਰ ਪ੍ਰੀਫਰਿੰਗ ਟੈਂਪਰੇਰੀ ਫੋਨ ਵਰਕਰਸ ਹਾਲਾਂਕਿ ਓਵਰ ਕੈਨੇਡੀਅਨਸ ਉਹਨਾਂ ਨੂੰ ਜ਼ਿਆਦਾ ਸ਼ਿਫਟ ਮਿਲ ਰਹੇ ਸੀਗੇ ਤੇ ਫਿਰ ਸਸਕੈਚੂਨ ਦੇ ਵਿੱਚ ਦੋ ਗੋਰੀਆਂ ਰੋਣ ਲੱਗ ਗਏ ਸੀਬੀਸੀ ਦੇ ਉੱਤੇ ਵੀ ਆਪਣੇ ਜਿਹੜੇ 20 years ਦੀ ਨੌਕਰੀ ਸੀਗੀ ਉਹ ਉਹਨਾਂ ਨੇ ਫਿਲੀਪੀਨੋ ਨੂੰ ਦਿੱਤੀ ਉਹਦੇ ਨਾਲ ਜੇਸਨ ਕੈਨੀ ਵਾਸ ਫੋਰਸ ਟੂ ਐਕਟ ਉਹਨੇ ਪ੍ਰੋਗਰਾਮ ਹੀ ਸਸਪੈਂਡ ਕੀਤਾ ਉਹ ਕਾਫੀ ਰਿਫੋਰਮ ਕੀਤਾ ਹੁਣ 80% ਡਰੋਪ ਹੈਗੀ ਆ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਐਪਲੀਕੇਸ਼ਨਸ ਦੇ ਵਿੱਚ $1,000 ਦੀ ਫੀ ਕਰਤੀ ਪਹਿਲਾਂ ਫ੍ਰੀ ਹੁੰਦੀ ਸੀਗੀ ਫਿਰ $250 ਕਰਤੀ ਹੁਣ $1,000 ਕਰਤੀ ਜਿਹੜਾ 4 pages ਦਾ ਪ੍ਰੋਗਰਾਮ ਸੀਗਾ ਜਿਹੜੇ ਮੈਂ ਪਹਿਲਾਂ ਵੀ ਕਹਿਤਾ ਸੀਗਾ ਵੀ 8-year-old ਵਿਦ ਅ ਕ੍ਰੇਅਨ ਐਲਮਓ ਐਪਲੀਕੇਸ਼ਨ ਭਰ ਸਕਦਾ ਸੀਗਾ ਉਹ ਹੁਣ ਉਹਨਾਂ ਨੇ 16 pages ਕਰਾਤੀ ਐਂਡ ਸੋ ਕਾਫੀ ਪਾਬੰਦੀਆਂ ਹੋ ਗਈਆਂ ਟੈਂਪਰੇਰੀ ਫੋਨ ਵਰਕਰ ਪ੍ਰੋਗਰਾਮ ਹੈਵਲੀ ਮੋਨੀਟਰਡ ਹੈਵਲੀ ਰਿਸਟ੍ਰਿਕਟਡ ਦੇਰ ਇਜ਼ ਅ ਬਲੈਕ ਲਿਸਟ ਫਾਰ ਐਮਪਲੋਇਰਸ ਜਿਹੜੇ ਐਕਸਪਲੋਇਟ ਕਰ ਰਹੇ ਸੋ ਅਗੇਨ ਅਸੀਂ ਥੋੜੇ ਜਿਹਾ ਸ਼ਾਮਲ ਸੀਗੇ ਇਹਦੇ ਐਕਸਪਲੋਇਟੇਸ਼ਨ ਦੇ ਹੁਣ ਵੀ ਗੋਇੰ ਰੀਪ ਵਾਟ ਵੀ ਸੋਕ ਐਂਡ ਸੋ ਦੈਟ ਪ੍ਰੋਗਰਾਮ ਇਜ਼ ਰਿਸਟ੍ਰਿਕਟਡ ਕੁਡ ਬੀ ਰਿਸਟ੍ਰਿਕਟਡ ਮੋਰ ਇਨ ਦ ਫਿਊਚਰ ਐਜ਼ ਆਇਲ ਪ੍ਰਾਈਸਸ ਕੀਪ ਗੋਇੰਗ ਡਾਊਨ ਸੋ ਮਾਈ ਕੁਐਸਚਨ ਵਾਸ ਰਿਲੇਟਡ ਟੂ ਦਿਸ ਐਕਸਪਲੋਇਟੇਸ਼ਨ ਸ਼ਾਇਦ ਆਪਣੇ ਬਹੁਤ ਸਾਰੇ ਇੰਡੀਅਨ ਰੈਸਟੋਰੈਂਟਸ ਇਹੋ ਜਿਹੇ ਵੀ ਸੀ ਜਿਨ੍ਹਾਂ ਨੇ ਕੁਝ ਘਰ ਬਾਏ ਕਰਕੇ ਜਿਹੜੇ ਫਾਰਮ ਹਾਊਸਿਸ ਉੱਥੇ ਰੱਖੇ ਹੋਏ ਸੀ ਤੇ ਉੱਥੇ ਰੱਖੇ ਹੋਣ ਕਿਉਂਕਿ ਮੇਰਾ ਵਾਸਤਾ ਰਹਿੰਦਾ ਬੀਂਗ ਏ ਹੈਲਥ ਪ੍ਰੋਫੈਸ਼ਨਲ ਵਿਚਰਦਾ ਸੀ ਤੇ ਉਹ ਉੱਥੇ ਬੰਦ ਰੱਖ ਕੇ ਉਹਨਾਂ ਨੂੰ ਉੱਥੋਂ ਹੀ ਰੈਸਟੋਰੈਂਟਸ ਤੇ ਲਿਆਂਦੇ ਸੀ ਇੱਥੋਂ ਜਾ ਕੇ ਫਿਰ ਕੁਝ ਬੰਦਿਆਂ ਨੇ ਭੱਜ ਕੇ ਜਾ ਕੇ ਰਿਫਿਊਜੀ ਕੇਸ ਕੀਤੇ ਔਰ ਇਹੋ ਜਿਹੀਆਂ ਚੀਜ਼ਾਂ ਨਾਲ ਹੀ ਇਹ ਚੀਜ਼ਾਂ ਮੈਂ ਤਾਂ ਤੁਹਾਨੂੰ ਪੁੱਛਿਆ ਸੀ ਕਿ ਹੋ ਸਕਦਾ ਤੁਹਾਡੇ ਕੋਲ ਵੀ ਇਹੋ ਜਿਹੇ ਕੇਸ ਆਏ ਹੋਣ ਕਿ ਜਿਨ੍ਹਾਂ ਨਾਲ ਇੰਨੀ ਐਕਸਪਲੋਇਟੇਸ਼ਨ ਹੁੰਦੀ ਸੀ ਵਾਹ ਤੁਸੀਂ ਇੱਕ ਕਾਫੀ ਮਸ਼ਹੂਰ ਤੇ ਕਾਫੀ ਸਪੈਸੀਫਿਕ ਕੇਸ ਦੀ ਗੱਲ ਕਰ ਰਹੇ ਹੋ ਉਹ ਮੈਨੂੰ ਲੱਗਦਾ ਸਾਰਿਆਂ ਨੂੰ ਪਤਾ ਹੀ ਆ ਉਹ ਰੈਸਟੋਰੈਂਟ ਕਿਹੜਾ ਰੈਸਟੋਰੈਂਟ ਹੈਗਾ ਸੋ ਇਹ ਤੋਂ ਜ਼ਿਆਦਾ ਆਈ ਕੈਨਟ ਕਮੈਂਟ ਇਟ ਦਿਸ ਇਜ਼ ਅ ਮੈਟਰ ਆਫ ਪਬਲਿਕ ਰੈਕਾਰਡ ਐਂਡ ਰੈਸਟੋਰੈਂਟ ਐਂਡ ਯਾ ਐਂਡ ਦੈਟਸ ਅਨਫੋਰਚੂਨੇਟ ਦਿਸ ਆਪਾਂ ਅਸੀਂ ਅਤੇ ਵਿਸ਼ਾਦ ਪਗਲ ਸਾਹਿਬ ਕੈਨ ਕਨਫਰਮ ਦਿਸ ਮੇਰੇ ਖਿਆਲ ਦੇ ਅਸੀਂ ਆਪਦੇ ਅੰਦਰ ਖੂਨ ਜ਼ਿਆਦਾ ਪੀਂਦੇ ਹਾਂ ਰਾਈਟ ਦੇਖੋ ਇਹ ਹੁਣ ਇਹ ਕਿਉਂ ਹੋ ਜਾਂਦਾ ਹੈ ਆਪਣੇ ਬੰਦੇ ਕਿਉਂ ਆਪਣਿਆਂ ਦਾ ਐਕਸਪਲੋਇਟ
ਐਕਸਪਲੋਇਟੇਸ਼ਨ ਕਰਦੇ ਆ। ਇਹਦੇ ਵਿੱਚ ਕਸੂਰ ਵੀ ਕੁਝ ਹੱਦ ਤੱਕ ਐਕਸਪਲੋਇਟਰ ਦਾ, ਕੁਝ ਹੱਦ ਤੱਕ ਜਿਹੜੇ ਸਾਡੇ ਬੰਦੇ ਇੰਡੀਆ ਤੋਂ ਆਉਂਦੇ ਆ ਉਹਨਾਂ ਦਾ, ਕਿਉਂਕਿ ਅੰਗਰੇਜ਼ੀ ਸਿੱਖਣੀ ਕੋਈ ਸਕਿੱਲ ਹੈ ਨਹੀਂ, ਜਾਣਾ ਉੱਥੇ ਹੈ ਜਿੱਥੇ ਪੰਜਾਬੀ ਹੈ। ਸਰ ਜੇ ਤੁਹਾਡੇ ਕੋਲ ਅੰਗਰੇਜ਼ੀ ਨਹੀਂ ਆਉਣੀ ਤੁਸੀਂ ਪੰਜਾਬੀ ਲਈ ਕੰਮ ਕਰੋਗੇ, ਕਿਉਂਕਿ ਤੁਹਾਨੂੰ ਜ਼ਬਾਨ ਹੀ ਨਹੀਂ ਆਉਂਦੀ ਅੰਗਰੇਜ਼ੀ। ਪੰਜਾਬੀਆਂ ਨੇ ਵਾਧੂ ਤੁਹਾਨੂੰ ਪੈਸੇ ਦੇਣੇ ਨੇ, ਸੁੱਖ ਨਾਲ ਪਤਾ ਹੀ ਹੈ ਕਿ ਤੁਹਾਨੂੰ ਅਨਫੇਅਰ ਟ੍ਰੀਟ ਕਰਨਾ ਉਹਨਾਂ ਨੇ। ਅਸੀਂ ਤਾਂ ਇਹੀ ਚਾਹੁੰਦੇ ਕਿ ਕੰਮ ਜ਼ਿਆਦਾ ਹੋਏ ਤਾਂ ਪੈਸੇ ਥੋੜ੍ਹੇ ਦੇਣੇ ਪੈਣ। ਹਰ ਇੰਪਲੋਈ ਇਸ ਹਰ ਮਾਲਕ ਬਿਜ਼ਨਸ ਦਾ ਇਹੀ ਸੋਚਦਾ ਕਿ ਬਿਜ਼ਨਸ ਵਿੱਚ ਵਾਧਾ, ਪੈਸੇ ਚਾਰ ਬਣਦੇ ਹੀ ਇੱਦਾਂ ਹੀ ਆ। ਸਰ ਕੋਸਟ ਘਟਾਉਣ ਦੀ ਕੋਸ਼ਿਸ਼ ਬਿਲਕੁਲ, ਸਰ ਉਹਦੇ ਵਿੱਚ ਤੁਸੀਂ ਵਰਦਿਆਂ ਨੂੰ ਪੈਰ ਪਾਉਂਦਿਆਂ ਨੂੰ ਕੈਨੇਡਾ ਅਤੇ ਯੂਕੇ 'ਚ ਆਪਣੀ ਮਾਰਕੀਟ ਲਿਮਿਟ ਕਰ ਆਲਰੇਡੀ। ਸਰ ਫਿਰ ਆਪਣਿਆਂ ਨੂੰ ਆਪਣੇ ਤਾਂ ਆਪਣੇ ਸੋਚਦੇ ਕਿ ਇੰਡੀਆ ਤੋਂ ਆਉਂਦੇ ਕਿ ਸ਼ਾਇਦ ਆਪਣੇ ਬੰਦੇ ਸਾਡੀ ਹੈਲਪ ਕਰੂਗੇ, ਪਰ ਅਨਫੋਰਚੁਨੇਟਲੀ ਆਪਣੇ ਬੰਦੇ ਕਹਿੰਦੇ ਕਿ ਨਹੀਂ ਹੁਣ ਇਹਨਾਂ ਨੂੰ ਘੱਟ ਪੈਸੇ ਦੇਵਾਂਗੇ ਤਾਂ ਕੰਮ ਜ਼ਿਆਦਾ ਕਰਾਵਾਂਗੇ, ਕਿ ਸਾਨੂੰ ਪਤਾ ਇਹਨਾਂ ਨੇ ਹੋਰ ਕਿਤੇ ਜਾਣਾ ਨਹੀਂ। ਇਹ ਤਾਂ ਹੈ ਨਹੀਂ ਕਿ ਹੁਣ ਕਿ ਆਫਿਸ ਜੋਬ ਲੈ ਲੂਗੇ ਅੰਗਰੇਜ਼ੀ ਬੋਲਣ 'ਚ, ਕਿਉਂਕਿ ਲੈਂਗੁਏਜ ਹੀ ਨਹੀਂ ਪਤਾ। ਸਰ ਮਾਈਗ੍ਰੈਂਟ ਜਿਹੜੇ ਆਉਂਦੇ ਆ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਪਹਿਲਾਂ ਤਾਂ ਉਸ ਮੁਲਕ ਦੀ ਜ਼ੁਬਾਨ ਜ਼ਰੂਰ ਹੋਣੀ ਚਾਹੀਦੀ ਹੈ, ਦੂਜੀ ਗੱਲ ਉਹਨਾਂ ਨੂੰ ਚਾਹੀਦੀ ਹੈ ਕਿ ਉਹਨਾਂ ਦਾ ਕੋਈ ਇੱਦਾਂ ਦਾ ਸਕਿੱਲ ਹੋਣਾ ਚਾਹੀਦਾ ਜਿਹਦੇ ਨਾਲ ਉਹ ਅੱਛੀ ਰੋਜ਼ੀ ਰੋਟੀ ਮੰਗਾ। ਜੇ ਕਹੇ ਕੋਈ ਕਿ ਨਹੀਂ ਕਿ ਮੈਂ ਤਾਂ ਜੀ ਹਲਾ ਹੀ ਵਾਹਿਆ, ਕਿ ਮੈਂ ਤਾਂ ਜੀ ਇੱਥੇ ਆਲੂ ਹੀ ਲਾਏ ਆ, ਜਾਂ ਕਿ ਮੈਂ ਇੱਥੇ ਜਾ ਕੇ ਮਿਸਤਰੀ ਵਾਲਾ ਕੰਮ ਕਰ ਲਊਂਗਾ ਕੈਨੇਡਾ ਆ ਕੇ ਜਾਂ ਇੱਥੇ ਇੰਗਲੈਂਡ ਆ ਕੇ। ਉਹ ਕੰਮ ਬਹੁਤ ਮੁਸ਼ਕਿਲ ਆ, ਉਹ ਕੰਮ ਬਹੁਤ ਡਿਫਰੈਂਟ ਹੁੰਦਾ, ਡਿਫੀਕਲਟ ਹੁੰਦਾ ਅਡੈਪਟ ਕਰਨ ਲਈ। ਇਸ ਲਈ ਤੁਸੀਂ ਜੋ ਮਾਈਗ੍ਰੈਂਟਸ ਦੇਖਦੇ ਆ, ਕੁਛ ਹੱਦ ਤੱਕ ਸਾਡੇ ਇੰਗਲੈਂਡ ਵਿੱਚ ਜੋ ਮਾਈਗ੍ਰੈਂਟਸ ਹੈਗੇ ਆ ਮੋਸਟਲੀ ਤਾਂ ਅਨਸਕਿੱਲ ਜੋਬਾਂ ਕਰਦੇ ਆ, ਕਲੀਨਰਾਂ ਦਾ, ਕੰਸਟਰਕਸ਼ਨ ਦਾ, ਲੇਬਰ ਦਾ, ਸ਼ਵਲਾਂ ਦਾ, ਅਤੇ ਮਤਲਬ ਕਿ ਅਨਸਕਿੱਲ ਜੋਬ ਕਰਦੇ ਆ। ਆਪਣੇ ਆਪ ਨੂੰ ਇਹ ਸੋਚਦੇ ਕਿ ਜੀ ਉਸ ਇੱਕ ਜੋਬ ਉਹ ਸਾਰੀ ਉਮਰ ਕਰੂਗੇ, ਉਹਨਾਂ ਨੇ ਇਹ ਨਹੀਂ ਸੋਚਿਆ ਕਿ ਜੀ ਆਪਣੇ ਅਸੀਂ ਵਧਾਈਏ ਜਾਂ ਪੜ੍ਹੀਏ ਪਹਿਲਾਂ ਆ ਕੇ। ਜਿਹੜੇ ਸਾਊਥ ਏਸ਼ੀਆ ਤੋਂ ਆਉਂਦੇ, ਸਾਊਥ ਇੰਡੀਆ ਤੋਂ ਆਉਂਦੇ, ਫਰਜ਼ ਕਰੋ ਤੁਸੀਂ ਬੈਂਗਲੋਰ ਤੋਂ, ਚੇਨਈ ਤੋਂ, ਕੋਚਿਨ ਤੋਂ, ਕੇਰਲਾ ਤੋਂ, ਐਕਚੁਲੀ ਉਹ ਸਮਾਰਟ ਆ, ਕਿਉਂਕਿ ਉਹ ਆਪਣੀ ਪੂਰੀ ਸਕੂਲਿੰਗ ਕਰਕੇ, ਐਜੂਕੇਸ਼ਨ ਕਰਕੇ, ਐਕਸਪੀਰੀਅੰਸ ਲੈ ਕੇ ਉਹ ਉਸ ਜੋਬਾਂ 'ਚ ਆਉਂਦੇ ਆ ਜਿੱਥੇ ਲੋੜ ਪੈਂਦੀ, ਇੰਜੀਨੀਅਰਿੰਗ, ਆਈ ਟੀ ਸੈਕਟਰ ਵਿੱਚ। ਤਾਂ ਉਹ ਬੜੇ ਬੜੇ ਕੰਪਨੀਆਂ ਨਾਲ ਲੱਗ ਕੇ, ਅਤੇ ਉਹ ਫਿਰ ਉਹਨਾਂ ਨੂੰ ਸੈਲਰੀ ਬਹੁਤ ਅੱਛੀ ਮਿਲਦੀ ਹੈ, ਤਾਂ ਉਹਨਾਂ ਨੂੰ ਚੌਧਰ ਵੀ ਮਿਲਦੀ ਹੈ, ਤਾਂ ਉਹਨਾਂ ਦੀ ਲਿਵਿੰਗ ਸਟੈਂਡਰਡ ਬਹੁਤ ਅੱਛੀ ਹੁੰਦੀ ਹੈ। ਇਹਦੇ ਵਿੱਚ ਇਹੀ ਹੁੰਦਾ ਕਿਉਂਕਿ ਉਹ ਪਲਾਨ ਕਰਦੇ ਆ ਕਿ ਅਸੀਂ ਜਾਣਾ ਕਿੱਥੇ। ਸਾਡੇ ਪੰਜਾਬੀ ਕਹਿੰਦੇ ਕਿ ਸਾਡਾ ਪਹਿਲਾਂ ਪੜ੍ਹਾਈ ਨੂੰ ਛੱਡੋ ਜੀ, ਪਲੱਸ ਟੂ ਪਾਸ ਕਰਨ ਤੋਂ ਪਹਿਲਾਂ ਹੀ ਹੁਣ ਉੱਥੇ ਤਕਰੀਬਨ ਜਨਤਾ ਕਹਿੰਦੀ ਕਿ ਸਾਨੂੰ ਅਸੀਂ ਬਾਹਰ ਜਾਣਾ। ਤਾਂ ਇੱਕ ਪੈਰ ਸਾਡਾ ਕਹਿੰਦੇ ਬਾਹਰ ਹੋ ਕੈਨੇਡਾ 'ਚ, ਦੂਜਾ ਭਾਵੇਂ ਰਸ਼ੀਆ 'ਚ ਰਹਿ ਜਾਵੇ, ਅਸੀਂ ਉੱਥੇ ਜਾ ਕੇ ਕੋਨੇ, ਸਾਨੂੰ ਅਕਸਰ ਲੋਕ ਕਹਿੰਦੇ ਆ ਕਿ ਜੀ ਭਾਅ ਜੀ ਕੋਨੇ 'ਚ ਲਿਆ ਕੇ ਸਿੱਟ ਦੇ ਇੰਗਲੈਂਡ 'ਚ, ਮਤਲਬ ਕੋਨੇ 'ਚ ਜਾ ਕੇ ਕਰਨਾ ਜੀ ਉੱਥੇ ਤੁਸੀਂ। ਮਤਲਬ ਜਾਣਾ ਤਾਂ ਚਾਹੀਦਾ ਕਿ ਤੁਸੀਂ ਉੱਥੇ ਜਾ ਕੇ ਕਿ ਜੋਬ ਵਧੀਆ ਲੱਭੀ ਆਪਣੀ ਜ਼ਿੰਦਗੀ ਬਣਾਉਣ ਲਈ, ਪਰ ਅਨਫੋਰਚੁਨੇਟਲੀ ਇਸ ਲਈ ਉਹਨਾਂ ਨੂੰ ਓਵਰਸਟੇ ਹੋਣਾ ਪੈਂਦਾ, ਕੱਚੇ ਹੋ ਜਾਂਦੇ ਆ। ਤੁਹਾਡੇ ਤਾਂ ਇੱਥੇ ਕੱਚੇ ਬੰਦੇ ਬਹੁਤ ਘੱਟ ਆ, ਸਾਡੇ ਹਿਸਾਬ ਨਾਲ ਤੁਹਾਡੇ ਇੱਥੇ ਸਿਰਫ 30,000 ਪੂਰੇ ਕੈਨੇਡਾ 'ਚ ਕੱਚੇ ਬੰਦੇ ਆ। ਸਾਡੇ ਤਾਂ ਜੀ 4 ਸੜਕਾਂ 'ਚ ਇੰਨੇ ਹੋਣੇ ਆ, 30-40 ਦੇ ਵਿੱਚ ਸਾਡਾ 15,00,000 ਬੰਦਾ ਕੱਚਾ ਇੰਗਲੈਂਡ 'ਚ। ਇੰਨਾ ਕੱਚਾ ਕਿਸ ਤਰ੍ਹਾਂ ਆ ਗਿਆ ਇੱਕਦਮ ਹੀ? ਇੱਕਦਮ ਜੀ ਲੋਰੀਆਂ ਤੇ ਬਹਿ ਕੇ, ਤੁਹਾਡੇ ਇੱਥੇ ਜਿਹੜਾ ਆਊਗਾ ਜਹਾਜ਼ ਤੇ ਹੀ ਆਊਗਾ। ਬਿਲਕੁਲ, ਸਾਡੇ ਜੀ ਪਹਿਲਾਂ ਇੰਡੀਆ ਤੋਂ ਜਾਂਦੇ ਮੋਸਕੋ, ਠੀਕ ਹੈ, ਬਾਈ ਫਲਾਈਟ ਮੋਸਕੋ ਤੋਂ ਫਿਰ 22 ਫੁੱਟ ਲੋਰੀਆਂ 'ਚ ਬਹਿ ਬਹਿ ਕੇ ਜੰਗਲਾਂ 'ਚੋਂ ਜਾ ਕੇ ਸਲੋਵੈਕ ਰਿਪਬਲਿਕ, ਆਸਟਰੀਆ ਦੇ ਵਿੱਚੋਂ, ਜਰਮਨੀ ਦੇ ਥਰੂ, ਅਤੇ ਫਿਰ ਫਰਾਂਸ ਬੈਲਜੀਅਮ ਦੇ ਥਰੂ ਇੰਗਲੈਂਡ ਆਉਂਦੇ। ਲੋਰੀ 'ਤੇ ਬਹਿ ਕੇ ਜਾਣ ਦੇ ਖਤਰਾ ਦੇ ਕੇ, ਕੰਟੇਨਰਾਂ 'ਚ ਬਹਿ ਕੇ, ਲੁੱਕ ਛੁੱਪ ਕੇ, ਬਹੁਤ ਲੋਕ ਇੱਦਾਂ ਦੇ ਵੀ ਹੋਏ ਕਿ ਉਹ ਰਾਹ 'ਚ ਨਹੀਂ ਸਫ਼ਰ ਉਹਨਾਂ ਪੂਰਾ ਨਹੀਂ ਹੋਇਆ ਅਤੇ ਲਾਸ਼ਾਂ ਹੀ ਨਹੀਂ ਲੱਭੀਆਂ ਇਹਦੇ ਵਿੱਚ ਹੈਗੇ। ਸਾਡੇ ਪੰਜਾਬ ਦੇ ਕਾਫ਼ੀ ਲੋਕ ਇਹਦਾ ਰਿਸਕ ਲੈਂਦੇ ਆ, ਬਟ ਰਿਸਕ ਲੈਣ ਲਈ ਤਿਆਰ ਆ ਕਿ ਇੰਡੀਆ ਰਹਿ ਕੇ ਪੜ੍ਹਨਾ ਨਹੀਂ ਅਤੇ ਆਪਣੀ ਜ਼ਿੰਦਗੀ ਨਹੀਂ ਬਣਾਉਣੀ, ਬਸ ਯੰਗ ਏਜ 'ਤੇ ਬਾਹਰ ਕੱਢੋ ਜੀ, ਅਤੇ ਬਾਹਰ ਆ ਕੇ ਇੱਥੇ ਫਿਰ ਕੰਮ ਕਰੋ, ਅਤੇ ਕੰਮ ਲੇਬਰ ਕਰੋ, ਅਤੇ ਜੇ ਪਿੱਛੇ ਪੈਸੇ ਪਾਓ ਤਾਂ ਉਹ ਪਿੱਛੇ ਪੈਸੇ ਪਾਉਣ ਦਾ ਫਾਇਦਾ ਤਾਂ ਕਦੇ ਸਾਨੂੰ ਮਿਲਦਾ ਨਹੀਂ, ਕਿਉਂਕਿ ਜਦੋਂ ਜਾਂਦੇ ਆ ਔਰ ਪਿਛਲੇ ਵਾਲੇ ਐਸ਼ ਕਰਦੇ। ਬਿਲਕੁਲ, ਇੱਕ ਇਹਦੇ 'ਚ ਪੰਗਲ ਸਾਹਿਬ ਤੁਸੀਂ ਗੱਲ ਕੀਤੀ ਵੀ, ਇੱਕ ਤਾਂ ਇਲੀਗਲ ਇੰਨੇ ਲੋਕ ਮਤਲਬ ਰਹਿ ਰਹੇ ਨੇ ਕੱਚੇ, ਜਿਹਨਾਂ ਨੂੰ ਆਪਾਂ ਕਹਿੰਦੇ ਹਾਂ, ਅਤੇ ਉਹਨਾਂ ਦਾ ਤਾਂ ਪਤਾ ਨਹੀਂ, ਮੈਨੂੰ ਲੱਗਦਾ ਵੀ ਚੰਗੀ ਤਰ੍ਹਾਂ ਐਕਸਪਲੋਰੇਸ਼ਨ 'ਤੇ ਆਪੇ ਆਪਣੇ ਆਪ ਨੂੰ ਬਣਾ ਲੈਂਦੇ ਨੇ। ਜਿੱਦਾਂ ਉਹ ਇਹ ਕਹਿੰਦੇ ਨਾ ਵੀ ਗੁੜ ਆਪਣੇ ਆਪ ਨੂੰ ਬਣ ਜਾਂਦਾ ਵੀ ਮੱਖੀਆਂ ਉਹਦੇ 'ਤੇ ਆਉਣੀਆਂ ਸ਼ੁਰੂ ਹੋ ਜਾਂਦੀਆਂ, ਉਹਨੂੰ ਪਤਾ ਵੀ ਇਹਨਾਂ ਨੇ ਹਲਕੇ ਫੁਲਕੇ ਚੱਲਣਾ। ਦੂਜੇ ਪਾਸੇ ਮੈਂ ਪਿੱਛੇ ਇੱਕ ਦੋ ਡਾਕੂਮੈਂਟਰੀਜ਼ ਦੇਖਦਾ ਸੀਗਾ ਕਿ ਵੀ ਇੰਗਲੈਂਡ ਦੇ ਵਿੱਚ ਕੁੜੀਆਂ ਜਿਹੜੀਆਂ ਖਾਸ ਕਰਕੇ ਇੰਡੀਆ ਤੋਂ ਜਾਂ ਦੂਜੇ ਕੰਟਰੀਆਂ ਦੇ ਲੋਕ ਭੇਜ ਦਿੰਦੇ ਨੇ ਵੀ ਚਲੋ ਠੀਕ ਹੈ ਕੁੜੀਆਂ ਵੀ ਉੱਥੇ ਜਾ ਕੇ ਅਤੇ ਪੜ੍ਹਨ ਲੱਗ ਪੈਣਗੀਆਂ, ਸੈੱਟ ਹੋਣਗੀਆਂ, ਪਰ ਉਹ $5-5 ਦੇ ਵਿੱਚ ਮਤਲਬ ਪ੍ਰੋਸਟੀਟਿਊਸ਼ਨ ਦਾ ਕੰਮ ਜਾਂ £5-5 ਦੇ ਵਿੱਚ ਸੁਣਨ 'ਚ ਆਇਆ ਵੀ ਇੱਦਾਂ ਦਾ ਕਰਦੀਆਂ, ਜਾਂ ਇੱਕ ਇੱਕ ਕਮਰੇ ਦੇ ਵਿੱਚ ਕਿੰਨੀਆਂ ਕੁੜੀਆਂ ਅਤੇ ਮੁੰਡੇ ਇਕੱਠੇ। ਜਿੱਦਾਂ ਇੱਕ ਫਿਲਮ ਵੀ ਆਈ ਸੀਗੀ ਸ਼ਾਹਰੁਖ ਖਾਨ ਦੀ, ਉਹਦੇ 'ਚ ਵੀ ਥੋੜ੍ਹਾ ਜਿਹਾ ਦੇਖਣ 'ਚ ਮਿਲਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਐਕਸਪਲੋਰੇਸ਼ਨ ਹੁੰਦੀ ਹੈ ਛੋਟੇ ਜਿਹੇ ਰੂਮ ਦੇ ਵਿੱਚ ਰਹਿੰਦੇ ਨੇ। ਸੋ ਇਹਦੇ ਬਾਰੇ ਵੀ ਥੋੜ੍ਹਾ ਜਿਹਾ ਸਾਨੂੰ ਦੱਸੋ ਵੀ ਕੀ ਜੀ। ਅਨਫੋਰਚੁਨੇਟਲੀ ਜਦੋਂ ਇੰਗਲੈਂਡ ਨੇ ਸਟੂਡੈਂਟ ਵੀਜ਼ੇ ਖੋਲ੍ਹੇ ਸੀ, ਇਹਨਾਂ ਨੇ ਤਾਂ ਖੋਲ੍ਹੇ ਸੀ ਕਿ ਜੀ ਜੈਨੂਇਨ ਸਟੂਡੈਂਟ ਆਉਣਗੇ, ਤੁਸੀਂ ਜ਼ਿਆਦਾ ਹੀ ਖੋਲ੍ਹ ਦਿੱਤਾ ਤਾਂ ਪੰਜਾਬ ਤੋਂ 6 ਆ ਗਏ ਬੰਦੇ।
ਯਾਨੀ ਰੀਤੀ ਪੂਰੀ ਬਦਲ ਦਿੱਤੀ ਆ। ਅਸੀਂ ਕਹਿੰਦੇ ਹੁਣ ਕਿ ਅਸੀਂ ਲੜਕੀ ਦੇ ਘਰ ਦਾ ਪਾਣੀ ਦਾ ਗਲਾਸ ਵੀ ਨਹੀਂ ਪੀਂਦੇ, ਇੱਥੇ ਤਾਂ ਖੂਹ ਖਾਲੀ ਕਰਨ ਨੂੰ ਫਿਰਦੇ ਹੋ। ਇਹਦੇ ਇਸ ਤਰ੍ਹਾਂ ਦਾ ਹੋਏ ਹਾਲਾਤ, ਜਦੋਂ ਬੱਚੀਆਂ ਗਈਆਂ ਤੇ ਰਿਹਾਇਸ਼ ਲਈ ਜਗ੍ਹਾ ਨੀ, ਮੋਹਰੇ ਉਹਨਾਂ ਨੂੰ ਲੜਕਿਆਂ ਨਾਲ ਰਹਿਣਾ ਪਿਆ, ਤੇ ਕਾਲਜ ਜਿੱਥੇ ਗਏ ਸੀਗੇ ਫਰਜ਼ੀ ਕਾਲਜ ਬੰਦ ਕਰਤੇ ਗੌਰਮੈਂਟ ਨੇ ਪਿਛਲੇ ਸਾਲ 650 ਫਰਜ਼ੀ ਕਾਲਜ ਬੰਦ ਕੀਤਾ। ਜਹਾਂ ਵੀਜ਼ੇ ਵਧੇ ਨਹੀਂ, ਉਸ ਦੇ ਵਿੱਚ ਬੱਚਿਆਂ ਨੂੰ ਕੰਮ ਨਹੀਂ ਮਿਲਿਆ, ਤਾਂ ਉਹਨਾਂ ਨੂੰ ਫਿਰ ਟਾਈਮਸ ਆਫ ਇੰਡੀਆ ਦੀ ਰਿਪੋਰਟ ਸੀਗੀ ਜਿਹਦੇ ਵਿੱਚ ਕਿ ਸਾਊਥ ਹਾਲ ਦੇ ਵਿੱਚ ਘੱਟੋ ਘੱਟ 600 ਲੜਕੀ ਹੈਗੀ ਆ ਜੋ ਕਿ ਪ੍ਰੋਸਟੀਟਿਊਸ਼ਨ ਕਰ ਰਹੀ ਆ, ਤੇ ਮਾਪੇ ਉਹਨਾਂ ਦੇ ਇੰਡੀਆ 'ਚ ਇਹ ਉਹਨਾਂ ਨੂੰ ਕਦੇ ਵੀ ਨਹੀਂ ਪੁੱਛਦੇ ਕਿ ਤੂੰ 1,000-2,000 ਪਾਉਂਡ ਪਾਉਣੀ ਆ ਮਹੀਨੇ ਦਾ, ਕਿੱਥੋਂ ਆਉਂਦਾ ਪੈਸੇ ਭੇਜੀ ਜਾ। ਤੇ ਅਸੀਂ ਕੁੜੀਆਂ ਦਾ ਖਾਣ ਲੱਗ ਪਏ ਇਹਦੇ ਵਿੱਚ, ਇਹ ਆ ਧੀਆਂ ਦਾ ਖਾਣ ਲੱਗ ਪਏ ਆ। ਮੈਨੂੰ ਤਾਂ ਸਮਝ ਨੀ ਆਉਂਦੀ ਕਿ ਜੀ ਕਿਸ ਤਰ੍ਹਾਂ ਸਿਸਟਮ ਚੱਲ ਰਿਹਾ, ਬਟ ਸਿਸਟਮ ਫਿਰ ਸਖਤੀ ਤਾਂ ਆਪੇ ਹੋਣੀ। ਕਈ ਬੱਚੀਆਂ ਉੱਥੇ ਲੱਭੀਆਂ ਗਈਆਂ ਕਿ ਉਹਨਾਂ ਨਾਲ ਸ਼ੋਸ਼ਣ ਹੋਇਆ, ਉਹ ਬਿਨਾਂ ਵਿਆਹ ਤੋਂ ਮਾਂ ਵੀ ਬਣ ਗਈਆਂ, ਤਾਂ ਉਹਨਾਂ ਦੇ ਕੋਲ ਹੁਣ ਬੱਚਾ ਵੀ ਆ, ਤਾਂ ਬੱਚੇ ਨਾਲ ਕੀ ਕਰੂਗੇ? ਕਿਉਂਕਿ ਇੱਥੇ ਤਾਂ ਬੱਚੇ ਦੇ ਭਾਗ ਬਹੁਤ ਅੱਛੇ ਆ। ਜੇ ਬੱਚਾ ਜੰਮਦਾ ਕੈਨੇਡੀਅਨ ਆ, ਭਾਵੇਂ ਮੰਮੀ ਡੈਡੀ ਉਹਦੇ ਕੱਚੇ ਹੋਣ, ਬੱਚਾ ਜ਼ਰੂਰ ਪੱਕਾ ਹੋਊ। 83 ਚ ਬੰਦ ਕਰਤਾ ਸੀ ਇਹ ਸਿਸਟਮ ਸਾਡੇ, ਸੀਗਾ ਕਿ ਜਿਹੜਾ ਬੱਚਾ ਪੈਦਾ ਹੁੰਦਾ ਉਹਨੂੰ ਆਪਣੀ ਮੰਮੀ ਡੈਡੀ ਦੀ ਨੈਸ਼ਨੈਲਿਟੀ ਮਿਲੇਗੀ। ਜੇ ਉਹਨਾਂ ਚੋਂ ਇੱਕ ਉਹਨਾਂ ਦਾ ਮੰਮੀ ਡੈਡੀ ਬ੍ਰਿਟਿਸ਼ ਹੈ ਤਾਂ ਬੱਚਾ ਬ੍ਰਿਟਿਸ਼ ਹੁੰਦਾ, ਜੇ ਦੋਨੋਂ ਇੰਡੀਅਨ ਆ ਤਾਂ ਬੱਚਾ ਵੀ ਇੰਡੀਅਨ ਹੋਏਗਾ, ਤਾਂ ਬੱਚਾ ਵੀ ਕੱਚਾ ਹੁੰਦਾ। ਇਸ ਲਈ ਅਕਸਰ ਫਾਰਮੂਲਾ ਅਸੀਂ ਬਦਲਦੇ ਹਾਂ। ਸਵਾਲ ਜਿਹੜਾ ਮੇਰੇ ਖਿਆਲ ਸ਼ਰਮਾ ਸਾਹਿਬ ਨੂੰ ਪੁੱਛਦੇ ਹਾਂ, ਕਿਉਂਕਿ ਇੱਥੇ ਵੀ ਕੋਈ ਸੁਣਨ ਵਿੱਚ ਆਇਆ ਕਿ ਜਿਸ ਤਰ੍ਹਾਂ ਅਗਰ ਰਿਫਿਊਜੀ ਕੋਈ ਮਾਂ ਪਿਓ, ਮੈਂ ਕੱਟੇ ਤੁਹਾਡੀ ਗੱਲ ਕੱਟ ਨਹੀਂ, ਕੋਈ ਰਿਫਿਊਜੀ ਮਾਂ ਪਿਓ ਇੱਥੇ ਹੁੰਦੇ ਆ ਜੇ ਪੱਕੇ ਨਹੀਂ ਹੋਏ ਹੁੰਦੇ, ਅਤੇ ਜੇ ਉਹਨਾਂ ਦੀ ਕੋਈ ਔਲਾਦ ਹੁੰਦੀ ਆ, ਕਿਉਂਕਿ ਉਹਨਾਂ ਨੂੰ ਜਿਹੜਾ ਹੁੰਦਾ ਨਾ CCT ਕੈਨੇਡੀਅਨ ਟੈਕਸ ਬੈਨੀਫਿਟ, ਉਹ ਨਹੀਂ ਮਿਲਦਾ ਹੈ ਜਿਹੜਾ ਬੱਚੇ ਨੂੰ ਬੱਚੇ ਦੇ ਜਿਹੜੀ ਸਪੋਰਟ ਵਾਸਤੇ ਹੁੰਦਾ ਜਾਂ ਯੂਨੀਵਰਸਲ ਚਾਈਲਡ ਕੇਅਰ। ਸੋ ਉਹ ਤੁਸੀਂ ਦੱਸ ਸਕਦੇ ਹੋ ਕਿ ਇੱਥੇ ਉਹਨਾਂ ਦਾ ਕੀ ਕਿਸ ਤਰ੍ਹਾਂ ਦਾ ਰਿਹਾ? ਮੈਂ ਇਹਦੇ ਬਾਰੇ ਤਾਂ ਕੁਛ ਕਹਿ ਨਹੀਂ ਸਕਦਾ ਵੀ ਉਹਨਾਂ ਨੂੰ ਕੀ ਟੈਕਸ ਬੈਨੀਫਿਟ ਮਿਲਦੇ ਆ ਕਿ ਨਹੀਂ ਮਿਲਦੇ, ਪਰ ਉਹ ਸਿਟੀਜ਼ਨ ਜ਼ਰੂਰ ਹੁੰਦੇ ਆ। ਅਤੇ ਇਹ ਥੋੜ੍ਹੀ ਜਿਹੀ ਆਪਣੀ ਖਾਸੀਅਤ ਹੈ, ਮੈਨੂੰ ਨਹੀਂ ਲੱਗਦਾ ਵੀ ਇਹ ਬੜੀ ਮੁਸ਼ਕਿਲ ਨਾਲ ਉਹ ਜੇ ਬਦਲਾ ਕੋਈ ਜਾਣਾ ਚਾਹੁੰਦਾ ਇਹ ਮੁਸ਼ਕਿਲ ਨਾਲ ਬਦਲੂਗੀ, ਕਿਉਂਕਿ ਇੱਕ ਤਾਂ ਆਪ ਨੂੰ ਇਮੀਗ੍ਰੈਂਟਸ ਚਾਹੀਦੇ ਆ, ਜੀ ਜੀ ਬਿਲਕੁਲ। ਦੂਸਰੀ ਜੇ ਬੱਚੇ ਇੱਥੇ ਹੁੰਦਾ ਵੀ ਆ ਅਤੇ ਹੁਣ ਮਾਪੇ ਉਹ ਕੱਚੇ ਆ ਅਤੇ ਉਹ ਵਾਪਸ ਵੀ ਜਾਣਾ ਹੋਊਗਾ, ਉਹ ਬੱਚਾ ਵਾਪਸ ਆ ਸਕਦਾ ਜਦੋਂ ਮਰਜ਼ੀ। ਇਹਦੇ 'ਚ ਮੈਨੂੰ ਕੋਈ ਖਾਸ ਮੈਂ ਇਤਰਾਜ਼ ਨਹੀਂ ਕਰ ਸਕਦਾ ਇਹ ਪ੍ਰੈਕਟਿਸ ਨੂੰ। ਸਾਨੂੰ ਇੱਕ ਹੋਰ ਕਨੇਡੀਅਨ ਸਿਟੀਜ਼ਨ ਮਿਲ ਜੂਗਾ, ਬਾਅਦ ਵਿੱਚ ਇੱਥੇ ਆ ਜੂਗਾ, ਇੱਥੇ ਕੰਮ ਕਰੂਗਾ, ਇੱਥੇ ਇਤਰਾਜ਼ ਵਾਸਤੇ ਨਹੀਂ ਸਵਾਲ ਕੀਤਾ। ਮੈਂ ਥੋੜਾ ਹੋਰ ਕਲੀਅਰ ਕਰਨਾ ਚਾਹੁੰਦਾ ਕਿ ਜਿਸ ਤਰ੍ਹਾਂ ਨੇ ਦੱਸਿਆ ਨਾ ਕਿ ਵੀ ਮਾਂ ਪਿਓ ਬੱਚੇ ਨੂੰ ਉਹੀ ਸਿਟੀਜ਼ਨਸ਼ਿਪ ਮਿਲੇਗੀ ਜਿਹੜੀ ਮਾਂ ਪਿਓ ਦੀ ਹੋਏਗੀ ਇੰਗਲੈਂਡ ਦੇ ਵਿੱਚ। ਇੱਥੇ ਐਵਰੀਵਨ ਬੋਰਨ ਇਨ ਕੈਨੇਡਾ ਅਦਰ ਦੈਨ children born of diplomatic staff like Deepan Badlakoti is a Canadian citizen. So ohi cheez main clear karna chahta hu kyunki beshak maap kyunki benefit te maap nu mil rahe hai na, beshak unhon nu nahi milde, is da matlab hai ki bachcha born itthe da jehda vi hega oh citizen hega. ਸਰ ਅੱਜ ਥੋੜ੍ਹਾ ਜਿਹਾ ਸਾਨੂੰ ਕਿਉਂਕਿ ਰਾਜ ਅਤੇ ਪੰਗਲ ਸਾਹਿਬ ਅੱਜ ਸਾਡੇ ਨਾਲ ਪਹੁੰਚੇ ਨੇ ਅਤੇ ਬਹੁਤ ਇੰਟਰਸਟਿੰਗ ਅਤੇ ਵਧੀਆ ਗੱਲਾਂ ਬਾਤਾਂ ਕਰ ਰਹੇ ਇਸ ਨਾਲ। ਜਨਰਲ ਇਮੀਗ੍ਰੇਸ਼ਨ ਜਾਂ ਜਨਰਲ ਗੱਲਾਂ ਨਹੀਂ ਆਪਾਂ ਕਰ ਰਹੇ, ਮੈਨੂੰ ਲੱਗਦਾ ਵੀ ਕਾਫੀ ਇੰਟਰਸਟਿੰਗ ਅਤੇ ਡਿਫਰੈਂਟ ਗੱਲਾਂ ਬਾਤਾਂ ਹੋ ਰਹੀਆਂ ਨੇ, ਕਿਉਂਕਿ ਸਿੱਧੇ ਸਵਾਲ ਜਵਾਬਾਂ ਤੋਂ ਇਲਾਵਾ ਆਪਾਂ ਜਾਣਨ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਚਰਚਾ ਕੀਤੀ ਜਾਵੇ। ਸਰ ਅੱਜ ਹੋਰ ਕਿਹੜੀ ਐਸੀ ਇੰਟਰਸਟਿੰਗ ਚੀਜ਼ ਜਿਹੜੀ ਤੁਸੀਂ ਇੰਨੇ ਸਾਲਾਂ ਦੇ ਆਪਣੇ ਕੈਰੀਅਰ ਦੇ ਵਿੱਚ ਇਮੀਗ੍ਰੇਸ਼ਨ 'ਚ ਬਦਲਾਵ ਦੇਖ ਰਹੇ ਹੋ? ਵੈਲ ਇਮੀਗ੍ਰੇਸ਼ਨ ਕਿਉਂਕਿ ਇਹ ਵੀ ਇੱਕ ਲਿਵਿੰਗ ਆਬਜੈਕਟ ਟਾਈਪ, ਜਿੱਦਾਂ ਸਾਡਾ ਬਿਜ਼ਨਸ ਪਲਾਨ ਹੁੰਦਾ ਆਲ ਦਾ ਟਾਈਮ ਲਿਵਿੰਗ ਹੁੰਦਾ, ਇਮੀਗ੍ਰੇਸ਼ਨ ਸਿਸਟਮ ਵੀ ਐਸਾ ਵੀ ਇਹ ਬੜੀ ਫ੍ਰੀਕੁਐਂਟਲੀ ਚੇਂਜ ਹੋ ਰਿਹਾ ਅਤੇ ਪਿਛਲੇ ਟਾਈਮ ਦੇ ਵਿੱਚ ਕਾਫੀ ਤੇਜ਼ੀ ਨਾਲ ਚੇਂਜ ਹੋਇਆ। ਆਈ ਥਿੰਕ ਮੇਰੇ ਖਿਆਲ ਵਿੱਚ ਲੋਕ ਥੋੜ੍ਹੇ ਜਿਹੇ ਹੈਰਾਨ ਹੋਣਗੇ ਅਤੇ ਰਾਈਟ ਨਾਓ ਲੋਕ ਨੂੰ ਪਤਾ ਨਹੀਂ ਵੀ ਇਸ ਵਕਤ ਸੋਸ਼ਲ ਇੰਜੀਨੀਅਰਿੰਗ ਹੋ ਰਿਹਾ। 5, 10, 15, 20 ਸਾਲਾਂ ਦੇ ਵਿੱਚ ਲੋਕ ਪਿੱਛੇ ਦੇਖਣਗੇ ਅਤੇ ਉਹ ਕਹਿਣਗੇ ਵੀ ਆਹ ਕੰਜ਼ਰਵੇਟਿਵ ਗਵਰਨਮੈਂਟ, ਖਾਸ ਕਰਕੇ ਜੇਸਨ ਕੈਨੀ ਦੇ ਥੱਲੇ, ਮੈਸਿਵ ਰਿਫੋਰਮ ਟੂ ਦੀ ਇਮੀਗ੍ਰੇਸ਼ਨ ਸਿਸਟਮ ਆਫ ਕੈਨੇਡਾ। ਹੁਣ ਜੇ ਤੁਸੀਂ ਕਹਿ ਰਹੇ ਹੋ ਵੀ ਚੇਂਜ ਕੀ ਸੀਗੇ, ਚੇਂਜ ਸੀਗਾ ਵੀ ਉਹਨਾਂ ਨੇ 2.5 lakh ਐਪਲੀਕੇਸ਼ਨ ਪਰਮਨੈਂਟ ਰੈਜ਼ੀਡੈਂਟ ਜਿਹੜੇ ਵੀ ਸੀਗੇ, ਜਿਹੜੇ ਵੀ ਆਪਦੀ ਵਾਰੀ ਉਡੀਕ ਰਹੇ ਸੀਗੇ, ਸਾਰਾ ਕੁਛ ਉਹਨੇ ਫੀਸ ਭਰਤੇ ਸੀਗੇ ਅਤੇ ਉਹ ਤਿਆਰ ਸੀਗੇ ਕੈਨੇਡਾ ਆਉਣ ਵਾਸਤੇ, ਅਤੇ ਉਹ 7-8 ਸਾਲ ਬੈਕਲੋਗ ਦੀ ਸੀਗੀ ਅਤੇ ਜੇਸਨ ਕੈਨੀ ਨੇ ਉਹ ਸਾਰੇ ਐਪਲੀਕੇਸ਼ਨ ਟ੍ਰੈਸ਼ ਸੁੱਟਤੇ ਸੀਗੇ, ਯੂ ਨੋ ਵਿਦ ਅ ਸਟ੍ਰੋਕ ਆਫ ਅ ਪੈਨ ਹੀ ਡਿਲੀਟਡ ਦੋਜ਼ ਐਪਲੀਕੇਸ਼ਨ। ਜੇ ਤੁਸੀਂ ਯੂ ਨੋ ਜਸਟ ਟੇਕ ਰੈਫਿਊਜੀ ਕਲੇਮਸ ਜਿਹੜੇ ਵੀ ਸੀਗੇ, ਉਹਨਾਂ ਨੂੰ ਹੈਲਥ ਕੇਅਰ ਬੈਨੀਫਿਟਸ ਡਿਨਾਈ ਕਰਨਾ ਚਾਹੁੰਦੇ ਸੀਗੇ, ਹਾਲਾਂਕਿ ਦੈਟਸ ਬੀਨ ਰਿਵਰਸਡ ਬਾਈ ਦ ਫੈਡਰਲ ਕੋਰਟ ਬਾਈ ਜਸਟਿਸ ਐਨ ਮੈਕਟੈਵਿਸ਼। ਇਹ
सेफ कंट्री जिहड़ा इट्स इंटरेस्टिंग क्योंकि मैं 10 साल पहले मैं एक आर्टिकल लिखी सी यूके सिस्टम बारे भी यूके दा असाइलम सिस्टम आ हैगे उन्हां कोले वाइट पेपर आ ते ओ कंट्रीज तो जिहड़े आउंदे आ उन्हां नूं सहूलत घट ते उन्हां दी प्रोसेसिंग एक्सपेडाइट हैगी है ते उस टाइम ते मैं क्या कैनेडा नूं भी इहो जिहा सिस्टम होना चाहीदा ते 8 साल बाद जेसन केनी ने सेफ कंट्री लिस्ट बनाती ते मेरे ख्याल विच इंडिया भी वन डे विल बी ऑन द सेफ कंट्री लिस्ट ते आ जिहड़ा बैलेंस रेफ्यूजी रिफॉर्म एक्ट आ इहनां दी सुनवाई जिहड़ा पहलां 2 साल लग रहे सीगे रेफ्यूजी क्लेमेंट्स वास्ते हुण 2 महीने विच हो रहे आ लोकां दी डिपोर्टेशन साल दे विच हो रहे आ वर्क परमिट्स डिनाई कर रहे आ सो काफी इन्होंने यूके दे कदम नक्श विच चल रहे आ हालांकि पंगल साहब तो सोच रहे भी हाले भी इत्थे काफी पाबंदियां है नहीं इत्थे पर काफी पाबंदियां पिछले 3-4 साल विच आ रही है ते सानू भी हर हफ्ते हर महीने सानू भी चेक करना होगा भी की कानून बदलता हुण आ नवा कानून डिपोर्टिंग फॉरन क्रिमिनल्स फास्टर एक्ट पहला जे तुसी 12 साल पहला जे तुसी मर्डर भी किसी दा करदे सीगे परमानेंट रेजिडेंट थोनू अपील दा हक सीगा डिपोर्टेशन दी अपील तुसी कर सकदे सीगे फिर 12 साल पहला उन्होंने चेंज करता भी जे तुसी 2 साल दा घट कोई सजा सीगी फिर तुसी अपील कर सकदे सीगे हुण उन्होंने करता 6 महीने जे तुसी 6 महीने दी तो ज्यादा थोनू कोई सजा मिलदी है तुसी डिपोर्टेशन अपील नहीं कर सकदे हालांकि तुसी परमानेंट रेजिडेंट 20 25 30 साल तुसी ए कंट्री दे छै गए हो ते जे थोनू यू नो 6 महीने तो ज्यादा तो फ्रॉड दा चार्ज भी हो सकदा जां पासिंग अ बैड चेक फॉर एग्जांपल सो काफी सख्ती होगी काफी पाबंदियां होगियां लोकी नू शायद नहीं पता सानू पता ते मतलब 5 10 15 सालां दे लोकी सोचणगे भी हां जिहड़ा सिस्टम कैनेडा सीगा इट वाज अ लिटिल बिट टू रिलैक्स्ड एंड नाउ मेबी द पेंडुलम हैज गॉन टू फार द अदर वे इट्स टफ टू से एंड ऑफ कोर्स एक्सप्रेस एंट्री व्हिच इज द मेजर शेकअप इन कैनेडियन इमिग्रेशन काफी इंटरेस्टिंग तुसी गल्लां तां दसियां इहदे च इक दो सवाल आपां इहदे नाल रिलेटेड होर भी पुछांगे क्योंकि इहदे च अच्छा जी जित्थां तुसी इह गल कीती इक ब्राउन ब्रैगन करके एक लेडी ने एथनो कल्चर सेंटर दे विच ओ पॉलिटिकल दे उन्होंने मास्टर्स कीती सी सो उन्होंने भी मैं स्पीकर बुलाया सी अज तो कुछ देर पहला उन्होंने बहुत वधिया रिसर्च करके ते लियांदी सी साडे वास्ते रिसर्च मतलब नॉट साडे वास्ते पर इमीग्रेशन सिस्टम दे उत्ते उन्होंने रिसर्च कीती सी ते ओ भी काफी इंटरेस्टिंग गल्लां जिहड़ियां तुसी दस रहे हो कीतियां भी हां जी ब्राउन व्हेन मैं इन्होंने मैनूं बुलाया सी पिछले साल ते मैं एथनो कल्चरल सेंटर दे सामने मैं प्रेजेंटेशन भी दित्ती सी जी खास करके डिपोर्टिंग फॉरन क्रिमिनल फास्टर एक्ट हां जी इन्होंने भी काफी रिसर्च कीती सी कुड़ी ने हैना जी उन्हें आपां एज ए स्पीक क्योंकि पंजाबी कौंसल मैं नाल नाल इस करके दा जिक्र कर रहा क्योंकि पंजाबी कौंसल ऑफ कॉमर्स दे विच भी काफी आपां चीजां इदां दीआं करदे रहिंदे इस तों इलावा जोसफिन पोन ने जिहड़े मल्टीकल्चर बैंकिंग दे इंचार्ज ने पैरी डिवीजन दे उन्हां नूं भी आपां बुलाया सीगा होर भी साडे लोकल कई बिजनेस प्यासा जी ने भी इक वारी प्रेजेंटेशन दित्ती सी लखवीर संधू होणा ने भी दित्ती काफी इंटरस्टिंग जिहड़ियां चीजां लोकां ने इहनां प्रोग्रामां दे विच नैटवर्किंग दे नाल नाल उन्हां नूं मिलदीआं सो दूजी मेरा सवाल करना परपज ये सीगा क्योंकि इमीग्रेशन जिदा हुण मेरा खुद आई टी का बिजनेस है सॉफ्टवेयर का आई वैब गए मैं करदा कई बार रात तो रात मैनू खुद नू पता नहीं हुंदा तो सवेरे मेरे क्लाइंट ही मैनू दस दिंदे भी आ हो गया क्योंकि गूगल इन्नी फास्ट चेंजेस कर रहा उस तरीके नाल इमीग्रेशन सिस्टम भी इन्नी तेजी दे नाल चेंज हो रहा कल फिर साडे नाल जुड़े ने जी उन्हां दी गलबात पुछना चाहवांगे भी वो की सवाल पुछना चाहुंदे ने इस तों पहला कि आपां अपना सवाल जिहड़ा पंगल साहब नूं पुछिए जी की कहना चाहोगे जी तुहाडा स्वागत है सबरंग ते सत श्री अकाल जी हां जी मैं यही पुछना चाहवांगा भी जिहड़ी मैं इनफॉर्मेशन जिहड़ी इन्ना ए दे रहे आ भी साडे जिहड़ा बच्चे वास्ते आ फॉर एग्जाम्पल ये टोटली डिस्क्रिमिनेशन ही है मतलब जो बच्चा पैदा होंदा किसी भी धरती के पीस से भी उन्होंने डिस्क्रिमिनेट कर दो ठीक है भी किसी ना किसी लैक ऑफ जो फूड जो सिस्टम स्ट्रक्चर होने का कारण करके ही जो बंदे उत्थे आ गए पर जो बच्चा पैदा होया वो बच्चे का की कसूर है भी यह है भी जे की जी उत्थे की मिनिस्ट्री है की यह जी मेजोरिटी है की रेसिस्ट है भी जी बच्चे नही यह बख्श रहेगी भी जे इन्ने मतलब जो बच्चा बॉर्न हो जाता भी की जा उ मतलब जी इनफॉर्मेशन है जी मीडिया बात करके लोगों ने पुर सुटिया है एफर्ट पाए लोगों ने दसो भी यह क्यों हो रहा है थैंक यू सुखी जी पंगल साहब को जवाब लेने थैंक यू ਬੱਚਾ ਹੋ ਜਾਏਗਾ ਉਹ
ਉਹ ਬ੍ਰਿਟਿਸ਼ ਹੋ ਜਾਏਗਾ ਸਾਨੂੰ ਵੀ ਨਾਲ ਸਟੇ ਮਿਲ ਜੂਗੀ ਮਤਲਬ ਸਕੀਮਾਂ ਇਹੀ ਚੱਲ ਰਹੀਆਂ ਸੀਗੀਆਂ ਉਹ ਫਿਰ ਇੱਕ ਬੱਚੇ ਕਰਕੇ ਫਿਰ ਚਾਰ ਬੰਦਿਆਂ ਨੂੰ ਉਹਨਾਂ ਨੂੰ ਪੱਕੇ ਕਰਨਾ ਪੈਂਦਾ ਸੀ ਜੇ ਤਿੰਨਾਂ ਨੂੰ ਕਰਨਾ ਪੈਂਦਾ ਸੀ ਉਹ ਤਿੰਨ ਫਿਰ ਸਿਟੀਜ਼ਨਸ਼ਿਪ ਮਿਲ ਕੇ ਸਿੱਧੇ ਵੈਲਫੇਅਰ ਤੇ ਤੇ ਵੈਲਫੇਅਰ ਤੇ ਜਾ ਕੇ ਕਲੇਮਾਂ ਮਾਰੋ ਤੇ ਟੈਕਸ ਲਓ ਜਾਂ ਕ੍ਰੈਡਿਟਸ ਲਓ ਜਾਂ ਸੋਸ਼ਲ ਸਿਕਿਉਰਿਟੀ ਲਓ ਸੋ ਇਸ ਵਿੱਚ ਖਰਚਾ ਬਹੁਤ ਵੱਧ ਗਿਆ ਸੀ ਟੈਕਸਪੇਅਰ ਦੇ ਉੱਤੇ ਮਨੀ ਜਿਹੜਾ ਲੋਡ ਬੜਾ ਵੱਧ ਗਿਆ ਇੱਕ ਜਿਹੜਾ ਬੱਚਾ ਪੈਦਾ ਹੋਣਾ ਜੀ ਉਹਦਾ ਖਰਚਾ ਇਮੀਗ੍ਰੈਂਟਸ ਤੋਂ ਕੱਚੇ ਬੰਦੇ ਕੋਲ ਹੈ ਨਹੀਂ ਉਹ ਤਾਂ ਸਾਰਾ ਫਿਰ ਫ੍ਰੀ ਦੇਣਾ ਪੈਣਾ ਹਸਪੀਟਲਸ ਤੇ ਪ੍ਰੈਸ਼ਰ ਉਹ ਬੱਚੇ ਦੀ ਪੜ੍ਹਾਈ ਸਾਰੀ ਫ੍ਰੀ ਠੀਕ ਹੈ ਸਿਸਟਮ ਤੇ ਪ੍ਰੈਸ਼ਰ ਸੋ ਇਹਦੇ ਵਿੱਚ ਸਿਸਟਮ ਇਹਨਾਂ ਨੇ ਤਾਂ ਬਦਲਿਆ ਬੱਚੇ ਦਾ ਕੋਈ ਕਸੂਰ ਨਹੀਂ ਠੀਕ ਹੈ ਜੀ ਪਰ ਬੱਚੇ ਦਾ ਮੈਂ ਮੰਨਦਾ ਇਸ ਚੀਜ਼ ਦਾ ਪਰ ਮਾਪੇ ਦਾ ਤਾਂ ਕਸੂਰ ਹੈਗਾ ਨਾ ਜਿਹਦੇ ਕੋਲ ਖੁਦ ਵੀਜ਼ਾ ਨਹੀਂ ਪਹਿਲਾਂ ਆਪਣਾ ਵੀਜ਼ਾ ਤਾਂ ਸੋਰਟ ਆਊਟ ਕਰ ਲੈਣ ਇਸ ਤੋਂ ਬਾਵਜੂਦ ਕਿ ਬੱਚੇ ਨੂੰ ਵੀ ਕੱਚਾ ਪੈਦਾ ਕਰਕੇ ਸਿਸਟਮ 'ਚ ਨੂੰ ਪਤਾ ਹੁਣ ਜਿਹੜੇ ਕੱਚੇ ਬੰਦੇ ਆ ਉੱਥੇ ਪੈਦਾ ਬੱਚੇ ਕਰ ਰਹੇ ਉਹਨਾਂ ਨੂੰ ਪਤਾ ਕਿ ਸਾਡੇ ਬੱਚਿਆਂ ਨੂੰ ਕੱਚੇ ਹੋਣਾ ਬਟ ਉਹ ਬੱਚੇ ਨੂੰ ਇੱਕ ਜ਼ਰੀਆ ਬਣਾਤਾ ਸਟੇਲ ਹੈ ਤੇ ਜਦੋਂ ਬੱਚਾ ਉਹ ਪਿਆਰ 'ਚੋਂ ਨਹੀਂ ਪੈਦਾ ਹੁੰਦਾ ਉਹ ਬੱਚਾ ਪੈਦਾ ਹੁੰਦਾ ਕਿ ਵੀਜ਼ਾ ਲੈ ਕੇ ਬੱਚਾ ਜੰਮੇਗਾ ਮਤਲਬ ਉਹਦੀ ਇੰਟੈਂਸ਼ਨ ਜਿਹੜੀ ਨਾ ਉਹ ਰੂਟ ਕੋ ਰੂਟ ਕੋਜ਼ ਜਿਹੜਾ ਉਹੀ ਬੈਡ ਸੀਗਾ ਜਿਹਦੇ ਕਰਕੇ ਜਿਸ ਤਰ੍ਹਾਂ ਹੁਣ ਮੈਰਿਜ ਦੀ ਗੱਲ ਵੀ ਕਰਦੇ ਆ ਕਈ ਵਾਰੀ ਕਹਿੰਦੇ ਜੀ ਮੈਰਿਜ ਕਾਮਯਾਬ ਨਹੀਂ ਹੁੰਦੇ ਅਸੀਂ ਕਹਿੰਦੇ ਹੁੰਦੇ ਮੈਰਿਜ ਥੋੜੀ ਹੋਈ ਹੈ ਤੇ ਕੰਟਰੈਕਟ ਸੀ ਸੋ ਸੇਮ ਚੀਜ਼ ਜਿਹੜੀ ਆ ਮੈਂ ਸ਼ਾਇਦ ਭੰਗਾ ਸਾਹਿਬ ਦੀ ਗੱਲ 'ਚ ਕੱਟ ਕੇ ਨਹੀਂ ਬਲਕਿ ਥੋੜ੍ਹੀ ਹੋਰ ਵਜ਼ਾਹਤ ਕਰਦਾ ਕਿ ਮੈਂ ਜਦੋਂ ਈਸਟਰਨ ਏਸ਼ੀਆ ਦੇ ਵਿੱਚ ਘੁੰਮਿਆ ਤੇ ਮੈਂ ਇੱਕ ਆਰਟੀਕਲ ਵੀ ਉੱਥੇ ਲਿਖਿਆ ਸੀ ਉੱਥੇ ਵੀ ਕਿਉਂਕਿ ਉੱਥੇ ਲੋਕਾਂ ਨੂੰ 15 ਦਿਨ ਦਾ ਸਟੇ ਜਾਂ 3 ਮਹੀਨੇ ਦਾ ਸਟੇ ਮਿਲ ਜਾਂਦਾ ਹੈ ਹਾਂਗਕਾਂਗ ਸਿੰਗਾਪੁਰ ਤੇ ਮਲੇਸ਼ੀਆ ਦੇ ਵਿੱਚ ਆਪਣੇ ਇੰਡੀਅਨ ਮੈਂ ਖਾਸ ਤੌਰ ਤੇ ਪੰਜਾਬੀ ਲੋਕ ਆ ਹਰਿਆਣਾ ਦੇ ਲੋਕ ਇਹ ਦੇਖੇ ਆ ਕਿ ਉੱਥੇ ਉਹਨਾਂ 3 ਮਹੀਨਿਆਂ 'ਚ ਹੀ ਜਾ ਵੜਦੇ ਆ ਤਾਂ ਬੱਚਾ ਕਿਉਂਕਿ ਉੱਥੇ ਵੀ ਅਜੇ ਲਾਅ ਹੈਗਾ ਕਿ ਜੇ ਤੁਹਾਡਾ ਬੱਚਾ ਉੱਥੇ ਪੈਦਾ ਹੋਇਆ ਉੱਥੋਂ ਦਾ ਬੋਰਨ ਸਿਟੀਜ਼ਨ ਹੈ ਤੇ ਇਹੋ ਜਿਹਾ ਮਿਸਯੂਜ਼ ਉੱਥੇ ਵੀ ਹੋ ਰਿਹਾ ਹੋ ਸਕਦਾ ਕਿ ਉੱਥੇ ਵੀ ਇਸ ਚੀਜ਼ ਤੇ ਪਾਬੰਦੀ ਹੋ ਜਾਵੇ ਜਿਸ ਤਰ੍ਹਾਂ ਸਾਡੇ ਪਾਬੰਦੀ ਹੈਗੀ ਆ ਤੇ 83 ਦੇਖੋ ਕਿ ਕਿੰਨਾ ਖੁੰਦਾ ਹੋਊਗਾ ਕਿ 83 ਵਿੱਚ ਹੀ ਬਦਲ ਦਿੱਤਾ ਇਹਨਾਂ ਨੇ ਮਤਲਬ 83 ਤਾਂ ਕਾਫੀ ਮੇਰੇ ਖਿਆਲ 30 ਸਾਲ ਤੋਂ ਵੀ ਜ਼ਿਆਦਾ ਪਹਿਲਾਂ ਤੁਹਾਡੇ ਹਜੇ ਤੱਕ ਵੀ ਨਹੀਂ ਬਦਲਿਆ ਨਾ ਅਮਰੀਕਾ 'ਚ ਬਦਲਿਆ ਸੋ ਸਿਸਟਮ ਚੱਲਦਾ ਆ ਇਹਦੇ ਵਿੱਚ ਸਾਡੇ ਵਿੱਚ ਤੁਹਾਨੂੰ ਇਹ ਸਮਝਣਾ ਪੈਂਦਾ ਕਿ ਸਾਡਾ ਜਿਹੜਾ ਇੰਗਲੈਂਡ ਆ ਉਹ ਤੁਹਾਡੇ ਅਲਬਰਟਾ ਨਾਲੋਂ ਵੀ ਛੋਟਾ ਸਾਈਜ਼ ਦੇ ਵਿੱਚ ਤੇ ਪੋਪੂਲੇਸ਼ਨ ਹੈਗੀ ਜ਼ਿਆਦਾ ਓਵਰ ਪੋਪੂਲੇਟਡ ਆ ਤੇ ਇੰਨੀ ਪੋਪੂਲੇਸ਼ਨ ਦੀ ਜ਼ਰੂਰਤ ਨਹੀਂ ਹੈਗੀ ਇੰਗਲੈਂਡ ਨੂੰ ਪਰ ਇੰਨੀ ਕੀ ਚੀਜ਼ ਅਟਰੈਕਟ ਕਰਦੀ ਲੋਕਾਂ ਨੂੰ ਉੱਥੇ ਇੰਗਲੈਂਡ ਕਿ ਜਾਂ ਈਜ਼ੀ ਉੱਥੇ ਜਾਣਾ ਇਸ ਕਰਕੇ ਲੋਕੀ ਜਾਂਦੇ ਨੇ ਕੋਈ ਖਾਸ ਗੱਲ ਹੈ ਉੱਥੇ ਮਤਲਬ ਪਹਿਲਾਂ ਤਾਂ ਰੂਟ ਸੀਗਾ ਕਿ ਬਾਈ ਪੈਦਲ ਤੁਸੀਂ ਜਾ ਸਕਦੇ ਇੰਗਲੈਂਡ ਨੂੰ ਸ਼ਿਪਾਂ 'ਚ ਬਹਿ ਕੇ ਟਰਾਲੀਆਂ 'ਚ ਬਹਿ ਕੇ ਇਸ ਲਈ ਲੋਕ ਜਾਂਦੇ ਸੀ ਦੂਜੀ ਗੱਲ ਸੀਗੀ ਕਿ ਲੋਕ ਕੋਈ ਨਾ ਕੋਈ ਕਿਸੇ ਦਾ ਰਿਸ਼ਤੇਦਾਰ ਇੰਗਲੈਂਡ ਹੈਗਾ ਹੀ ਆ ਜਿਸ ਤਰ੍ਹਾਂ ਸਾਡੇ ਹੈਗੇ ਆ ਤੁਹਾਡੇ ਵੀ ਹੋਣਗੇ ਬਿਲਕੁਲ ਤੇ ਸਕਾਲਰਾਂ ਦੇ ਵੀ ਹੋਣਗੇ ਸੁਣਨ ਵਾਲਿਆਂ ਦੇ ਵੀ ਹੋਗੇ ਤੇ ਹਿਸਟੋਰਿਕਲੀ ਜਿਹੜਾ ਅਸੀਂ 60 ਸਾਲ ਪਹਿਲਾਂ ਚੱਲੀਏ ਜਦੋਂ ਕਹਿੰਦੇ ਸੀ ਵਲੈਤ ਵਲੈਤ ਇੰਗਲੈਂਡ ਨੂੰ ਕਹਿੰਦੇ ਸੀਗੇ ਤੇ ਹੁਣ ਆਮ ਤੌਰ ਤੇ ਵਲੈਤ ਜਨਰਲ ਟਰਮ ਹੈ ਪਰ ਐਕਚੁਅਲੀ ਹਿਸਟੋਰਿਕਲੀ ਵਲੈਤ ਇੰਗਲੈਂਡ 2000 ਸਾਲ ਪਹਿਲਾਂ ਤੋਂ ਹੀ ਇਹ ਟਰਮ ਜਿਹੜੀ ਹੈ ਇੰਗਲੈਂਡ ਲਈ ਹੀ ਵਰਤੀ ਜਾਂਦੀ ਸੀ ਲੋਕ ਇਹੀ ਸੋਚਦੇ ਕਿ ਹਾਂਜੀ ਵਲੈਤ ਜਾ ਕੇ ਵਲੈਤੀ ਬਣਾਂਗੇ ਤੇ ਇੰਗਲੈਂਡ ਤੋਂ ਜਦੋਂ ਲੋਕ ਆਉਂਦੇ ਸੀਗੇ ਤੇ ਉਹੀ ਆਪਣੇ ਸ਼ੋਸ਼ੇ ਕਰਕੇ ਕਿ ਜੀ ਹਾਂਜੀ ਅਸੀਂ ਤਾਂ ਉੱਥੇ ਬਹੁਤ ਕਾਮਯਾਬ ਹੋ ਗਏ ਹਾਂ ਤੇ ਇਹਦੇ ਵਿੱਚ ਉਹਦੇ ਵਿੱਚ ਲੋਕਾਂ ਨੂੰ ਹੋਰ ਪੁੱਲ ਕਰਦਾ ਸੀਗਾ ਕਿ ਇੰਗਲੈਂਡ ਜਾਓ ਆਪਣਾ ਬੰਦਾ ਦੇਖੋ ਉੱਥੇ ਹੀ ਜਾਏਗਾ ਜਿੱਥੇ ਉਹਨੂੰ ਸੋਚਦਾ ਮੈਨੂੰ ਸਹੂਲਤ ਮਿਲੇਗੀ ਸੌਖਾ ਹੋਊਗਾ ਇੱਕ ਅੱਧੇ 'ਚ ਸੁੱਖੀ ਜੀ ਨੇ ਜਿਹੜੇ ਸਵਾਲ ਪੁੱਛੀ ਕਿ ਵੀ ਕਿਉਂ ਨਹੀਂ ਲੋਕਾਂ ਨੂੰ ਉੱਥੇ ਜੇ ਪੈਦਾ ਹੋ ਜਾਂਦਾ ਬੱਚਾ ਤਾਂ ਉਹਨੂੰ ਸਿਟੀਜ਼ਨਸ਼ਿਪ 'ਤੇ ਇੱਦਾਂ ਡਿਸਕ੍ਰਿਮੀਨੇਸ਼ਨ ਹੈ ਮੈਂ ਇਹਦੇ 'ਚ ਕਿਉਂਕਿ ਖੁਦ ਜਿੱਦਾਂ ਮੈਂ ਗੱਲ ਕਰ ਰਿਹਾ ਸੀ ਵੀ ਹਿਊਮਨ ਰਾਈਟਸ ਦਾ ਜਿਹੜਾ ਸਭ ਤੋਂ ਪਹਿਲਾ ਬੇਸਿਕ ਜਿਹੜਾ ਹੈਗਾ ਵੀ ਰਾਈਟ ਟੂ ਲਾਈਫ ਜਿਹੜਾ ਉਹਨੂੰ ਮਿਲਦਾ ਹਾਂਜੀ ਉਹ ਜੀਣ ਦਾ ਅਧਿਕਾਰ ਤਾਂ ਦੇ ਰਹੀ ਗਵਰਨਮੈਂਟ ਕਿਤੇ ਵੀ ਬੱਚਾ ਪੈਦਾ ਹੋ ਰਿਹਾ ਬਿਲਕੁਲ ਪਰ ਉਹਨੂੰ ਸਿਟੀਜ਼ਨਸ਼ਿਪ ਦੇਣਾ ਤਾਂ ਉਹਦੇ ਨਾਲ ਬਾਕੀ ਦੇ ਜਿਹੜੇ ਲਗਜ਼ਰੀ ਆਈਟਮਸ ਦੇਣੀਆਂ ਉਹ ਉੱਥੋਂ ਦੇ ਸਿਟੀਜ਼ਨ ਜਿਹੜੇ ਪਾਰਲੀਮੈਂਟ ਦਾ ਜਾਂ ਹਾਂਜੀ ਉਹ ਹਿਊਮਨ ਰਾਈਟਸ ਦਾ ਨਹੀਂ ਕਿਉਂਕਿ ਉਹ ਬੇਸਿਕ ਰਾਈਟ ਨਹੀਂ ਉਹ ਤਾਂ ਫੰਡਾਮੈਂਟਲ ਰਾਈਟ ਨਹੀਂ ਉਹ ਉਹਨਾਂ ਨੇ ਗਵਰਨਮੈਂਟ ਨੇ ਦੇਣਾ ਉਹਨੂੰ ਜਾਂ ਜਿਹੜੀ ਗਵਰਨਮੈਂਟ ਜਿਹੜੇ ਲੋਕਾਂ ਵੱਲੋਂ ਬਣਾਈ ਜਾਂਦੀ ਹੈ ਟੈਕਸ ਪੇਅਰ ਨੇ ਦੇਖਣਾ ਵੀ ਇਹਦਾ ਇੰਨਾ ਪੈਸਾ ਜਿਹੜਾ ਸਾਡੇ ਤੇ ਬੋਝ ਪੈਣਾ ਗਵਰਨਮੈਂਟ ਦੇ ਵੀ ਕੁਝ ਰਾਈਟਸ ਹੁੰਦੇ ਆ ਗਵਰਨਮੈਂਟ ਦੇ ਵੀ ਰਾਈਟ ਹੁੰਦੇ ਕਿ ਸਿਸਟਮ ਜਿਹੜੀ ਬਣਾਈ ਗਈ ਉਹਦਾ ਅਬਿਊਜ਼ ਨਾ ਹੋਵੇ ਬਿਲਕੁਲ ਗਵਰਨਮੈਂਟ ਦੇ ਵੀ ਰਾਈਟ ਹੁੰਦੇ ਆ ਕਿ ਜੀ ਬੱਚਾ ਜੋ ਹੋਇਆ ਇੱਕ ਵੀਜ਼ੇ ਲਈ ਯੂਜ਼ ਨਾ ਹੋਵੇ ਹੁਣ ਤੁਸੀਂ ਮੈਰਿਜਸ ਦੇਖੋ ਇੱਥੇ ਜੀ ਜੀ ਮੈਰਿਜਸ ਤੁਹਾਨੂੰ ਇੱਥੇ ਸਿਸਟਮ ਇਦਾਂ ਸੀਗਾ ਕਿ ਆਉਂਦਿਆਂ ਨੂੰ ਪੱਕੇ ਸੀਗੇ ਪੈਰ ਪਾਉਂਦਿਆਂ ਨੂੰ ਸਾਡੇ ਤਾਂ ਜੀ ਉਹ ਸਿਸਟਮ ਬਹੁਤ ਚਿਰ ਤੋਂ ਪਹਿਲਾਂ ਹੀ ਖਤਮ ਕਰਤਾ ਸੀ ਪਹਿਲਾਂ ਸਾਡਾ ਸਾਲ ਦਾ ਵੀਜ਼ਾ ਹੁੰਦਾ ਸੀ ਫਿਰ 2 ਸਾਲ ਦਾ ਆ ਹੁਣ 2 ਸਾਲ ਪਹਿਲਾਂ 5 ਸਾਲਾਂ ਦਾ ਕਰਤਾ ਸਰ ਮੈਰਿਜ ਇਹਨਾਂ ਨੇ ਕਰ ਦਿੱਤਾ ਕਿਉਂਕਿ ਅਬਿਊਸ ਬਹੁਤ ਹੋ ਰਹੀ ਸੀ ਹੁਣ ਜੈਨ ਵਿਆਹ ਕਰਕੇ ਪੱਕੇ ਹੋ ਕੇ ਭੱਜਣਾ ਆ ਹੁਣ 2 ਸਾਲ ਵੀ ਕੱਟ ਲੈਣੇ ਆ ਹੁਣ 5 ਸਾਲ ਵੀ ਕੱਟ ਲੈਣੇ ਆ ਕਿਉਂਕਿ ਮਨ ਚ ਹੀ ਖੋਟ ਆ ਤੁਹਾਡੀ ਇਸ ਗੱਲ ਵਿੱਚ ਹੋਰ ਥੋੜੀ ਜਿਹੀ ਵਜ਼ਾਹਤ ਕਰੀਏ ਕਿ ਇੱਥੇ 20 ਸਾਲ ਪਹਿਲਾਂ ਇਹ ਕਾਨੂੰਨ ਸੀ ਕਿ ਜੇ ਮੰਗਣੀ ਵੀ ਹੋ ਗਈ ਹਾਂਜੀ ਤੇ ਮੰਗਣੀ ਦਾ ਲੈਟਰ ਅਗਰ ਕਿਸੇ ਨੂੰ ਜਾਂਦਾ ਸੀ ਤੇ ਉਹਨੂੰ PR ਮਿਲ ਜਾਂਦਾ ਸੀ ਇੱਥੇ ਵਾਸਤੇ ਉਸ ਨੂੰ ਉਸਲੇ ਕਹਿੰਦੇ ਸੀ ਇਮੀਗ੍ਰੇਸ਼ਨ ਪੇਪਰ ਲੈਂਡਿੰਗ ਪੇਪਰ ਉਹਨੂੰ ਲੈਂਡਿੰਗ ਪੇਪਰ ਮਿਲਦਾ ਸੀ ਤੇ ਵਕਤ ਇਹ ਆ ਕਿ ਜਿਹੜੇ
ਕਹਿੰਦੇ ਤੁਹਾਡੇ ਬੰਦਿਆਂ ਨੇ ਫਰਾਡ ਕੀਤਾ, ਤੁਸੀਂ ਜਦੋਂ ਫਰਾਡ ਕਰਦੇ ਸੀਗੇ ਉਧਰ ਤੁਸੀਂ ਸਾਨੂੰ ਦੱਸਿਆ ਨੀ, ਸ਼ਿਕਾਇਤ ਨਹੀਂ ਕੀਤੀ, ਉਧਰ ਤੁਸੀਂ ਉਹਨਾਂ ਨੂੰ ਟੋਕਿਆ ਨੀ ਕਿ ਤੁਸੀਂ ਫਰਾਡ ਕਿਉਂ ਕਰ ਰਹੇ ਹੋ, ਉਹਨਾਂ ਖਿਲਾਫ਼ ਤੁਸੀਂ ਉਹਨਾਂ ਦੇ ਘਰ ਮੋਹਰੇ ਜਾ ਕੇ ਧਰਨਾ ਦਿਓ ਫਰਾਡੀਆਂ ਦੇ ਕਿ ਤੁਸੀਂ ਸਾਡੇ ਲਈ ਸਿਸਟਮ ਕਰੋ, ਤੁਸੀਂ ਤਾਂ ਫਰਾਡੀਆਂ ਨੂੰ ਆਪਣੀ ਜ਼ਿੰਦਗੀ 'ਚ ਸ਼ਾਮਿਲ ਕਰ ਰਹੇ ਹੋ ਤਾਂ ਉਹਨਾਂ ਦੇ ਖਿਲਾਫ਼ ਕੁਛ ਕਹਿ ਹੀ ਨਹੀਂ ਰਹੇ। ਸੋ ਜੇ ਹੁਣ ਅਸੀਂ ਚਾਹੁੰਦੇ ਕਿ ਅਸੀਂ ਇਸ ਕੰਟਰੀ ਸਾਡੇ ਹੱਕਾਂ 'ਚ ਕਰੇ ਤਾਂ ਸਾਨੂੰ ਵੀ ਚਾਹੀਦਾ ਕਿ ਅਸੀਂ ਇਸ ਕੰਟਰੀ ਦੀ ਭਲਾਈ ਦੇ ਬਾਰੇ ਸੋਚੀਏ। ਜਦੋਂ ਇਸ ਕੰਟਰੀ ਦਾ ਕੋਈ ਨੁਕਸਾਨ ਸੋਚਦਾ ਤਾਂ ਸਾਨੂੰ ਉਹਦਾ ਵਿਰੋਧ ਕਰਨਾ ਚਾਹੀਦਾ। ਕਿੰਨੇ ਕੁ ਲੋਕਾਂ ਨੇ ਹੁਣ ਮੈਰਿਜਾਂ ਖਿਲਾਫ਼ ਪ੍ਰੋਟੈਸਟ ਕੀਤਾ, ਕਿੰਨੇ ਲੋਕਾਂ ਨੇ ਫਰਾਡੀ ਵਿਆਹੇ ਜਿਹੜੇ ਵਿਆਹਦੇ ਰਹੇ ਉਹਨਾਂ ਦੇ ਘਰ ਮੋਹਰੇ ਕਿਹਾ ਕਿ ਨਹੀਂ ਜੀ ਤੁਸੀਂ ਕਮਿਊਨਿਟੀ 'ਚ ਹਿੱਸਾ ਬਣ ਨਹੀਂ ਸਕਦੇ ਤੁਸੀਂ ਫਰਾਡ। ਪਤਾ ਸਾਨੂੰ ਸਾਰਿਆਂ ਨੂੰ ਇੱਥੇ ਤੱਕ ਕਿ ਕੈਨੇਡਾ 'ਚ ਮੈਂ ਕਈ ਕੇਸ ਦੇਖਿਆ ਲੋਕਾਂ ਨੇ ਸਕੀਆਂ ਭੈਣਾਂ ਨਾਲ ਵਿਆਹ ਕੀਤਾ। ਹਰ ਬੰਦਾ ਕੋਈ ਨਾ ਕੋਈ ਕੇਸ ਇੱਦਾਂ ਜਾਣਦਾ ਹੋਗਾ ਜਿਹਨਾਂ ਨੇ ਆਪਣੇ ਰਿਸ਼ਤੇਦਾਰ ਨਾਲ ਵਿਆਹ ਕਰਕੇ ਫਰਜ਼ੀ ਵਿਆਹ ਗੁਰੂ ਮਹਾਰਾਜ ਦੇ ਸਾਹਮਣੇ ਉਹਨਾਂ ਨੂੰ ਵੀ ਤੁਸੀਂ ਆਪਣੇ ਫਰਾਡ 'ਚ ਸ਼ਾਮਿਲ ਕਰ ਦਿੱਤਾ, ਤੁਸੀਂ ਵੀ ਰਿਸ਼ਤੇਦਾਰ ਬਣੋ ਜੀ ਗੁਰੂ। ਬਿਲਕੁਲ, ਜੇ ਹੁਣ ਅਸੀਂ ਗੁਰੂ ਨੂੰ ਨਹੀਂ ਬਖਸ਼ ਸਕਦੇ ਜੀ ਤਾਂ ਫਿਰ ਅਸੀਂ ਇਹ ਕਾਨੂੰਨ ਨੂੰ ਕੀ ਬਖਸ਼ੂਗੇ ਜੀ। ਰਾਜ ਇਹਨਾਂ ਚੀਜ਼ਾਂ ਦੇ ਉੱਤੇ ਬੜੇ ਵਧੀਆ ਤਰੀਕੇ ਨਾਲ ਗੱਲਾਂ ਬਾਤਾਂ ਦੱਸਦੇ ਹੁੰਦੇ ਨੇ, ਕਿਉਂਕਿ ਆਪਣੇ ਇੱਥੇ ਵੀ ਇੱਦਾਂ ਦੇ ਬਹੁਤ ਫਰਾਡ ਕੇਸਿਸ ਹੁੰਦੇ ਨੇ। ਪੰਗਲ ਸਾਹਿਬ ਨੇ ਹੁਣ ਗੱਲ ਛੇੜੀ ਵੀ ਕੈਨੇਡਾ ਦੇ ਵਿੱਚ ਲੋਕੀ ਇਸ ਤਰ੍ਹਾਂ ਦੀ ਚੀਜ਼ਾਂ ਕਰਕੇ ਆਉਂਦੇ ਨੇ, ਕਿਉਂਕਿ ਲੋਕੀ ਕੀ ਹੁੰਦਾ ਵੀ ਤੁਹਾਨੂੰ ਅਪਰੋਚ ਕਰ ਪਹਿਲਾਂ ਗਲਤ ਕੰਮ ਕਰ ਲੈਣਗੇ ਫਿਰ ਤੁਹਾਨੂੰ ਕਹਿਣਗੇ ਵੀ ਰਾਜ ਹੀ ਸਾਨੂੰ ਬਚਾਓ ਸਮਥਿੰਗ ਕੁਛ ਇੱਦਾਂ ਦਾ। ਕੋਈ ਇੱਦਾਂ ਦਾ ਕੇਸ ਤੁਸੀਂ ਤੁਹਾਨੂੰ ਲੱਗਦਾ ਹੋਵੇ ਵੀ ਜਿਹੜੀਆਂ ਬੈਡ ਹੈਬਿਟਸ ਜਾਂ ਬੈਡ ਜਿਹੜੀਆਂ ਪ੍ਰੈਕਟਿਸ ਲੋਕੀ ਕਰਦੇ ਆਉਂਦੇ ਨੇ ਮਾੜੀਆਂ, ਜਿਹੜੇ ਲੋਕ ਫਰਾਡ ਕਰਦੇ ਆ ਉਹ ਮਿਨੋਰਟੀ ਵਿੱਚ ਹੈਗੇ ਆ, ਬਟ ਇਹ ਫਰਾਡ ਦਾ ਡਿਫਰੈਂਟ ਟਾਈਪਸ ਆਫ ਫਰਾਡ ਹੁੰਦਾ। ਹੁਣ ਯੂ ਨੋ ਦੇਅਰ ਇਜ਼ ਐਡ ਹੌਕ ਫਰਾਡ ਜਿਹੜਾ ਬੰਦਾ ਝੂਠ ਬੋਲਦਾ, ਤੇ ਐਂਡ ਦੈਨ ਦੇਅਰ ਇਜ਼ ਆਲਮੋਸਟ ਇੰਸਟੀਟਿਊਸ਼ਨਲਾਈਜ਼ਡ ਔਰ ਸਿਸਟੈਮਿਕ ਫਰਾਡ। ਹੁਣ ਆਪਾਂ ਦੇਖ ਰਹੇ ਸੀਗੇ ਇਮੀਗ੍ਰੇਸ਼ਨ ਆਫਿਸਰਸ ਨੇ ਇਨਵੈਸਟੀਗੇਸ਼ਨ ਕੀਤੀ, ਗਲੋਬਲ ਮੇਲ ਦੇ ਵਿੱਚ ਵੀ ਸੀਗਾ ਜੇਸਨ ਕੈਨੀ ਦੇ, ਉਹਨੇ ਇਹਦੇ ਬਾਰੇ ਵੀ ਗੱਲ ਕੀਤੀ ਸੀਗੀ। ਪੰਜਾਬ ਦੇ ਵਿੱਚ ਉਹ ਮੈਰਿਜ ਹਾਲ ਸੀਗਾ, ਮੈਰਿਜ ਹਾਲ ਦੇ ਵਿੱਚ 8-10 ਵਿਆਹ ਸੀਗੀਆਂ, ਬ੍ਰਾਈਡ ਤੇ ਗਰੂਮ ਤੋਂ ਬਦਲ ਰਹੇ ਸੀਗੇ, ਬਰਾਤੀ ਉਹੀ ਸੀਗੇ, ਬੈਨਰ ਚੇਂਜ ਕਰਦੇ ਸੀਗੇ, ਕੇਕ ਤਾਂ ਉਹੀ ਸੀਗਾ। ਯੂ ਨੋ ਸੋ ਕੇਕ ਨਾਲ ਜੀ 8 ਵਿਆਹ ਹੁੰਦੇ ਸੀ ਤੇ ਇੱਕ ਬਰਾਤ ਨਾਲ। ਇਮੀਗ੍ਰੇਸ਼ਨ ਵਾਲੇ ਵੀ ਦੇਖਿਆ ਹੋਣਾ ਕਿ ਇਹ ਹਰ ਇੱਕ ਵਿਆਹ 'ਚ ਮਾਮਾ ਇੱਕੋ ਹੀ ਆ, ਫਿਰ ਨਾਨਕ ਛੱਕੇ ਦੇਈ ਜਾਂਦਾ ਸਾਰੀ ਦਿਹਾੜੀ ਨੂੰ, 2 ਮਹੀਨੇ ਹੋ ਗਏ। ਤੇ ਇਹਦੇ ਵਿੱਚ ਹੁਣ ਇਸ ਹੱਦ ਤੱਕ ਤੁਸੀਂ ਫਰਾਡ ਨੂੰ ਫੈਕਟਰੀ ਬਣਾਤਾ ਇੱਕ ਕਿਸਮ ਦਾ, ਤੇ ਫਿਰ ਗੌਰਮੈਂਟ ਦਾ ਵੀ ਮਤਲਬ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ ਜਦੋਂ ਕਹਿੰਦੇ ਵੀ ਇੱਕ ਇੰਤਹਾ ਕਰਦੇ ਨੇ ਕਿਸੇ ਚੀਜ਼ ਦੀ, ਇੱਕ ਹੁੰਦਾ ਨਾ ਵੀ ਚੋਰੀ ਛੁਪੇ ਹਲਕਾ ਫੁਲਕਾ ਕੋਈ ਕੰਮ ਹੋ ਗਿਆ, ਚਲੋ ਗੌਰਮੈਂਟ ਵੀ ਕਿਤੇ ਕਹਿੰਦੇ ਵੀ ਇਹ ਮਾਈਨਰ ਕੇਸ ਹੈ, ਪਰ ਹੋ ਜਾਂਦਾ ਯਾ ਦੇਰ ਇਜ਼ ਅ ਸਰਟਨ ਅਮਾਊਂਟ ਆਫ ਸਪਿਲੇਜ। ਹੁਣ ਇੱਕ ਜੇ ਤੁਹਾਡੇ ਕੋਲ ਰੈਸਟੋਰੈਂਟ ਜੋ ਬਾਰ ਆ, ਤੁਹਾਨੂੰ ਪਤਾ ਵੀ ਤੁਹਾਡੇ ਇੰਪਲੋਈਜ਼ ਥੋੜਾ ਬਾਲਾ ਤੁਹਾਨੂੰ ਥੋਤੋਂ ਚੋਰੀ ਕਰਨਗੇ, ਥੋੜਾ ਬਾਲਾ ਉਹ ਯੂ ਨੋ ਤੁਹਾਡੇ ਸ਼ਰਾਬ ਉਹ ਡੁੱਲ ਜੂਗੀ, ਇਟਸ ਕਾਲਡ ਸਪਿਲੇਜ ਰਾਈਟ, ਤੇ ਐਂਡ ਇਟਸ ਕਾਸਟ ਆਫ ਡੂਇੰਗ ਬਿਜ਼ਨਸ। ਤੇ ਹਰ ਕੋਈ ਸਿਸਟਮ ਦੇ ਵਿੱਚ ਇਨ ਟਰਮਸ ਆਫ ਬਿਊਰੋਕਰੇਸੀ ਯੂ ਗੋਨਾ ਹੈਵ ਇਨਐਫੀਸ਼ੀਐਂਸੀਜ਼ ਲਾਈਕ ਦਿਸ, ਬਟ ਗਵਰਨਮੈਂਟ ਸਿਸਟੈਮਿਕ ਫਰਾਡ ਨੂੰ ਬਰਦਾਸ਼ਤ ਨਹੀਂ ਕਰ ਸਕਦੀ, ਕਿਉਂਕਿ ਇਟ ਅੰਡਰਮਾਈਨਸ ਦੀ ਇੰਟੈਗਰਿਟੀ ਆਫ ਦ ਇੰਟਾਇਰ ਸਿਸਟਮ, ਐਂਡ ਇਟ ਅੰਡਰਮਾਈਨਸ ਦ ਰੂਲ ਆਫ ਲਾਅ, ਐਂਡ ਇਟ ਅੰਡਰਮਾਈਨਸ ਦੀ ਆਪਰੇਸ਼ਨ ਐਂਡ ਫੰਕਸ਼ਨਿੰਗ ਆਫ ਅ ਗਵਰਨਮੈਂਟ। ਜਾਣਬੁੱਝ ਕੇ ਮਤਲਬ ਤੁਸੀਂ ਰੋਂਗ ਡੂਇੰਗ ਜਿਹਨੂੰ ਕਹਿੰਦੇ ਕਰਨੀਆਂ, ਜਿਹੜੇ ਗਲਤ ਕੰਮ ਕਰਨੇ, ਇਹਦੇ ਨਾਲ ਸਿਸਟਮ ਨੂੰ ਤੁਸੀਂ ਅਬਿਊਸ। ਆਈ ਮੀਨ ਹੀ ਗਾਟ ਟੂ ਦ ਪੁਆਇੰਟ ਅੰਗਰਾਲ ਸਾਹਿਬ, ਵੀ ਇੱਕ ਈਮੇਲ ਉਹਨੇ ਰਿਲੀਜ਼ ਕੀਤੀ ਸੀ ਫਰੋਮ ਦੀ ਹੈਡ ਆਫ ਦ ਚੰਡੀਗੜ੍ਹ ਵੀਜ਼ਾ, ਤੇ ਉਹ ਸਟੱਡੀ ਪਰਮਿਟ ਬਾਰੇ ਗੱਲ ਕਰ ਰਹੇ ਸੀ, ਕਿਉਂਕਿ ਸਟੱਡੀਜ਼ ਪਰਮਿਟਸ ਫਰੋਮ ਇੰਡੀਆ ਇਟਸ ਨੰਬਰ 1 ਔਰ ਨੰਬਰ 2 ਸੋਰਸ ਕੰਟਰੀ ਫਾਰ ਕੈਨੇਡਾ ਫਾਰ ਸਟੂਡੈਂਟ। ਤੇ ਉਹ ਦ ਹੈਡ ਆਫ ਚੰਡੀਗੜ੍ਹ ਉਹਨੇ ਸਾਫ ਕਹਿਤਾ ਵੀ ਵਾਈ ਪੰਜਾਬ ਤੋਂ ਸਟੱਡੀ ਪਰਮਿਟ ਐਪਲੀਕੇਸ਼ਨ ਕਿਉਂ ਆ ਰਹੇ ਆ, ਸਾਨੂੰ ਨੂੰ ਪਤਾ ਵੀ ਪੰਜਾਬ ਇਜ਼ ਫੇਕ, ਆਲ ਫੇਕ ਡਾਕੂਮੈਂਟਸ, ਵੀ ਹੈਵ ਟੂ ਸਪੈਂਡ ਮੈਸਿਵ ਅਮਾਊਂਟਸ ਆਫ ਇਨਵੈਸਟੀਗੇਸ਼ਨ। ਸੋ ਦ ਪਰਸੈਪਸ਼ਨ ਉਹਨਾਂ ਨੂੰ ਪਤਾ ਇਟ ਸਟੀਰੀਓਟਾਈਪ ਉਹਨਾਂ ਕੋਲ ਹੈਗਾ, ਸੋ ਇਸ ਕਰਕੇ ਯੂ ਨੋ ਇਸ ਕਰਕੇ ਯੂ ਨੋ ਦਿੱਲੀ ਤੋਂ ਜ਼ਿਆਦਾ ਸਟੱਡੀ ਪਰਮਿਟ ਸੌਖੇ ਆ ਰਾਈਟ, ਜਾਂ ਬੈਂਗਲੋਰ ਤੋਂ ਜਾਂ ਹੈਦਰਾਬਾਦ ਤੋਂ। ਅਗੇਨ ਆਪਾਂ ਆਪਦੇ ਪੈਰ ਦੇ ਵਿੱਚ ਕੁਹਾੜੀ ਮਾਰੀ ਜਾਂਦੇ ਹਾਂ, ਕਿਉਂਕਿ ਜੇ ਪੰਜਾਬ ਦੇ ਚੰਡੀਗੜ੍ਹ ਦੇ ਹੈਡ ਵੀਜ਼ਾ ਆਫ ਦਾ ਇਹ ਖਿਆਲ ਹੈਗਾ, ਫਿਰ ਤਾਂ ਜੈਨੂਇਨ ਸਟੂਡੈਂਟ ਪੰਜਾਬ ਦਾ ਨੁਕਸਾਨ ਆ, ਬਿਲਕੁਲ ਰਾਈਟ, ਉਹਨੂੰ ਔਖਾ ਹੋਊਗਾ। ਇਹਦੇ 'ਚ ਨਾ ਰਾਜੇ ਦੇ ਪਿੱਛੇ ਇੱਕ ਕਾਰਨ ਹੈ, ਉਹ ਇਹ ਹੈ ਵੀ ਜਿਹੜਾ ਪੰਜਾਬੀ ਨੇ ਹੈਗੇ ਘੁਮੱਕੜ ਕੌਮ, ਮਤਲਬ ਆਪਾਂ ਸਾਰੇ ਨਾ ਜੀ ਮਿਹਨਤੀ ਹੋਣ ਦੇ ਨਾਲ ਨਾਲ ਨਾ ਇੱਕ ਮਾਰਸ਼ਲ ਕੌਮ ਵੀ ਕਿਹਾ ਜਾਂਦਾ, ਜਿੱਦਾਂ ਕਿ ਜੇ ਤੁਸੀਂ ਹਿਸਟਰੀ ਪੜ੍ਹੋ ਪੰਜਾਬ ਦੀ, ਤੇ ਆਪਾਂ ਜਿਹੜੇ ਵੀ ਕੰਟਰੀਆਂ ਦੇ ਲੋਕੀ ਆ ਕੇ ਤੇ ਪੰਜਾਬ ਦੇ ਉੱਤੇ ਪਹਿਲਾਂ ਅਟੈਕ ਕਰਦੇ ਸੀ, ਕਿਉਂਕਿ ਐਡੀ ਖੂਬਸੂਰਤ ਧਰਤੀ ਸੀਗੀ ਜਿੱਥੇ 5 ਦਰਿਆਵਾਂ ਦਾ ਪਾਣੀ, ਵਧੀਆ ਖਾਣਾ ਪੀਣਾ, ਵਧੀਆ ਰਹਿਣਾ ਹੁੰਦਾ ਸੀਗਾ। ਉਹ ਜਿਵੇਂ ਜਿਵੇਂ ਉੱਥੇ ਖਤਮ ਹੁੰਦੀ ਜਾਂਦੀ, ਜਿੱਥੇ ਵੀ ਇਹਨਾਂ ਨੂੰ ਲਾਲਸਾ ਨਜ਼ਰ ਆਉਂਦੀ ਨਾ ਦੁਨੀਆ ਭਰ ਦੇ ਵਿੱਚ, ਉੱਥੇ ਉੱਡਣ ਨੂੰ ਫਿਰਦੇ ਆ ਹਮੇਸ਼ਾ ਹੀ, ਤੇ ਇਹਨਾਂ ਨੇ ਜਿੱਥੇ ਜਿੱਥੇ ਅੱਗੇ ਕੁੰਡੀਆਂ ਪਾ ਲਈਆਂ, ਹੁਣ ਪਿੱਛੇ ਦੇ ਪਿੱਛੇ ਬਾਕੀ ਵੀ ਤੁਰੇ ਜਾਂਦੇ ਨੇ। ਕਈ ਵਾਰੀ ਤੇ ਇੱਕ ਲੀਗਲ ਸਿਸਟਮ ਨੂੰ ਫੋਲੋ ਕਰ ਲੈਂਦੇ ਨੇ, ਕਈ ਵਾਰੀ ਉਹ ਇਲੀਗਲ ਵੀ ਕਹਿੰਦੇ ਵੀ ਕੋਈ ਗੱਲ ਨਹੀਂ, ਚੱਕ ਦੇ ਫੱਟੇ ਜਿਹਦਾ ਪੰਜਾਬੀ 'ਚ ਆਪਾਂ ਕਹਿੰਦੇ ਨਾ, ਇਹ ਫੱਟੇ ਚੱਕਣ 'ਚ ਬਹੁਤ ਬਿਲੀਵ ਕਰਦੇ ਨੇ, ਉੱਥੇ ਕੋਈ ਰੂਲ ਕੋਈ ਰੈਗੂਲੇਸ਼ਨ। ਜਿਹਦੇ ਦੂਜੇ ਕੰਟਰੀਆਂ ਦੀ ਜੇ ਗੱਲ ਕਰੀਏ ਸਟੇਟਸ ਦੀ, ਉੱਥੇ ਉਹ ਗੱਲਾਂ ਬਾਤਾਂ ਦੇ ਨਾਲ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰਨਗੇ, ਪਰ ਪੰਜਾਬੀ ਜਿਹੜਾ ਹੋਏਗਾ ਨਾ ਗੱਲ ਤੋਂ ਪਹਿਲਾਂ ਉਹ ਘਸੋਨੋ ਨੇ ਪਹਿਲਾਂ ਵੱਟਿਆ ਹੁੰਦਾ ਵੀ
ਪੰਜਾਬੀ ਵੀ ਨਹੀਂ ਆ ਪਰ ਸਿੱਖ ਹੋਣ ਦੇ ਨਾਤੇ ਜੰਮੂ ਕਸ਼ਮੀਰ ਵਾਲੇ ਵੀ ਸਾਨੂੰ ਪੰਜਾਬੀ ਹੀ ਕਹਿੰਦੇ ਆ ਪੋਇਰਮ ਕਹਿੰਦੇ ਆ ਪਾਰਲੇ ਤੇ ਬੇਸਿਕਲੀ ਇਹ ਆ ਕਿ ਜਿਹੜੀ ਪੰਜਾਬ ਦੀ ਖਾਸੀਅਤਾਂ ਬਹੁਤ ਨੇ ਔਰ ਇਹੀ ਕਾਰਨ ਹੈ ਕਿ ਉਹ ਬਾਹਰ ਜਾ ਕੇ ਬਾਹਰਲੀਆਂ ਸਟੇਟਾਂ ਦੇ ਵਿੱਚ ਜਾ ਕੇ ਮਤਲਬ ਬਾਹਰਲੀਆਂ ਕੰਟਰੀਆਂ ਦੇ ਵਿੱਚ ਜਿੱਥੇ ਵੀ ਗਏ ਨੇ ਨਾ ਵੀ ਉਹਨਾਂ ਨੇ ਬਹੁਤ ਕਮਾਇਆ ਕੈਨੇਡਾ ਦੇ ਵਿੱਚ ਵੀ ਪਰ ਜਿਹੜੀ ਇਹ ਚੀਜ਼ਾਂ ਜਿਹੜੀਆਂ ਹੁਣ ਅਸੀਂ ਨੈਗੇਟਿਵ ਪਰਸਪੈਕਟਿਵ ਦੇਖਦੇ ਹਾਂ ਇਹਦੇ ਵਿੱਚ ਬਹੁਤ ਸਾਰੇ ਸਾਡੇ ਉਹ ਲੋਕ ਵੀ ਜ਼ਿੰਮੇਵਾਰ ਮੈਂ ਤੁਹਾਡੇ ਦੋਵਾਂ ਦੀ ਗੱਲ ਨਹੀਂ ਕਰ ਰਿਹਾ ਪਰ ਜਿਹੜੇ ਇਸ ਪ੍ਰੋਫੈਸ਼ਨ ਨੂੰ ਡੀਲ ਕਰ ਰਹੇ ਸੀ ਕਿਉਂਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਇੰਡੀਆ ਦੇ ਵਿੱਚ ਮੈਂ ਇੱਕ ਸਿਵਲ ਸਰਵੈਂਟ ਰਿਹਾ ਐਡਮਿਨਿਸਟ੍ਰੇਟਿਵ ਅਫਸਰ ਤਹਿਸੀਲਦਾਰ ਰਿਹਾ ਉਸ ਤੋਂ ਬਾਅਦ ਐਮਨੈਸਟੀ ਨਾਲ ਕੰਮ ਕੀਤਾ ਇੱਥੇ ਆ ਕੇ ਲੀਗਲ ਫੀਲਡ ਦੇ ਵਿੱਚ ਕਈ ਵਾਰੀ ਇਹੋ ਜਿਹੇ ਹਾਦਸੇ ਹੋਏ ਨੇ ਕਿ ਕਿਸੇ ਕੋਈ ਮਿਨਿਸਟਰ ਲੈਵਲ ਤੇ ਵੀ ਹੋਏਗਾ ਪਰ ਕਿਸੇ ਟਾਈਮ ਐਜ਼ ਅ ਲਾਇਰ ਉਹਦੀਆਂ ਇਹੋ ਜਿਹੀਆਂ ਚੀਜ਼ਾਂ ਇਹੋ ਜਿਹੀਆਂ ਸਪੋਰਟਿੰਗ ਡਾਕੂਮੈਂਟਸ ਮੇਰੇ ਕੋਲ ਵੀ ਆਏ ਨੇ ਵੈਰੀਫਿਕੇਸ਼ਨ ਵਾਸਤੇ ਕਿ ਜਿਸ ਦੇ ਵਿੱਚ ਉਹ ਵੀ ਇਹਨਾਂ ਫਰਾਡ ਮੈਰਿਜ ਦੇ ਵਿੱਚ ਫਰਾਡ ਮੈਰਿਜ ਵੀ ਕਰਵਾ ਰਿਹਾ ਤੇ ਇੱਥੇ ਡਿਵੋਰਸ ਵਾਸਤੇ ਜਿਹੜੀ ਉਹਨਾਂ ਦੀ ਪੈਟੀਸ਼ਨ ਉਹ ਫਾਈਲ ਕਰ ਰਿਹਾ ਦੇਖੋ ਜੀ ਜਿਹੜਾ ਬੀ ਹੁੰਦਾ ਨਾ ਕਿਸੇ ਵੀ ਸੋਚ ਦਾ ਉਹ ਕੋਈ ਨਾ ਕੋਈ ਬੀਜਦਾ ਹੁੰਦਾ ਸੋ ਕਈ ਵਕੀਲ ਤਾਂ ਇੱਦਾਂ ਹੈ ਕਿ ਜੀ ਕੋਈ ਆਏਗਾ ਜੀ ਹੁਣ ਕੀ ਕਰ ਸਕੀਏ ਪੱਕੇ ਹੁਣ ਤੁਸੀਂ ਵਿਆਹ ਕਰ ਲਓ ਲੱਭ ਕੇ ਬੰਦਾ ਫਿਰ ਸੋਚਦਾ ਹਾਂਜੀ ਆਈਡੀਆ ਪਲਾਂਟ ਕਰਤਾ ਨਾ ਤਾਂ ਦਿਮਾਗ ਤਾਂ ਫਿਰ ਉੱਧਰ ਜਿੱਥੇ ਮਰਜ਼ੀ ਭੱਜੇ ਕੀ ਹੁਣ ਕਿਹਨੂੰ ਫੜ ਕੇ ਵਿਆਹ ਕਰਾ ਕਿੱਦਾਂ ਜਾਂ ਕੋਈ ਬੰਦਾ ਕਹੂਗਾ ਭਾਈ ਇੱਥੇ ਪੱਕੇ ਹੋਣ ਦਾ ਕੋਈ ਹੈਗਾ ਤਰੀਕਾ ਇੰਗਲੈਂਡ 'ਚ ਮੈਂ ਕਹੂੰਗਾ ਸ਼ੇਰ ਹੁੰਦਾ ਨਹੀਂ ਕੋਈ ਜੇ ਮੈਂ ਵਿਆਹ ਕਰ ਲਵਾਂ ਜਾਂ ਯੂਰੋਪੀਅਨ ਕੁੜੀ ਨਾਲ ਵਿਆਹ ਤਾਂ ਮੈਂ ਕਿਹਾ ਫਿਰ ਵੀਜ਼ਾ ਲੱਗ ਜਾਂਦਾ ਆਟੋਮੈਟਿਕਲੀ ਦਿਮਾਗ ਹੋ ਗਿਆ ਨਾ ਕਿ ਵੀਜ਼ਾ ਲਾਉਣਾ ਵਿਆਹ ਕਰ ਲਈ ਯੂਰੋਪੀਅਨ ਨਾਲ ਤਾਂ ਵਿਆਹ ਉਹ ਫਰਜ਼ੀ ਆ ਕਹਾਂ ਕਰਦੇ ਆ ਫਿਰ ਪ੍ਰੋਬਲਮ ਪੈਂਦੀ ਹੈ ਉਹਦੇ ਵਿੱਚ ਕਿ ਇਮੀਗ੍ਰੇਸ਼ਨ ਵਿਆਹ ਸਾਡੇ ਤਾਂ ਜੀ ਤੁਹਾਡੇ ਤਾਂ ਇੱਥੇ ਮੈਨੂੰ ਪਤਾ ਨਹੀਂ ਸਾਡੇ ਤਾਂ ਵਿਆਹ ਵਾਲੇ ਦਿਨ ਵੀ ਇਮੀਗ੍ਰੇਸ਼ਨ ਬਹੁਤ ਵਿਆਹਾਂ 'ਤੇ ਆਉਣ ਲੱਗ ਪਈ ਜਦੋਂ ਕੱਚੇ ਬੰਦੇ ਵਿਆਹ ਕਰਦੇ ਆ ਭਾਵਾਂ ਬੰਦੇ ਨੇ ਐਚ ਕਿਨ ਪਾਇਆ ਹੁੰਦਾ ਜੀ ਵਿਆਹ ਵਾਲੇ ਦਿਨ ਉਹ ਸੋਚਦਾ ਜੀ ਕਿ ਮੈਂ ਉੱਥੇ ਜਾ ਕੇ ਮੇਰਾ ਵਿਆਹ ਹੋਊਗਾ ਮੇਰਾ ਵੀਜ਼ਾ ਲੱਗੂਗਾ ਉੱਥੇ ਮੋਹਰੇ ਇਮੀਗ੍ਰੇਸ਼ਨ ਵਾਲੇ ਖੜੇ ਹੁੰਦੇ ਕਹਿੰਦੇ ਆਏ ਪੁੱਤ ਤੇਰਾ ਪੈਰ ਹੋਣਾ ਸੀ ਕਰਾਉਣਾ ਵਿਆਹ ਮਿਲ ਲਈ ਸਾਡੇ ਨਾਲ ਚੱਕਰ ਲਾ ਲਾ ਇਹਦੇ ਫਿਰ ਉਹ ਵਿਚਾਰਾ ਜੇਲ੍ਹ ਜਾਂਦਾ ਆ ਤੇ ਫਿਰ ਡਿਪੋਰਟ ਹੁੰਦਾ ਆ ਤੇ ਯਾਨੀ ਪਲਾਨ ਇਹ ਹੁਣ ਅਸੀਂ ਕਿਉਂਕਿ ਅਸੀਂ ਫਰਜ਼ੀ ਵਿਆਹ ਕਰਾ ਰਹੇ ਹਾਂ ਗੌਰਮੈਂਟ ਦਾ ਐਕਸਟਰਾ ਖਰਚਾ ਨਹੀਂ ਕਰਾਂਗੇ ਬੰਦੇ ਰੱਖਣ ਨੂੰ ਫੜਨ ਨੂੰ ਡਿਟੇਨ ਕਰਨ ਨੂੰ ਸਭ ਪੈਸਾ ਲੱਗਦਾ ਇਹ ਫ੍ਰੀ 'ਚ ਤਾਂ ਹੁੰਦੇ ਨਹੀਂ ਉਹਦੇ ਕਰਕੇ ਗੌਰਮੈਂਟ ਨੂੰ ਰੈਵਨਿਊ ਚਾਹੀਦੀ ਹੈ ਟੈਕਸਿਸ ਵੀ ਤੁਹਾਡੇ ਓਬਵੀਅਸਲੀ ਸਾਡੇ ਚਾਹੁੰਦੇ ਸੋ ਟੈਕਨਿਕ ਉਹ ਟੈਕਸਿਸ ਕਹਿੰਦੇ ਨੇ ਐਸੀ ਦੇਣੇ ਸੋ ਸਾਤੋਂ ਹੀ ਪੈਸੇ ਲੈ ਕੇ ਸਾਡੇ ਜੋ ਬੁਰਾਈਆਂ ਦੀ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੀ ਹੈ ਹਰ ਗੌਰਮੈਂਟ ਕੋ ਹੱਕ ਹੋਣਾ ਚਾਹੀਦਾ ਕਿ ਜੀ ਉਹ ਆਪਣੇ ਨਾਗਰਿਕਾਂ ਨੂੰ ਸੁਰੱਖਿਆ ਦੇ ਸਕਣ ਸੁਰੱਖਿਆ ਐਂਡ ਦੈਟ ਮੀਨਸ ਆਲਸੋ ਪ੍ਰੋਟੈਕਸ਼ਨ ਫਰੋਮ ਬੀਂਗ ਫਰੋਡਡ ਆਪਣੇ ਬੰਦੇ ਤੁਸੀਂ ਉਹੀ ਗੱਲ ਕਰੀ ਅਸੀਂ ਭੇਟ ਚਾਲ ਦੀ ਗੱਲ ਕਰਦੇ ਹਾਂ ਕਿ ਜੀ ਆਪਣੇ ਜਿੱਧਰ ਨੂੰ ਇੱਕ ਪਾਸ ਜੇ ਕਿਸੇ ਦਾ ਇੱਕ ਨਕਲੀ ਬੈਂਕ ਸਟੇਟਮੈਂਟ ਦਾ ਵੀਜ਼ਾ ਲੱਗ ਜਾਂਦਾ ਸਾਰੇ ਬੰਦੇ ਉਹਦੇ ਕੋਲ ਏਜੰਟ ਕੋਲ ਜਾਂਦੇ ਕਿ ਜੀ ਫਲਾਨੇ ਦਾ ਲਾਤਾ ਸਾਨੂੰ ਦਿਖਾਲਣ ਦੀ ਲੋੜ ਨਹੀਂ ਉਹਦਾ ਲੱਗ ਗਿਆ ਜੀ ਸਾਡਾ ਵੀ ਲੱਗ ਜਾਏਗਾ ਉਹ ਇਹ ਨਹੀਂ ਦੇਖਦੇ ਕਿ ਜੇ ਇੱਕ ਦਾ ਲੱਗਦਾ ਤੇ 200 ਬੰਦਾ ਰਿਫਿਊਜ਼ ਵੀ ਹੋਇਆ ਉਹਦੇ ਵਿੱਚ ਤਾਂ ਉਹਨਾਂ ਨੂੰ ਬੈਨ ਲੱਗੇ ਮੁੜ ਕੇ ਜਾਣ ਨੂੰ ਔਰ ਕਹਿੰਦੇ ਜੀ ਲੱਗ ਜੂ ਅਸੀਂ ਤੀਰ ਤੁੱਕਾ ਜ਼ਰੂਰ ਲਾਉਣਾ ਰਾਦਰ ਦੈਨ ਵੇਟ ਐਂਡ ਡੂ ਦ ਕਰੈਕਟ ਥਿੰਗ ਕਰੈਕਟ ਪ੍ਰੋਸੀਜਰ ਜੀ ਇੱਕ ਕਾਲਰ ਨੇ ਇਹਨਾਂ ਦੀ ਗੱਲ ਵੀ ਸੁਣ ਲੈਣੀ ਜੀ ਕੀ ਕਹਿਣਾ ਚਾਹੁੰਦੇ ਨੇ ਜੀ ਸਬਰਮ ਤੁਹਾਡਾ ਸਵਾਗਤ ਹੈ ਜੀ ਰਾਜੇਸ਼ ਜੀ ਹਾਊ ਆਰ ਯੂ ਬੜੀਆ ਸੈਣੀ ਸਾਹਿਬ ਆਪ ਸੁਣਾਓ ਆਪ ਕੀ ਤਬੀਅਤ ਕੈਸੀ ਹੈ ਜੀ ਤਬੀਅਤ ਠੀਕ ਹੈ ਮੈਂ 1 ਘੰਟਾ 22 ਮਿੰਟ ਸੇ ਆਪਕਾ ਪ੍ਰੋਗਰਾਮ ਸੁਣ ਰਹਾ ਹੂੰ ਜੀ ਜੀ ਔਰ ਮੁਝੇ ਫਿਰ ਫੋਨ ਪੇ ਆਨਾ ਪੜਾ ਇਤਨੇ ਮਹਿੰਗੇ ਮਹਿੰਗੇ ਲਾਇਰ ਬੈਠੇ ਹੈ ਆਪਕੇ ਸਾਹਮਣੇ ਸਮਾਰਟ ਲੋਕ ਔਰ ਕੋਈ ਫੋਨ ਨਹੀਂ ਕਰ ਰਿਹਾ ਕਿਤਨੀ ਪ੍ਰੋਬਲਮ ਹੈ ਕੈਲਗਰੀ ਮੈਂ ਅਬ ਮੈਂ ਰੈਸਟੋਰੈਂਟ ਕੀ ਬਾਤੇਂ ਬਤਾਤਾ ਹੂੰ ਆਪਕੋ ਜੀ ਜੀ ਹਮਾਰੇ ਲੋਗੋ ਨੇ ਖਰਾਬ ਕੀਆ ਸਾਰਾ ਸਿਸਟਮ ਯੇ ਜੋ ਲੰਡਨ ਸੇ ਆਏ ਹੈ ਗੈਸਟ ਆਪਕੇ ਹੀ ਇਜ਼ 100% ਰਾਈਟ ਜੀ ਐਂਡ ਰਾਜ ਸ਼ਰਮਾ ਆਲਸੋ ਨੋਜ਼ ਹੀ ਵਾਜ਼ ਇਨ ਇਮੀਗ੍ਰੇਸ਼ਨ ਲਾਇਰ ਨਾਓ ਹੀ ਇਜ਼ ਅ ਪ੍ਰਾਈਵੇਟ ਡਿਫੈਂਡਰ ਔਰ ਵਟਐਵਰ ਹੀ ਇਜ਼ ਅ ਵੈਰੀ ਗੁੱਡ ਮੈਨ ਔਰ ਆਪਕੇ ਆਫਿਸ ਮੇ ਪਾਣੀ ਹੈ ਕਿ ਨਹੀਂ ਜੀ ਹੈ ਜੀ ਜਗ ਕਿਉਂ ਛੋਟਾ ਸਾ ਆਪਕਾ ਆਫਿਸ ਹੈ ਔਰ ਚਾਰ ਲੋਗ ਆਪਕਾ ਗਲਾ ਵੀ ਖਰਾਬ ਹੋ ਰਹਾ ਥੋੜਾ ਥੋੜਾ ਜੀ ਤਾਂ ਆਪ ਬ੍ਰੇਕ ਲੀਜੀਏ ਗਾਣਾ ਸੁਣਵਾਈਏ ਇੱਕ ਦੋ ਹੈਲੋ ਪਾਣੀ ਪੀਣਾ ਅਲਾਊਡ ਹੀ ਨਹੀਂ ਹੈ ਨਹੀਂ ਨਹੀਂ ਡਾਕਟਰ ਸਾਹਿਬ ਆਪਕੋ ਵੀ ਪਾਣੀ ਪੀਣਾ ਚਾਹੀਏ ਬੋਲਤੇ ਬੋਲਤੇ ਜ਼ਰੂਰੀ ਹੈ ਪਾਣੀ ਪੀਣਾ ਜੀ ਸਾਹਿਬ ਮੈਂ ਆਪਕੀ ਫਰਮਾਇਸ਼ ਪੂਰੀ ਕਰਤੇ ਹੈ ਗਾਣੇ ਕੀ ਮੈਂ ਰੈਸਟੋਰੈਂਟ ਕੀ ਬਾਤੇਂ ਬਤਾਤਾ ਹੂੰ ਆਪਕੋ ਜੀ ਇਹ ਜੋ ਲੋਗ ਬੁਲਾਤੇ ਹੈ ਆਪਣੇ ਰਿਸ਼ਤੇਦਾਰ ਕੋ ਬੁਲਾਤੇ ਹੈ ਇਹ ਕੁੱਕ ਕੋ ਨਹੀਂ ਬੁਲਾਤੇ ਹਲਵਾਈ ਕੋ ਨਹੀਂ ਬੁਲਾਤੇ ਔਰ ਉਨਕੋ ਫਿਰ ਪੈਸੇ ਨਹੀਂ ਦੇਤੇ ਤੋ ਹਮਾਰੀ ਕ੍ਰੀਏਟਿਵ ਪ੍ਰੋਬਲਮ ਹੈ ਯੇ ਸਾਰੀ ਇਮੀਗ੍ਰੇਸ਼ਨ ਕੀ ਇਸਸੇ ਪਹਿਲੇ 20 ਸਾਲ ਪਹਿਲੇ ਯੇ ਕੰਸਲਟੈਂਟ ਆ ਗਏ ਇਮੀਗ੍ਰੇਸ਼ਨ ਕੰਸਲਟੈਂਟ ਬਣ ਕੇ ਬੈਠ ਕੇ ਰਿਫਿਊਜੀ ਅਪਲਾਈ ਕਰਨਾ ਉਨਕੀ ਸਾਰੀ ਤਨਖਾਹ ਸਾਰਾ ਮਿਹਨਤੀ ਪੈਸਾ ਖਾਤੇ ਰਹੇ ਤਾਂ ਉਹ ਜੇਸਨ ਕੈਨੀ ਕੋ ਹਮ ਕਿਆ ਬੁਲਾ ਬਦਨਾਮ ਕਰੇ ਹੀ ਹੈਜ਼ ਟੂ ਡੂ ਸਮਥਿੰਗ ਅਬਾਊਟ ਇਟ ਹਮਾਰੇ ਬੱਚੇ ਮੈਕਡੋਨਲਡ ਮੇ ਕਾਮ ਕਰਤੇ ਥੇ ਜਬ ਵੋ ਸਟੂਡੈਂਟ ਥੇ ਆਜ ਕਿਸੀ ਬੱਚੇ ਕੋ ਦੇਖੋ ਕੋਈ ਜੋਬ ਨਹੀਂ ਹੈ ਸਬਕੋ ਉਨਕੋ ਪਤਾ ਹੈ ਕਿ ਯਹਾਂ ਪਰ ਕੈਨੇਡੀਅਨ ਡਾਲਰ ਦੇਣਾ ਪੜੇਗਾ ਇਨਕੋ ਫਿਲੀਪੀਨ ਸੇ ਇਧਰ ਉਧਰ ਸੇ ਲੋਕ ਮਤਲਬ ਬੜੀ ਬੜੀ ਜੋ ਕੰਪਨੀਆਂ ਹੈ ਉਹ ਪੈਸਾ ਕਮਾ ਰਹੀ ਹੈ ਬਸ ਇਮੀਗ੍ਰੇਸ਼ਨ ਕੋ ਭੁੱਲ ਗਏ ਲੋਕ ਬਹੁਤ ਅੱਛਾ ਸਿਸਟਮ ਥਾ ਮੈਂ ਜਬ ਆਇਆ ਥਾ 45
सीधा आया, सीधी जॉब मिली, सीधा काम किया। ना मैंने कोई गलत काम किया, ना मैं किसी को सजेस्ट करता हूँ गलत काम। ये हमारे लोग कितने रेस्टोरेंट है कैलगरी में, कम से कम 100 से ज्यादा है रेस्टोरेंट, सभी जगह प्रॉब्लम चल रही है। वही पैसे नहीं देते, काम ज्यादा करवाते हैं। अगर आपको स्पेशलिस्ट ही कुक मंगाना है इंडिया से तो उसको $4,000 दो, कोई नहीं देता। इधर $10 $12 में 20-20 घंटे काम करवाते। हमने सब मैरिड लोग बुलाए हैं इधर और सारे वेल ऑफ हैं, आज तक कोई कंप्लेंट नहीं हुई। हमने भी हलवाई मंगाए हैं, हमने बहुत रेस्टोरेंट चलाए हैं कैलगरी में, हमें कोई प्रॉब्लम नहीं है। पर सब लोग क्रिएटिव प्रॉब्लम है अपने लोगों की, और वो मैरिज की जो प्रॉब्लम है वो आपको भी पता है, मुझे भी पता है, और राज को भी पता है, और ये लंदन वालों को तो बहुत ही ज्यादा पता है। सीधा वेलफेयर पे जाओ, 200 पाउंड 300 पाउंड 500 पाउंड जो भी सिस्टम है उधर, खाने को मिलता है खूब अच्छा, रहने को कमरा मिलता है, कोई किराया नहीं देना पड़ता। कनाडा में तो फिर भी नहीं मिलता ऐसा जो लंदन में मजा है। जो मेरे लंदन में लोग रहते हैं मुझे बताते हैं, रिफ्यूजी जाओ शादी कर लो, बड़ा सिस्टम हम ही लोगों ने खराब किया है। जी बहुत मेहरबानी जी, थैंक यू वेरी मच। मैं गाना भी सुनाते हैं आप जी। थैंक यू जी, थैंक यू। तो पंगा साहब इन्होंने बहुत वधिया कहा, एक गाना भी सीगा दलीप कुमार दा, हां जी, ओ सूट मेरा देखो, सूट मेरा देखो, तो पता नहीं अब गोरा कोई लंदन का, गोरा कोई लंदन का, मसाला मैं तो सब बन गया। हां जी, बड़ा बढ़िया वधिया वधिया जणिया चीजें ने लंदन दी मशहूर ने। सो सैनी साहब, एक्चुअली कॉलर को हम रिक्वेस्ट इसलिए नहीं ज्यादा करें क्योंकि कई बार होता भी कॉलर आउट ऑफ द वे चले जाते हैं बातों में। अभी हमारे पास इतनी इन्फॉर्मेशन, जो दोनों लॉयर इतनी ज्यादा अच्छी अच्छी बातें कर रहे हैं, मुझे लग रहा है भी लोगों को सुनने का मजा आ रहा है, तो अच्छी बातें चल रही हैं। इसके अलावा गाने के भी हम फरमाइश पूरी करते हैं आपकी। सैनी साहब भी बड़े अच्छे साढ़े दोस्त ने। मैं थोड़ी गल चेते कराती, मैं भी नछत्तर गिल भाजी का इंटरव्यू कर रहा है जी जी, पहली बार जो मैं कर रहा है तो मैं फोन लाइना खोल दी, तो इस तो बावजूद कि उन्हू नछत्तर भाई ने कहो कि भाई जी कोई गीत सुनाओ, एक कॉलर कहता नछत्तर भाई ने कहो मेरा गीत सुने, वो अपना जी हीर रांझा गाउन लग पाया। तो नछत्तर भाई मेरे वाल देख के हरिया भा की हो गया, तो मैं क्या हाँ जी भाजी कि तुम इन्हों तो गीत सुनो, तुम की है अपना ही सुना लग पे। सो कई बार कॉलर होंगे थोड़े ऑफ ट्रैक चल जाते, पर एक कॉल बहुत वधिया सी, बहुत इशू एक्चुअली इन्होंने सही किया कि हाँ लंदन का वेलफेयर सिस्टम इंग्लैंड का ही लोगों को खिंच के लैके आना, क्योंकि पता जी सब कुछ फ्री पढ़ाइया डॉक्टरी, जे थोड़े को खान नू नहीं तो थानू पैसे मिलते, जे घर है नहीं तो थानू मकान देंगे। सो ये चीज़ा करके हम माले मुफ्त दिले बेरहम, तो अपने बंदे तो फिर जाना ही जाना, तो वो अट्रैक्टिव होंगे, तो सिर्फ अपने नहीं यूरोप के बहुत आते इस चीज़ में, तो इसी चीज़ करके इस वे एंटी इमीग्रेशन की लहर बनी है मुल्क दे विच जी, ये जो लोग कर रहे हैं इन्हों बाहर कढ़ो तो हम असी होर बंदे ना बाड़िए, इसलिए कानून सख्त होया। बहुत वधिया जी, ਮੈਨੂੰ ਮੈਂ ਇਹ ਫੀਲ ਕਰਦਾ ਵੀ ਇਹ ਇੱਕ ਇਨਸਾਨੀਅਤ ਦੇ ਲਈ ਇਹ ਕੋਈ ਨਹੀਂ ਵਧੀਆ ਹੈਗਾ, ਵੀ ਇਹਦੇ ਲਈ ਇਹ ਕੀ ਐਫਰਟ ਕਰਨਗੇ ਉੱਥੇ ਜਾ ਕੇ ਵੀ ਇਹ ਲੋਕਾਂ ਨੂੰ ਇਹ ਅਵੇਅਰ ਕਰਨਗੇ, ਇਹਦੇ ਲਈ ਦੱਸੋ ਜੀ। ਥੈਂਕ ਯੂ, ਥੈਂਕ ਯੂ ਜੀ, ਸ਼ੁਕਰੀਆ ਜੀ, ਬਹੁਤ ਵਧੀਆ ਜੀ। ਐਕਚੁਅਲੀ ਆਲਰੇਡੀ ਕਾਨੂੰਨ ਹੈਗਾ ਇਨ ਪਲੇਸ, ਇੰਨੇ ਵੀ ਨਹੀਂ ਬੇਰਹਿਮ ਹੋ, ਜੇ ਬੱਚਾ ਇੰਗਲੈਂਡ 'ਚ ਪੈਦਾ ਹੁੰਦਾ ਕੱਚਾ ਹੁੰਦਾ ਤੇ 10 ਸਾਲ ਰਹਿ ਜਾਵੇ ਤਾਂ ਉਹਨੂੰ ਉੱਥੇ ਦੀ ਨੈਸ਼ਨੈਲਿਟੀ ਮਿਲ ਜਾਂਦੀ, ਪਰ ਹੁਣ ਫਿਰ ਕਸੂਰ ਜੇ ਇਸ ਵਾਸਤੇ ਅਸੀਂ ਬੱਚਾ ਜਮਾਈਏ ਕਿ 10 ਸਾਲ ਅਸੀਂ ਲੁੱਕ ਕੇ ਰਹੋਗੇ, ਉਹ ਬੱਚੇ ਦੀ ਕੀ ਜ਼ਿੰਦਗੀ, ਅਸੀਂ ਕੀ ਸੋਚਿਆ ਉਹਦੇ ਬਾਰੇ, ਉਹ ਬੱਚਾ ਸਕੂਲ 'ਚ ਕਿੱਦਾਂ ਭਰਤੀ ਹੋਊਗਾ ਜੇ ਉਹਦੇ ਕੋਲ ਪਾਸਪੋਰਟ ਹੀ ਨਹੀਂ ਹੈਗਾ, ਉਹ ਬੱਚੇ ਕੋਲ ਮੈਡੀਕਲ ਕਿੱਦਾਂ ਮਿਲੇਗੀ ਜੇ ਉਹਦੇ ਕੋਈ ਸ਼ਨਾਖਤ ਹੀ ਨਹੀਂ ਹੈਗੀ, ਉਹ ਬੱਚਾ ਜੇ ਕਿਸੇ ਬੱਚਿਆਂ ਨੇ ਸਕੂਲ ਟ੍ਰਿਪ ਤੇ ਜਾਣਾ ਹੋਵੇ ਬਾਕੀਆਂ ਤੇ ਉਹ ਜਾ ਨਹੀਂ ਸਕਦਾ, ਉਹਨੂੰ ਕਿਸੇ ਚੀਜ਼ ਸ਼ਾਮਿਲ ਨਹੀਂ ਹੋਊਗਾ, ਜੇ ਕਿਤੇ ਪੁਲਿਸ ਅੜਕੇ ਬੱਚਾ ਆ ਜਾਵੇ ਜਾਂ ਫੈਮਿਲੀ ਆ ਜਾਵੇ ਉਸੇ ਵੇਲੇ ਡਿਪੋਰਟ ਕਰਦੇ ਆ, ਬੱਚੇ ਨੂੰ ਜੇਲ੍ਹ 'ਚ ਵੀ ਰੱਖ ਸਕਦੇ ਆ, ਡਿਟੈਂਸ਼ਨ ਸੈਂਟਰ ਜਿਹਨੂੰ ਸਾਡੇ ਬੱਚਿਆਂ ਐਸੀ, ਇਹਨਾਂ ਨੇ ਤਾਂ ਸੋਚਿਆ ਬੱਚੇ ਬਾਰੇ, ਅਸੀਂ ਕੀ ਸੋਚਿਆ, ਅਸੀਂ ਤਾਂ ਕੁਛ ਅਸੀਂ ਤਾਂ ਰਿਸਕ ਲੈਣ ਨੂੰ ਤਿਆਰ ਹਾਂ, ਕਹਿੰਦਾ ਕਿ ਜਹਾਂ ਹਮ ਲੱਟ ਕੇ ਉੱਥੇ ਸਾਡੇ ਬੱਚੇ ਲੱਟ ਕੇ। I think the caller, Shahid caller, is missing a couple of important foundational premises. Ek the government, the denial of a benefit, unu tusi torture nahi keh sakde, right? The government, it's not giving you something is not the same as doing something to you, right? Denying something is different, right? So unu torture tusi nahi keh sakde. Baki la Sukhi saab, mainu nahi pata inna de legal background ki hai ga, inna de tajruba ki hai ga, kehde university to eh padhe aaya. Human rights de jehde tusi keh rahe ho, UK to takde takde vakil, right? Inna de bar 1000 saal purani hai, inna de bar, right? Jadon eh kanoon
उन्होंने किया सी 83 दे तुसी नहीं सोचा भी वकीलों ने ते एडवोकेसी ऑर्गेनाइजेशंस ने उन्होंने सारे कानून नु चैलेंज किया ही होगा ते कोई कोर्ट ने ऑब्वियसली ये कानून नु अपहोल्ड कराया सो आपा हुन इत्थे बैठ के किसी होर मुल्क विच बैठ के किसी होर मुल्क दे कानून नु आपा आलोचना करिए विदाउट नोइंग द फैक्ट्स इज फूलिशनेस देखो जी जदों कोई भी कानून साफ होंदा तो सारे चैलेंज करदे आ ऐसे भी चैलेंज करदे आ जो चैलेंजेस हार जांदे आ क्योंकि जेडे सुप्रीम कोर्ट दे जज है जेडे यूरोपियन कोर्ट से जुड़े इंटरनेशनल कोर्ट से जज है वो इस चीज नु मानदे आ कि नहीं जी सरकारां को हक आ कि फ्रॉड प्रिवेंट करन लई हुण जे सारयां नु पता लग जावे कि जी इंग्लैंड आओ तो जमाओ तो बच्चा हो जांदा जी जी तो फिर जे आओ आउंदा ही बंदा करूगा यही काम बिल्कुल जो हो रहा हां जी जो हुंदा इत्थे भी हुंदा ही आ जी बिल्कुल दो कुड़ी मुंडे उत्थे जे फायदे ते ऐड करनी मैं चाहूंगा सो एक्चुअली यू आर फिर जे तुसीं नरमी करदे आ तो फिर तो तुसीं फ्रॉड नु एनकरेज करदे एक्चुअली इहदे च इक होर चीज हुंदी आ कि जेहड़े मुल्कां दे कानून हुंदे आ ओहदे विच जदों इस तक हवाला दित्ता जांदा कि जिसले कोई अमेंडमेंट हुंदी आ किसे लॉ दे विच या किसे दे विच जी कॉलर इक ते ओहदे विच की हुंदा कि ओहदे च पहला इह देखिया जांदा क्योंकि जे इह चीज इंप्लीमेंट हुई आ कि उहनां नूं नहीं दित्ती जाएगी सिटीजनशिप ते ओहदे पिछे बहुत वड्डी हिस्ट्री सी वायलेशन ऑफ द रूल्स द रियलिटी वायलेशन ऑफ द रूल्स ही जेहड़े सी कोर्ट विच यानी द रियलिटी इज दैट द मेजॉरिटी ऑफ इंडिविजुअल्स द मेजॉरिटी ऑफ कंट्रीज डू नॉट रिकॉग्नाइज बर्थ राइट सिटीजनशिप ते यूके ते कैनेडा च फर्क आ कैनेडा जेहड़ी हैगी इह इज बिल्ट ऑन सक्सेसिव वेव्स ऑफ इमिग्रेंट्स right a settler society hai and uk jada hai is a fully formed country for many hundreds of maybe over thousands of years right e farka and so jada itthe canada vich jaiza canada vich I agree birthright citizenship honi chahiye uk vich unna jaiza and that's fine that's for them to decide but again e jun tusi kuch kehne ho tusi thode knowledge laake tusi vichar karna chahiye karo je canada bhar jave ਜਿਹੜੀ ਯੂਕੇ ਦੀ ਸਾਈਜ਼ ਦੀ ਹੁੰਦੀ ਆ ਕੈਨੇਡਾ ਨੇ ਵੀ ਸੋਚਣਾ ਸੀ ਕਿ ਸੀਟ ਆਈ ਹੈ ਜੀ ਸਾਡੇ ਕੋਲ ਦੋ ਕਾਲਰ ਵੀ ਹੈਗੇ ਨੇ ਜੀ ਸਰਕਾਰਾਂ ਤੇ ਜੇ ਹੁੰਦੀ ਆ ਉਹਨਾਂ ਦੇ ਉੱਤੇ ਬਾਕੀ ਲੋਕਾਂ ਨੂੰ ਸੁਰੱਖਿਅਤ ਕਰਨਾ ਫਰੋਡ ਤੋਂ ਜੀ ਦੋ ਕਾਲਰ ਨੇ ਸਾਡੇ ਕੋਲ ਯੂ نو ਐਂਡ ਆਈ ਡੋਨਟ ਆਬਜੈਕਟ ਟੂ ਓਪੀਨੀਅਨ ਬਟ ਆਈ ਸੇ ਬੀਜੂ ਤੁਸੀਂ ਓਪੀਨੀਅਨ ਕਰਨ ਤੋਂ ਪਹਿਲਾਂ ਇਨਫੋਰਮਡ ਓਪੀਨੀਅਨ ਜੀ ਵਨ ਬਾਈ ਵਨ ਜੀ ਤੁਸੀਂ ਆਪਣੀ ਆਪਣੀ ਗੱਲ ਪਹਿਲਾਂ ਜਿਹੜੇ ਪਹਿਲੇ ਕਾਲਰ ਜਿਹਨਾਂ ਨੂੰ ਹੋਲਡ ਕੀਤਾ ਸੀ ਮੈਂ ਜੀ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸੁਖੀ ਜੀ ਦੂਸਰੇ ਕਾਲਰ ਨੂੰ ਥੋੜਾ ਜਿਹਾ ਟਾਈਮ ਦਿਓ ਕੀ ਕਹਿਣਾ ਚਾਹੁੰਦੇ ਨੇ ਮੈਂ ਥੋੜਾ ਸ਼ਾਰਟ ਦੇ ਵਿੱਚ ਹੀ ਲੈਣਾ ਸੀਗਾ ਜੀ ਮੈਂ ਇਹ ਕਹਿਣਾ ਚਾਹੁੰਦਾ ਸੀ ਉਹ ਜਿਹੜੇ ਰਾਜ ਸ਼ਰਮਾ ਨੇ ਜਿਹੜੀ ਇਨਫੋਰਮੇਸ਼ਨ ਦਿੱਤੀ ਸੀਗੀ ਤੇ ਉਸੇ ਦੇ ਗਰਾਊਂਡ ਦੇ ਤੇ ਮੈਂ ਉਹਦੀ ਡਿਸਕਸ ਕੀਤੀ ਸੀਗੀ ਕੋਈ ਮੈਂ ਆਪਦੇ ਕੋਲੋਂ ਨਹੀਂ ਬਣਾਇਆ ਇਹਦੇ ਲਈ ਕੋਈ ਲਾਇਰ ਜਾਂ ਲੀਗਲ ਇਹੋ ਜਿਹੜੇ ਮੀਲ ਐਗਜ਼ਾਮਪਲਾਂ ਜਿਹੜੀਆਂ ਐਡ ਕੀਤੀ ਸੁਖੀ ਜੀ ਥੋੜਾ ਜਿਹਾ ਦੂਸਰੇ ਕਾਲਰ ਨੂੰ ਟਾਈਮ ਦੇ ਦਈਏ ਆਪਾਂ ਗੈਸਟ ਦੇ ਨਾਲ ਆਪਾਂ ਆਰਗੂਮੈਂਟ ਚ ਨਹੀਂ ਆਪਾਂ ਇਹ ਐਕਸਪਰਟਸ ਨੇ ਇਹਨਾਂ ਕੋ ਆਪਾਂ ਨੌਲੇਜ ਲੈਣੀ ਹੈ ਜੇ ਆਏ ਨੇ ਇੱਥੇ ਤੇ ਨਾ ਕਿ ਆਪਾਂ ਆਰਗੂਮੈਂਟ ਦੇ ਵਿੱਚ ਪਾਵਾਂਗੇ ਦੂਸਰੇ ਕਾਲਰ ਨੂੰ ਪਲੀਜ਼ ਟਾਈਮ ਦੇ चलो सुखी जी की चलो ठीक है जी हुण थैंक यू वेरी मच तुसीं आंसर करता हुण दूजे कॉलर दी गल कर लिए अच्छी जानकारी मिल रही है कॉल की गल अपनी ने कह के अब्यूज कर रहे हैं तो मैं उन्होंने गल थोड़ा जा ठीक क्लैरिफाई कर दिया ਕੇਵਲ ਇਹ ਨਹੀਂ ਕਿ ਆਪਾਂ ਅਬਿਊਜ਼ ਕਰ ਰਹੇ ਹੋਰ ਕੰਟਰੀਜ਼ ਤੇ ਹੋਰ ਕਮਿਊਨਿਟੀਜ਼ ਵੀ ਅਬਿਊਜ਼ ਕਰ ਰਹੀਆਂ ਨੇ ਤੇ ਆਪਾਂ ਇਹ ਜਿਹੜਾ ਉਹਨਾਂ ਨੇ ਦੱਸਿਆ ਕਿ ਇੱਥੇ ਬੰਦੇ ਆ ਰਹੇ ਤੇ ਸਟੂਡੈਂਟਸ ਨੂੰ ਜੌਬ ਨਹੀਂ ਮਿਲਦੀ ਮੈਂ ਮੰਨਦਾ ਸਹੀ ਗੱਲ ਹੈ ਪਰ ਇਹਦੇ ਲਈ ਆਪਾਂ ਉਹਨਾਂ ਨੂੰ ਤਾਂ ਹੈਗਾ ਇਹਦੇ ਲਈ ਇਮੀਗ੍ਰੇਸ਼ਨ ਸਿਸਟਮ ਨਹੀਂ ਜ਼ਿੰਮੇਵਾਰ ਇਹਦੇ ਲਈ ਜਿਹੜੀ ਕੰਪਨੀਆਂ ਨੇ ਉਹ ਜ਼ਿੰਮੇਵਾਰ ਨੇ ਜੋ ਕਰ ਰਹੀਆਂ ਨੇ ਜੋ ਅਬਿਊਜ਼ ਕਰ ਰਹੀ ਹੈ ਇਮੀਗ੍ਰੇਸ਼ਨ ਸਿਸਟਮ ਨੂੰ ਥੈਂਕ ਯੂ ਬਹੁਤ ਮਿਹਰਬਾਨੀ ਜੀ ਥੈਂਕ ਯੂ ਵੈਰੀ ਮਚ ਜੀ ਆਪਾਂ ਭੰਗਲ ਸਾਹਿਬ ਕੋਲ ਜਵਾਬ ਲੈਣਾ ਚਾਹਾਂਗੇ ਇਸ ਗੱਲ ਦੇ ਉੱਤੇ ਤੇ ਜਿਹੜੀ ਦੇਖੋ ਜੀ ਫਰੌਡ ਜਦੋਂ ਹੁੰਦਾ ਇਹ ਇਕੱਲੀ ਨਹੀਂ ਕਿ ਪੰਜਾਬੀ ਫਰੌਡ ਕਰਦੇ ਆ ਫਰੌਡ ਤਾਂ ਸਾਰੇ ਹੀ ਕਰਦੇ ਆ ਨਾਈਜੀਰੀਅਨ ਵੀ ਕਰਦੇ ਆ ਪਾਕਿਸਤਾਨੀ ਵੀ ਕਰਦੇ ਆ ਤੇ ਫਰੌਡਾਂ ਦੀ ਕੰਟਰੀਆਂ ਦੀ ਲਿਸਟ ਬਣੀ ਹੋ ਕਿ ਕਿਹਨਾਂ ਕਿਹਨਾਂ ਕਰਦੇ ਬੰਗਲਾਦੇਸ਼ੀ ਵੀ ਕਰਦੇ ਆ ਸ਼੍ਰੀਲੰਕਨ ਵੀ ਕਰਦੇ ਆ ਬਟ ਸਾਰੇ ਰਲ ਕੇ ਜਦੋਂ ਫਿਰ ਫਰੌਡ ਕਿੱਥੋਂ ਤੁਸੀਂ ਆਪੇ ਹੀ ਦੇਖੋ ਅਸੀਂ ਤਾਂ ਇਹੀ ਸੋਚਦੇ ਕਿ ਪੰਜਾਬੀ ਕਿੰਨੇ ਕੇਸ ਆ ਪੰਜਾਬੀਆਂ ਦੇ ਫਰੌਡ ਦੇ ਪਰ ਸਾਰੇ ਮੁਲਕਾਂ ਦੇ ਕੇਸਾਂ ਦੇ ਫਰੌਡ ਆ ਤੇ ਜਦੋਂ ਉਹ ਜਮ੍ਹਾਂ ਹੋ ਜਾਂਦੇ ਹੋ ਕਿੰਨੇ ਕੇਸ ਹੋ ਜਾਂਦੇ ਹੋ ਰਲ ਮਿਲਾ ਕੇ ਜੇ
1000 ਪੰਜਾਬੀਆਂ ਦਾ ਹੈ ਤੇ 1000 ਪਾਕਿਸਤਾਨੀਆਂ ਦਾ ਵੀ ਆ, ਬੰਗਲਾਦੇਸ਼ੀਆਂ ਦਾ ਵੀ ਆ। ਸੋ ਇਹਦੇ ਵਿੱਚ ਫਰਾਡ ਅੱਛੀ ਗੱਲ ਕਹੀ ਹੈ ਕਿ ਜੀ ਕਿ ਸਰਕਾਰਾਂ ਨਹੀਂ ਕਰਦੀਆਂ ਜਾਂ ਐਜ਼ ਅ ਕਮਿਊਨਿਟੀ ਨਹੀਂ ਕਰਦੀ, ਬਟ ਫਰਾਡ ਨੂੰ ਰੋਕਿਆ ਜ਼ਰੂਰ ਜਾ ਸਕਦਾ। ਤਾਂ ਫਰਾਡ ਨੂੰ ਰੋਕਿਆ ਤਾਂ ਸਕਦਾ ਜੇ ਅਸੀਂ ਆਵਾਜ਼ ਆਪਣੀ ਬੁਲੰਦ ਕਰੋਗੇ, ਕਿਉਂਕਿ ਫਰਾਡ ਦਾ ਨੁਕਸਾਨ ਕਿਹਨੂੰ ਆ? ਸਾਨੂੰ ਹੀ ਹੁੰਦਾ ਜਿਹੜੇ ਲੋਕ, ਕਿਉਂਕਿ ਕਾਨੂੰਨ ਸਖਤ ਹੁੰਦੇ ਆ। ਹੁਣ ਜੇ ਕਾਨੂੰਨ ਜੇ ਉਲੰਘਣ ਨਾ ਹੁੰਦੇ ਤਾਂ ਸਖਤ ਹੋਣ ਦੀ ਜ਼ਰੂਰਤ ਨਹੀਂ। ਤੁਹਾਡੇ ਨਾਲੇ ਇਸ ਮੁਲਕ ਵਿੱਚ ਖਾਸ ਤੌਰ ਤੇ ਜਿਹੜਾ ਤੁਹਾਡੇ ਮਿਨਿਸਟਰ ਹੀ ਕਹਿ ਰਹੇ ਆ ਕਿ ਸਾਨੂੰ ਤਾਂ ਇਮੀਗ੍ਰੈਂਟਾਂ ਦੀ ਜ਼ਰੂਰਤ ਹੈ, ਕਿ ਸਾਨੂੰ ਲੋੜ ਹੈ ਮਾਈਗ੍ਰੇਸ਼ਨ ਦੀ, ਕਿ ਸਾਡੇ ਕੋਲ ਜ਼ਮੀਨ ਜ਼ਿਆਦਾ, ਬੰਦੇ ਥੋੜੇ, ਸਾਡਾ ਉਲਟਾ ਕੰਮ ਹੈ, ਸਾਡੇ ਕੋਲ ਜ਼ਮੀਨ ਥੋੜੀ, ਬੰਦੇ ਜ਼ਿਆਦਾ। ਪਰ ਐਕਚੁਅਲੀ ਤੁਸੀਂ ਇਸ ਮੁਲਕ ਚਾਹੁੰਦੇ ਆ ਕਿ ਇਮੀਗ੍ਰੈਂਟਸ ਆਉਣ, ਪਰ ਫਰਾਡ ਇਸ ਤੱਕ ਹੱਦ ਤੱਕ ਜਾ ਚੁੱਕਾ ਕਿ ਈਵਨ ਗਵਰਨਮੈਂਟਸ ਵੀ ਅਪਸੈਟ ਹੋ ਗਈਆਂ ਤਾਂ ਦੁਖੀ ਹੋ ਗਈਆਂ ਇਸ ਚੀਜ਼ ਦੇ ਵਿੱਚ। ਤਾਂ ਇਸ ਲਈ ਜੋ ਕਾਨੂੰਨ ਬਣ ਰਹੇ ਆ, ਜੋ ਸਖਤੀ ਹੋ ਰਹੀ ਆ, ਉਹਦੇ ਵਿੱਚ ਜਿੰਨੇ ਵੀ ਲੋਕਾਂ ਨੇ ਫਰਾਡ ਕੀਤਾ, ਉਹ ਸਾਰਿਆਂ ਦਾ ਯੋਗਦਾਨ, ਭਾਵੇਂ ਕਿਹੜੇ ਮੁਲਕ ਤੋਂ ਆ, ਤਾਂ ਯੋਗਦਾਨ ਸਾਡਾ ਵੀ ਆ। ਕਿਉਂਕਿ ਜਿਹੜਾ ਅਸੀਂ ਚੁੱਪ ਬਹਿ ਕੇ ਇਹ ਚੀਜ਼ਾਂ ਨੂੰ ਹੋਊ ਪਰੇ ਕਰਦੇ ਹਾਂ, ਅਸੀਂ ਖੁਦ ਉਹ ਬੰਦਿਆਂ ਨੂੰ ਬੁਲਾਉਂਦੇ ਹਾਂ ਜਿਹਨਾਂ ਨੇ ਭੈਣਾਂ ਨਾਲ ਜਾਂ ਮਾਸੀ ਦੀ ਕੁੜੀਆਂ ਨਾਲ ਵਿਆਹ ਕਰਕੇ ਆਏ, ਉਹਨਾਂ ਨੂੰ ਸ਼ਾਮਿਲ ਕਰਦੇ ਕਮਿਊਨਿਟੀ ਚ, ਜਿਹੜੇ ਟੈਕਸ ਫਰਾਡ ਕਰਦੇ ਆ, ਉਹ ਸਭ ਤੋਂ ਬੜਾ ਘਰ ਸਾਡੇ ਐਨ ਹੈਡ ਹਾਰਟ ਆਫ ਦ ਕਮਿਊਨਿਟੀ ਚ ਲੈਂਦੇ ਆ, ਤੇ ਉਹਨਾਂ ਦੇ ਜਾਂਦੇ ਆ ਤਾਂ ਅਸੀਂ ਦੇਖ ਰਹੇ ਹਾਂ ਜੀ ਸਾਹਿਬ ਜੀ ਤੁਹਾਡੀ ਘਰ ਬਹੁਤ ਵਧੀਆ ਲਿਆ, ਉਹਨਾਂ ਨੂੰ ਇਹ ਨੀ ਕੋਈ ਮੂੰਹ ਤੇ ਕਹਿੰਦਾ ਕਿ ਤੂੰ ਤਾਂ ਚੋਰ ਆ, ਜੇ ਕੋਈ ਕਿਸੇ ਨੂੰ ਕਹਿੰਦਾ ਜੀ ਐਕਚੁਅਲੀ ਤੂੰ ਤਾਂ ਆਪਣੀ ਮਾਸੀ ਦੀ ਕੁੜੀ, ਅਸੀਂ ਕਹਿੰਦੇ ਸਾਨੂੰ ਕਹਿਣ ਦੀ ਕੀ ਲੋੜ ਆ, ਸਾਨੂੰ ਕੀ ਆ, ਐਕਚੁਅਲੀ ਵੀ ਆਰ ਸਿਟਿੰਗ ਦੇਅਰ ਐਂਡ ਦੈਟਸ ਅ ਸਾਇਲੈਂਟ ਵੇ ਆਫ ਇਨਕਰੇਜਿੰਗ ਸਮਬਡੀ। ਬਿਲਕੁਲ, ਜੇ ਤੁਸੀਂ ਕਹਿੰਦੇ ਤਾਂ ਹੁਣ ਜਦੋਂ ਇੱਕ ਬੰਦਾ ਦੇਖਦਾ ਕਿ ਮੈਂ ਫਰਾਡ ਕਰਕੇ, ਭਾਵੇਂ ਟੈਕਸ ਫਰਾਡ, ਭਾਵੇਂ ਇਮੀਗ੍ਰੇਸ਼ਨ ਫਰਾਡ ਕਰਕੇ, ਮੈਨੂੰ ਤਾਂ ਕੋਈ ਕੁਛ ਕਹਿੰਦਾ ਨਹੀਂ, ਉਲਟਾ ਮੈਨੂੰ ਤਾਂ ਹੱਥ ਜੋੜ ਕੇ ਮੋਹਰੇ ਸਤਿ ਸ਼੍ਰੀ ਅਕਾਲ ਬੁਲਾਉਂਦੇ, ਜਿਹੜੇ ਮੈਨੂੰ ਨਹੀਂ ਵੀ ਬੁਲਾਉਂਦਾ ਸੀ, ਹੁਣ ਮੇਰੇ ਕੋਲ ਘਰ ਆ, ਮੇਰੇ ਕੋਲ ਗੱਡੀ ਆ, ਰੋਲਸ ਰੋਇਸ ਆ, ਬੈਂਟਲੀ ਆ, 8 ਬੈਡਰੂਮ ਦਾ ਘਰ ਆ, ਮੇਰੀ ਇੱਜ਼ਤ ਹੁੰਦੀ ਹੈ। ਸੋ ਇਹਦੇ ਵਿੱਚ ਅਸੀਂ ਉਹ ਤਾਂ ਹੋਰ ਦਾ ਮਨ ਨਾ ਕਰੂਗਾ ਕਿ ਮੈਂ ਵੀ ਕਰਾਂ, ਕਿ ਤਾਂ ਕੰਮ ਹੀ ਬਹੁਤ ਸੌਖਾ ਹੈ। ਆਈ ਥਿੰਕ ਪੰਗੋ ਸਾਹਿਬ ਇਜ਼ ਐਬਸੋਲੂਟਲੀ ਰਾਈਟ। ਤੇ ਇੱਕ ਹੋਰ ਚੀਜ਼ ਮੈਂ ਨੋਟ ਕੀਤੀ ਹੈ ਵੀ ਇਮੀਗ੍ਰੇਸ਼ਨ ਦੇ ਵਿੱਚ ਹਰ ਕੋਈ ਬੰਦਾ ਆਪਣੇ ਆਪ ਨੂੰ ਐਕਸਪਰਟ ਸਮਝਦਾ, ਹਰ ਕੋਈ ਬੰਦਾ ਆਪਣੇ ਆਪ ਨੂੰ ਕਾਬਲ ਜਾਂ ਯੋਗਦਾਨ ਸਮਝਦਾ ਵੀ ਮੈਂ ਇਹ ਸਲਾਹ ਮਸ਼ਵਰਾ ਮੈਂ ਸੋਚਦਾ। ਹਰ ਕੋਈ ਜਿਵੇਂ ਸੜਕ ਚਾਪ ਆਪਣੇ ਆਪ ਨੂੰ ਇਮੀਗ੍ਰੇਸ਼ਨ ਵਕੀਲ ਸਮਝਦਾ ਤੇ ਉਹ ਸਲਾਹ ਦੇ ਦਿੰਦਾ, ਤੇ ਲੋਕੀ ਉਹ ਸਲਾਹ ਨੂੰ ਮੰਨ ਲੈਂਦੇ ਆ ਜਾਂ ਸੁਣ ਲੈਂਦੇ ਆ। ਇਹ ਨਹੀਂ ਸੋਚਦੇ ਵੀ ਤੇ ਯੂ ਨੋ ਬਬਲੂ ਨੇ ਇਹ ਕਿਹਾ ਸੀਗਾ, ਉਹ ਇਹ ਨਹੀਂ ਸੋਚਦੇ ਵੀ ਹਾਂ ਸ਼ਾਇਦ ਮੈਨੂੰ ਕਿਸੇ ਨੂੰ ਪੈਸੇ ਦੇ ਕੇ ਪ੍ਰੋਪਰ ਓਪੀਨੀਅਨ ਜਾਂ ਆਪ ਮੈਂ ਇੰਟਰਨੈਟ ਜਾ ਕੇ ਵੈਬਸਾਈਟ ਪੜ੍ਹਾਂ ਤੇ ਮੈਨੂੰ ਪਤਾ ਲੱਗ ਜੂਗਾ। ਉਹ ਸੋਚਣਗੇ ਵੀ ਇਹਨੇ ਆਹ ਕੀਤਾ ਜਾਂ ਇਹ ਤੋਂ ਆਹ ਸੁਣਿਆ। ਸੋ ਦੈਟਸ ਅਨਦਰ ਪ੍ਰੋਬਲਮ ਆਪਣੀ ਕਮਿਊਨਿਟੀ ਦੇ ਛਾਈ ਗਿਆ ਵੀ ਲੋਟ ਆਫ ਐਡਵਾਈਸਿਸ ਆਊਟ। ਲੋਕ ਜੀ ਦੇਖੋ, ਲੋਕ ਜਾਂਦੇ ਜਿੱਥੇ ਉਹਨਾਂ ਨੂੰ ਕੋਈ ਆਸ ਦੀ ਕਿਰਨ ਦਿਖਾ ਦੇਵੇ, ਭਾਵੇਂ ਝੂਠੀ ਹੋਵੇ, ਜਾਣਾ ਉੱਥੇ ਹੈ। ਜਿੱਥੇ ਹੁਣ ਕੋਈ ਕਵੇ ਜੀ ਕਿ ਮੈਂ ਕੱਚਾ, ਮੇਰਾ ਵੀਜ਼ਾ ਲੱਗ ਸਕਦਾ, ਜੇ ਮੈਂ ਕਹਿ ਦੇਵਾਂ ਨਹੀਂ ਤੇਰਾ ਲੱਗਣਾ, ਉਹਨੂੰ ਕਹਿੰਦਾ ਛੱਡ ਯਾਰ, ਇਹ ਕਿੱਦਾਂ ਦਾ ਵਕੀਲ ਹੈ? ਕੋਈ ਅਨਪੜ੍ਹ ਬੰਦਾ ਕਹਿ ਦੇਵੇ ਕਿ ਹਾਂਜੀ ਮੈਂ ਲਵਾ ਦਿੰਦਾ, ਉਹਦੇ ਕੋਲ ਜਾਣਾ ਜੀ, ਉਹ ਤਾਂ ਬੰਦਾ ਹੀ ਬਹੁਤ ਵਧੀਆ। ਬਾਅਦ ਚ ਰੋਣਾ ਕਿ ਜੀ ਉਹ ਬੰਦੇ ਨੇ ਮੇਰੇ ਪੈਸੇ ਖਾ ਗਏ, ਹੁਣ ਪੈਸੇ ਵੀ ਨਹੀਂ ਮਿਲਦਾ, ਮੇਰਾ ਕੇਸ ਵੀ ਖਰਾਬ ਹੋ ਗਿਆ। ਮੁੜ ਕੇ ਆਉਣਾ ਸਾਡੇ ਕੋਲ ਜੀ, ਭਾਜੀ ਤੁਸੀਂ ਸਹੀ ਸੀ ਪਰ ਅਸੀਂ ਸੁਣੇ ਹੀ ਨਹੀਂ। ਦੇਖੋ ਜੇ ਬੱਕਰਾ ਕਸਾਈ ਦੀ ਸ਼ਾਪ ਸਾਹਮਣੇ ਜਾ ਕੇ ਟਾਂਡਵ ਡਾਂਸ, ਡਿਸਕੋ ਡਾਂਸ ਕਰਨ ਲੱਗ ਜਾਵੇ, ਮਿਥੁਨ ਚੱਕਰਵਰਤੀ ਅੰਗਰ, ਉਹਦਾ ਬਣਾਂਗਾ ਹੋਣਾ ਹੀ ਹੋਣਾ। ਇਸ ਲਈ ਕਈ ਵਾਰੀ ਅਸੀਂ ਖੁਦ ਜਾਂਦੇ ਹਾਂ ਕਿ ਸਾਡਾ ਕਰੋ ਇੱਥੇ ਹੱਦ ਤੱਕ ਜੀ ਕਿ ਲੋਕ ਸਾਨੂੰ ਆ ਕੇ ਪੁੱਛਦੇ ਆ ਕਿ ਭਾਜੀ ਤੁਹਾਡੇ ਕੋਲ ਕੁੜੀਆਂ ਨਹੀਂ ਹੈਗੀਆਂ ਵਿਆਹ ਲਈ, ਦੋ ਨੰਬਰ ਦੀਆਂ ਜਿਹੜੀਆਂ ਤੁਸੀਂ, ਅਸੀਂ ਹੁਣ ਆ ਕੰਮ ਇੰਨੇ ਮਾੜੇ ਦਿਨ ਤਾਂ ਨਹੀਂ ਆਏ ਕਿ ਅਸੀਂ ਦਲਾਲੀ ਕਰਨ ਲੱਗੇ, ਵਕੀਲ ਤੇ ਦਲਾਲ ਦੇ ਵਿੱਚ ਕੋਈ ਫਰਕ ਹੀ ਨਹੀਂ ਸਮਝਿਆ। ਸੋ ਇਹ ਤਾਂ ਆਮ ਤੌਰ ਤੇ ਜਾਂ ਤੁਹਾਨੂੰ ਪੁੱਛੂਗੇ ਭਾਜੀ ਤੁਸੀਂ ਸਾਨੂੰ ਦੋ ਨੰਬਰ ਦਾ ਆਪਣੀ ਕੰਪਨੀ ਚੋਂ ਵਰਕ ਪਰਮਿਟ ਕਢਾ ਕੇ ਦੇ ਦਿਓ, ਤੁਸੀਂ ਮੇਰੇ ਲਈ ਥੋੜੀ ਕੰਮ ਕਰਨਾ, ਕੰਮ ਤਾਂ ਤੁਸੀਂ ਹੋਰ ਕਿਤੇ ਕਰਨਾ, ਤਾਂ ਭਾਜੀ ਕਰ ਲਈ ਕਢਾ ਕੇ ਦੇਵੇ। ਸੋ ਇਹਦੇ ਵਿੱਚ ਅਸੀਂ ਡਿਮਾਂਡਾਂ ਪਾਉਂਦੇ ਹਾਂ ਲੋਕਾਂ ਕੇ ਸਾਡੇ ਪੁੱਠੇ ਕੰਮ ਕਰੋ, ਤਾਂ ਫਿਰ ਲੋਕ ਦੇਖਦੇ ਆ ਮੋਹਰੇ ਕਿ ਹਾਂਜੀ ਅਸੀਂ ਕਿਉਂ ਨਾ ਤਾਂ ਫਾਇਦਾ ਉਠਾਇਆ ਜਾਵੇ, ਕਿ ਚੋਰ ਕੋ ਮਿਲੇ ਚੋਰ ਕਰ ਕਰ ਲੰਬੇ ਹੱਥ। ਐਸਾ ਹੁੰਦਾ ਜੀ ਫਿਰ ਇਹ ਪੰਗਲ ਸਾਹਿਬ ਬਹੁਤ ਵਧੀਆ ਤੁਸੀਂ ਗੱਲਾਂ ਕਹੀਆਂ, ਕਿਉਂਕਿ ਦੇਸੀ ਸ਼ੁੱਧ ਦੇਸੀ ਦੇ ਵਿੱਚ ਗੱਲ ਸਮਝਾਣੀ ਨਾ ਕਈ ਵਾਰੀ ਜ਼ਿਆਦਾ ਸਮੇਂ ਲੱਗਦੀ ਹੈ। ਤੇ ਕੀ ਹੁੰਦਾ ਵੀ ਆਪਾਂ ਜਦੋਂ ਮਾੜੇ ਕੰਮ ਹੁੰਦੇ ਨਾ ਜੀ, ਆਪਾਂ ਉਹਨੂੰ ਕੰਡੈਮ ਨਹੀਂ ਕਰਦੇ, ਜਿਹੜਾ ਕੋਈ ਚੰਗਾ ਬੰਦਾ ਕੰਮ ਕਰਦਾ ਤੇ ਉਹਨੂੰ ਆਪਾਂ ਐਪਰੀਸ਼ੀਏਟ ਵੀ ਨਹੀਂ ਕਰਦੇ। ਹੁਣ ਥੋੜੇ ਦਿਨ ਪਹਿਲਾਂ ਦੀ ਗੱਲ ਚੱਲ ਰਹੀ ਸੀਗੀ ਆਪਣੇ ਨਾ, ਮੈਂ ਵੀ ਕਈ ਵਾਰੀ ਲੋਕੀ ਰਿਲੀਜੀਅਸਲੀ ਇਹਨੂੰ ਰੋਂਗ ਵੀ ਕਈ ਵਾਰੀ ਸਮਝ ਲੈਣਗੇ, ਜਾਂ ਮੈਂ ਚਾਹਾਂਗਾ ਵੀ ਇਹਨੂੰ ਗਲਤ ਮਤਲਬ ਨਾ ਸਮਝਿਆ ਜਾਏ। ਜਿੱਦਾਂ ਪੀ ਕੇ ਮੂਵੀ ਆਈ ਸੀਗੀ, ਉਹ 'ਚ ਬੜਾ ਵਧੀਆ ਮੈਸੇਜ ਆਮਿਰ ਖਾਨ ਨੇ ਦਿੱਤਾ। ਇਸੇ ਤਰੀਕੇ ਨਾਲ ਇੱਕ ਭਾਈ ਗੁਰਬਖਸ਼ ਸਿੰਘ ਖਾਲਸਾ ਉਹਨਾਂ ਨੇ ਇੱਕ ਉੱਥੇ ਰੱਖਿਆ ਕਿ ਵੀ ਮੈਂ ਜਿਹੜੇ ਲੋਕੀ ਟੈਰਰਿਜ਼ਮ ਦੇ ਵਿੱਚ ਇਨਵੋਲਵ ਸੀਗੇ ਤੇ ਉਹਨਾਂ ਨੂੰ 14 ਸਾਲਾਂ ਤੋਂ ਬਾਅਦ ਰਿਹਾ ਕੀਤਾ ਜਾਵੇ। ਜਦਕਿ ਥੋੜੇ ਦਿਨ ਪਹਿਲਾਂ ਮੈਂ ਇੱਕ ਡਿਬੇਟ ਸੁਣਦਾ ਪਿਆ ਸੀ, ਉਹਦੇ 'ਚ ਉਹ ਕਹਿੰਦੇ ਵੀ 14 ਸਾਲਾਂ ਤੋਂ ਬਾਅਦ ਰਿਵਿਊ ਕੀਤੀ ਜਾਣੀ ਸੀਗੀ, ਜਿਹੜੇ ਲੋਕਾਂ ਨੇ ਬੇਅੰਤ ਸਿੰਘ ਦੇ ਵਿੱਚ ਮੋਸਟਲੀ ਬੇਅੰਤ ਸਿੰਘ ਮਰਡਰ ਕੇਸ ਦੇ ਵਿੱਚ ਉਹ ਇਨਵੋਲਵ ਸੀਗੇ ਲੋਕ, ਕਹਿੰਦੇ ਵੀ 14 ਸਾਲਾਂ ਤੋਂ ਬਾਅਦ ਆਪਾਂ ਰਿਵਿਊ ਕਰਨ ਦੀ ਸਾਨੂੰ ਆਪਸ਼ਨ ਹੈ, ਨਾ ਕਿ ਉਹਨੂੰ ਰਿਲੀਜ਼
ਇਸੇ ਕਰਕੇ ਸਾਡੇ ਕੋਲ ਪ੍ਰੋਫੈਸ਼ਨਲ ਹੁੰਦੇ ਨੇ, ਇਸੇ ਕਰਕੇ ਤੁਸੀਂ ਹੁਣ ਜਿੱਦਾਂ ਲੋਇਰ ਹੋ, ਇੰਨੇ ਐਕਸਪਰਟ ਹੋ ਅਤੇ ਸਲਾਹ ਦੇ ਰਹੇ ਹੋ ਸਾਨੂੰ, ਕਿਉਂਕਿ ਇਹ ਵੱਖਰੀ ਗੱਲ ਵੀ ਆਪਾਂ ਬੜੇ ਮਜ਼ਾਕੀ ਅੰਦਾਜ਼ ਦੇ ਵਿੱਚ ਅਤੇ ਇੰਨੇ ਲਾਈਟਲੀ ਮੂਡ ਦੇ ਵਿੱਚ ਗੱਲਬਾਤ ਕਰਦੇ ਪਏ, ਤਾਂ ਕਿ ਆਮ ਲੱਗੇ ਵੀ ਆਪਾਂ ਆਪਣੀ ਫੈਮਿਲੀ 'ਚ ਬਹਿ ਕੇ ਗੱਲ ਕਰਦੇ ਪਏ, ਨਾ ਕਿ ਆਪਾਂ ਇੱਕ ਬਹੁਤ ਐਕਸਪਰਟ ਲੈਵਲ ਦੇ ਉੱਤੇ ਗੱਲਾਂ ਕਰਨੀਆਂ ਸ਼ੁਰੂ ਕਰੀਏ, ਤਾਂ ਕਿ ਲੋਕਾਂ ਨੂੰ ਇੱਦਾਂ ਲੱਗੇ ਵੀ ਯਾਰ ਕਿ ਜੇ ਅਸੀਂ ਰੋ ਕੇ ਖਬਰਾਂ ਦਈਏ ਜੀ ਤਾਂ ਕਿਸੇ ਨੇ ਸੁਣਨਾ ਵੀ ਨਹੀਂ, ਲੋਕ ਤਾਂ ਅੱਗੇ ਦੁਖੀ ਆ, ਉਹਨਾਂ ਦੇ ਦੁੱਖ ਨਾਲ ਤੁਸੀਂ ਉਹਨਾਂ ਹੋਰ ਤੁਸੀਂ ਉਹਨਾਂ ਨੂੰ ਦੁਖੀ, ਉਹਨੂੰ ਡਿਪਰੈਸ਼ਨ ਹੋ ਜਾਣੀ ਆ, ਕੋਈ ਇੱਥੇ ਫੋਨ ਕਰੀਏ ਮੇਰਾ ਤਾਂ ਬਹੁਤ ਬੁਰਾ ਹਾਲ ਹੈ ਤੇ ਅਸੀਂ ਉਹਨੂੰ ਉਹਨੂੰ ਇਨਕਰੇਜ ਤਾਂ ਕੀ ਕਰਨਾ, ਨਹੀਂ ਫਿਰ ਤੂੰ ਤਾਂ ਗਿਆ ਬਸ ਇੰਡੀਆ ਗਿਆ, ਜਿਹੜਾ ਤਾਂ ਕੰਮ ਖਰਾਬ ਹੋ ਗਿਆ ਤੇ ਬਹੁਤ ਮਾੜਾ ਹੋਇਆ ਜਾਂ ਤੇਰੇ ਨਾਲ, ਹੁਣ ਲੋਕ ਤਾਂ ਕਹਿੰਦੇ ਭਰਾਵਾ ਲੋਕ ਰੇਡੀਓ ਕਿਉਂ ਸੁਣਦੇ ਆ, ਮਨੋਰੰਜਨ ਲਈ, ਐਂਟਰਟੇਨਮੈਂਟ ਲਈ ਟੀਵੀ ਕਿਉਂ ਦੇਖਦੇ ਆ, ਐਂਟਰਟੇਨਮੈਂਟ ਲਈ ਇਨਫੋਰਮੇਸ਼ਨ ਨੌਲੇਜ ਲੈਣ ਲਈ, ਜੇ ਉਹੀ ਨੌਲੇਜ ਦਾ ਅੰਦਾਜ਼ ਪੇਸ਼ ਕਰਨ ਦਾ ਸਟਾਈਲ ਹੁੰਦਾ ਤੁਹਾਡਾ, ਕੋਈ ਵੀ ਤੁਸੀਂ ਆਪ ਹੀ ਦੇਖੋ, ਤੁਸੀਂ 7 ਦਿਨ ਜੇ ਕੰਮ ਕਰਦੇ ਆ ਤੇ 12 ਘੰਟੇ ਕੰਮ ਕਰਦੇ ਆ, ਅੱਗੇ ਦੁਖੀ ਹੁੰਦਾ ਬੰਦਾ ਸ਼ਾਮ ਨੂੰ ਆ ਕੇ ਚਾਹੁੰਦਾ ਹੁੰਦਾ ਕਿ ਮਾੜੇ ਦਿਲ ਬਹਿਲਾਈਏ, ਜੇ ਕੋਈ ਤੁਹਾਡੇ ਮੂਹਰੇ ਆਪਣੇ ਦੁੱਖ ਫੋਲ ਕੇ ਬਹਿ ਜਾਂਦਾ ਜਾਂ ਕੋਈ ਰੋਣ ਲੱਗ ਜਾਂਦਾ ਟੀਵੀ ਤੇ ਕਿ ਮਰ ਗਏ ਲੁੱਟ ਗਏ ਜੀ, ਤੁਸੀਂ ਛੱਡ ਯਾਰ ਬੰਦ ਕਰ ਇਹਨੂੰ ਗਾਣਾ ਗੁਣਾ ਸੁਣੇ ਕੋਈ, ਵਧੀਆ ਗੱਲ ਤੁਸੀਂ ਕੀਤੀ, ਉਹ ਕਹਿੰਦੇ ਆ ਕਿ ਹੈ ਦੁਨੀਆ ਮੇ ਸੁਖਨਵਰ ਔਰ ਵੀ ਬਹੁਤ ਅੱਛੇ, ਕਹਿੰਦੇ ਹੈ ਕਿ ਗਾਲਬ ਕਾ ਅੰਦਾਜ਼ ਹੈ ਬਿਆਨ ਹੈ, ਸੋ ਬਹੁਤ ਵਧੀਆ ਗੱਲ ਹੈ ਜਿਹੜੀ, ਹੁਣ ਮੈਂ ਤੁਹਾਡੀ ਗੱਲ ਕੱਟੀ ਨਹੀਂ ਸੀ ਜੀ ਜੀ, ਜਿਹੜਾ ਰਿਵਿਊ ਕਰਦੇ ਕਿਉਂਕਿ ਮੈਂ ਹੁਣ ਭਾਵੇਂ ਦੋ ਲੋਇਰ ਇੱਥੇ ਬੈਠੇ ਆ ਪਰ ਫਾਰਚੂਨੇਟਲੀ ਮੈਂ ਇੱਕ ਸਿਵਲ ਸਰਵਿਸ ਆਫਿਸਰ, ਮਤਲਬ ਮੈਂ ਕੇ ਐਸ ਤਹਿਸੀਲਦਾਰ ਦੀ ਪੋਸਟ ਤੇ ਵੀ ਮਤਲਬ ਆ ਕਿ ਪੂਰੀ ਜ਼ਿੰਦਗੀ ਨਾਲ ਲਿਖਿਆ ਹੁੰਦਾ 25 ਸਾਲ ਨਾਟ ਪਰੋਲ, ਹਾਂਜੀ ਇੰਡੀਆ ਦੇ ਵਿੱਚ ਜਿਹੜੀ ਲਾਈਫ ਇੰਪ੍ਰਿਜ਼ਨਮੈਂਟ ਉਹ ਕੰਸੀਡਰ ਹੀ ਕੀਤੀ ਜਾਂਦੀ ਆ 14 ਈਅਰਸ, ਫਿਰ ਕਈ ਵਾਰੀ ਇੱਕ ਗਲਤ ਗੱਲ ਅਸੀਂ ਲੋਕਾਂ ਕੋਲੋਂ ਸੁਣੀ ਜੀ ਉਹ ਦਿਨ ਰਾਤ ਕਰਦੇ ਆ, ਨਹੀਂ ਦਿਨ ਰਾਤ ਨਹੀਂ ਹੁੰਦਾ, ਉੱਥੇ ਉਹਨਾਂ ਨੂੰ ਜਦੋਂ ਜੇਲ੍ਹ ਦੇ ਵਿੱਚ ਕੁਝ ਡੈਜ਼ਿਗਨੇਸ਼ਨ ਮਿਲਦੀਆਂ ਨੇ, ਕੋਈ ਨੰਬਰਦਾਰ ਬਣਦਾ, ਕੋਈ ਡਿਪਟੀ ਨੰਬਰਦਾਰ ਬਣਦਾ, ਫਿਰ ਉਹਨਾਂ ਦੇ ਹਿਸਾਬ ਨਾਲ ਉਹਨਾਂ ਦੀਆਂ ਮਹੀਨੇ 'ਚੋਂ ਇੱਕ ਇੱਕ ਦੋ ਦੋ ਛੁੱਟੀਆਂ ਹੁੰਦੀਆਂ, ਉਹ ਕਰਕੇ ਟੋਟਲ 10 ਸਾਲ ਦੇ ਵਿੱਚ ਉਹ ਸਜ਼ਾ ਪੂਰੀ ਹੋ ਜਾਂਦੀ ਹੈ, ਅਤੇ 10 ਸਾਲ ਕੋਈ ਖਾਸ ਕ੍ਰਿਮੀਨਲ ਲੋਇਰ ਜਿਨ੍ਹਾਂ ਦੇ ਮਤਲਬ ਆਪਣੇ ਜਿਹੜੇ ਕ੍ਰਿਮੀਨਲਸ ਹੈਗੇ ਰਹੇ ਹੋਏ ਆ ਉਹਨਾਂ ਦੇ ਬਾਰੇ, ਜਿਸ ਤਰ੍ਹਾਂ ਕਿ ਰੰਗਾ ਬਿੱਲਾ ਸੀ ਉਸ ਦੇ ਬਾਰੇ ਕਈ ਵਾਰੀ ਕੁਝ ਅਮੈਂਡਮੈਂਟਸ ਕੀਤੀਆਂ ਗਈਆਂ ਨੇ, ਜਾਂ ਇੱਕ ਜਨਕ ਸਿੰਘ ਹੁੰਦਾ ਸੀ ਪਰ ਉਸਨੂੰ ਵੀ ਬਾਅਦ 'ਚ ਉਹਨਾਂ ਨੇ ਰਿਲੀਜ਼ ਕਰਤਾ ਸੀ, ਹੁਣ ਇੱਥੇ ਜਿਹੜੇ ਪੰਜਾਬ ਦੇ ਜਿਹੜੇ ਆ ਦਿਸ ਇਜ਼ ਨਾਟ ਰਿਲੇਟਡ ਟੂ ਜਿਹੜੇ ਬੋਲ ਜੇਲ ਬ੍ਰੇਕਰ ਨੇ ਜਾਂ ਦੂਜੇ ਨੇ, ਇਹਦੇ ਵਿੱਚ ਦੂਸਰੇ ਲੋਕ ਨੇ ਜਿਹੜੇ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ 94 ਕੈਦੀ ਐਸੇ ਆ ਕਿ ਜਿਨ੍ਹਾਂ ਨੇ ਲਾਈਫ ਇੰਪ੍ਰਿਜ਼ਨਮੈਂਟ ਦੀ ਜਗ੍ਹਾ ਤੇ 21-22 ਸਾਲ ਹੋ ਚੁੱਕੀ ਆ, ਔਰ ਸੇਮ ਚੀਜ਼ ਜਿਹੜੀ ਆ ਉਹ ਪੋਲਿਟਿਕਸ ਬਣਾ ਰਹੇ ਆ ਉਸਨੂੰ, ਪੋਲਿਟਿਕਸ ਆ ਕਿ ਉਹੀ ਲੋਕ ਜਿਨ੍ਹਾਂ ਦਾ ਰਿਵਿਊ ਕਰਕੇ ਤਾਮਿਲਨਾਡੂ ਦੇ ਵਿੱਚ ਉਹਨਾਂ ਨੂੰ ਰਾਜੀਵ ਅਸੈਸੀਨੇਸ਼ਨ ਕੇਸ ਦੇ ਵਿੱਚ ਬਰੀ ਵੀ ਕਰ ਛੱਡਿਆ, ਬਾਹਰ ਵੀ ਕਰ ਛੱਡਿਆ, ਸੋ ਜਿਹੜੀ ਡਿਸਕ੍ਰਿਮੀਨੇਸ਼ਨ ਆ ਇਹ ਉਸ ਦੇ ਅਗੇਂਸਟ ਹੋ ਰਹੀ ਆ, ਦੈਟਸ ਕਿਉਂਕਿ ਮੈਨੂੰ ਇਸ ਗੱਲ ਨੂੰ ਤੁਹਾਨੂੰ ਪਤਾ ਪੈ ਰਿਹਾ, ਦੋਨੇ ਚੀਜ਼ਾਂ ਦੇ ਵਿੱਚ ਪੈਸੇ ਜੀ ਹੈਗੀਆਂ, ਕੁਛ ਇੱਕ ਉਹ ਵੀ ਲੋਕੀ ਨੇ ਜਿਹੜੇ ਜਿਨ੍ਹਾਂ ਬਾਰੇ ਉਹ ਗੱਲ ਕਰਦੇ ਨੇ ਜਿਹੜੇ ਇਨਵੋਲਵ ਨੇ, ਕੁਛ ਉਹ ਵੀ ਲੋਕੀ ਨੇ ਜਿਹੜੇ ਇਨੋਸੈਂਟ ਕਹਿ ਦਿਓ ਜਾਂ ਇਨੋਸੈਂਟ ਨਹੀਂ ਵੀ, ਤੇ ਉਹਨਾਂ ਨੇ ਸਜ਼ਾ ਹੋਣ ਜਾਂ ਜੇ ਉਸ ਕਾਨੂੰਨ ਦੇ ਮੁਤਾਬਕ ਉਹਨਾਂ ਦੀ ਸਜ਼ਾ ਪੂਰੀ ਹੋ ਚੁੱਕੀ ਆ ਤੇ ਉਹਨਾਂ ਨੂੰ ਛੱਡ ਦੇਣਾ ਚਾਹੀਦਾ, ਉਹਨਾਂ ਨੂੰ ਛੱਡ ਦੇਣਾ ਚਾਹੀਦਾ, ਦੁਨੀਆ ਦਾ ਇਨਸਾਫ ਇਹ ਕਹਿੰਦਾ, ਦੁਨੀਆ ਦਾ ਇਨਸਾਫ ਇਹ ਚੀਜ਼, ਜਿਹੜੇ ਦੋ ਤਰ੍ਹਾਂ ਦੇ ਕੇਸ ਹੈ ਨਾ ਜੀ, ਹੁਣ ਇੰਨੇ ਬੰਦੇ ਨੇ ਹਰ ਇੰਡੀਵਿਜੂਅਲ ਦਾ ਵੱਖਰਾ ਵੱਖਰਾ ਕੇਸ ਹੈ, ਉਹਦੇ ਕੁਝ ਗਰੁੱਪ ਜਿੱਦਾਂ ਪਹਿਲਾਂ ਗੱਲ ਕੀਤੀ ਬੇਅੰਤ ਸਿੰਘ ਮਰਡਰ ਕੇਸ ਦੇ ਨਾਲ ਇਨਵੋਲਵ ਜਿਹੜੇ ਲੋਕ, ਉਹ ਸਾਰੇ ਸਜ਼ਾ ਯਾਫਤਾ ਉਹਨਾਂ ਨੂੰ ਲਾਈਫ ਇੰਪ੍ਰਿਜ਼ਨਮੈਂਟ ਨਹੀਂ ਆ, ਉਹਨਾਂ ਨੂੰ ਡੈਥ ਸੈਂਟੈਂਸ ਆ, ਡੈਥ ਸੈਂਟੈਂਸ ਵਾਲੇ ਨੂੰ ਨਹੀਂ ਛੱਡਿਆ ਜਾਂਦਾ, ਹਾਂ ਮੈਂ ਉਹੀ ਕਹਿ ਰਿਹਾ ਨਾ ਜਿਹੜੇ ਬੰਦਿਆਂ ਨੂੰ ਬੇਅੰਤ ਸਿੰਘ ਮਰਡਰ ਕੇਸ ਦੇ ਨਾਲ ਮੈਂ 2-3 ਵਾਰੀ ਇਹੀ ਗੱਲ ਕੀਤੀ ਵੀ ਜਿਹੜੇ ਉਹਦੇ ਨਾਲ ਇਨਵੋਲਵ ਲੋਕੀ ਨੇ ਉਹ ਆਲਰੇਡੀ ਉਹ ਵਿੱਚ ਰਹਿਣਾ ਨਹੀਂ ਚਾਹ ਰਹੇ, ਉਹ ਤੇ ਆਲਰੇਡੀ ਬਾਹਰ ਜਾ ਰਹੇ ਉੱਥੋਂ, ਤੇ ਜਦੋਂ ਉੱਥੇ ਉਹ ਆਪਣੇ ਆਪ ਨੂੰ ਸੁਧਾਰਦੇ ਨਹੀਂ ਪਏ, ਆਪਣੇ ਆਪ ਨੂੰ ਇਹ ਕਹਿੰਦੇ ਨਹੀਂ ਪਏ ਵੀ ਆਪਾਂ ਇਸ ਚੀਜ਼ 'ਚੋਂ ਮਤਲਬ ਮੰਨਦੇ ਹਾਂ ਵੀ ਆਪਾਂ ਕੋਈ ਗਲਤ ਕੰਮ ਕੀਤਾ, ਤੇ ਉਹ ਬਾਹਰ ਜਾ ਕੇ ਫਿਰ ਗਲਤ ਕੰਮ ਕਰਨਗੇ ਜਾਂ ਕਰਦੇ ਪਏ ਨੇ ਆਲਰੇਡੀ, ਤੇ ਇਸੇ ਕਰਕੇ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਰਿਵਿਊ ਕੀ ਕਰੀਏ ਜਿਹੜੇ ਤੇ ਮੰਨਦੇ ਨਹੀਂ ਪਏ, ਜਿਹੜੇ ਕਰਨ ਵਾਲੇ ਨੇ ਉਹ ਡੈਫੀਨੇਟਲੀ ਉਹਨਾਂ ਤੋਂ ਰਿਵਿਊ ਕਰਨਾ ਚਾਹੀਦਾ, ਆਪਾਂ ਤੇ ਖੁਦ ਹਿਊਮਨ ਰਾਈਟਸ ਦੇ ਉੱਤੇ ਇਦਾਂ ਗੱਲ ਕਰਦੇ ਹਾਂ, ਦੋ ਕਾਲਰ ਜੁੜੇ ਨੇ ਸਾਡੇ ਨਾਲ ਜੀ, ਅਗਲੇ ਕਾਲਰ ਪਲੀਜ਼ ਆਪਣਾ ਮੈਸੇਜ ਦੇਣਾ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ। ਹਾਂਜੀ ਉਹ ਮੈਂ ਹੁਣੇ ਭੰਗਰ ਸਾਹਿਬ ਦੇ ਸੁਣਦਿਆ ਸੀ ਵਿਚਾਰ ਤੇ ਬੜਾ ਅੱਛਾ ਲੱਗਿਆ, ਪਰ ਜਿਹੜਾ ਉਹਨਾਂ ਨੇ ਵਿਆਹ ਦੀ ਗੱਲ ਕੀਤੀ ਹੈ ਉਹਦੇ ਰਿਗਾਰਡਿੰਗ ਮੈਂ ਕਹਿਣਾ ਚਾਹੁੰਦਾ ਕਿ ਉਹ ਹੈਗਾ ਹਜੇ ਵੀ ਜਿਹੜਾ ਹੈਗਾ, ਜੇ ਆਪਾਂ ਆਪਣੀ ਲੋਕਲ ਨਿਊਜ਼ਪੇਪਰ ਵੈਬਸਾਈਟਾਂ ਦੇਖੀਏ ਤੇ ਉਹਦੇ 'ਚ ਹਜੇ ਵੀ ਜਿਹੜਾ ਹੈਗਾ ਵੱਟੇ ਸੱਟੇ ਦੀ ਐਡ ਸਭ ਤੋਂ ਜ਼ਿਆਦਾ ਆ ਰਹੀਆਂ ਨੇ, ਉਹ ਹਜੇ ਵੀ ਆਪਣੇ ਬੰਦੇ ਰੋਕ ਰਹੇ। ਥੈਂਕ ਯੂ। ਬਹੁਤ ਮਿਹਰਬਾਨੀ ਜੀ ਭੰਗਰ ਸਾਹਿਬ। ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਕਿ ਲੋਕਾਂ ਨੂੰ ਉਹੀ ਜਿੰਨਾ ਮਰਜ਼ੀ ਦੱਸ ਦਿਓ, ਜਿਹੜਾ ਸਹੀ ਦੱਸਦਾ ਉਹ ਮਾੜਾ ਬਣ ਜਾਂਦਾ, ਜਿਹੜਾ ਜੇ ਹੁਣ ਅਸੀਂ ਕਹਿ ਦਈਏ ਨਾ ਤੇ ਕਿ ਜੀ ਨਹੀਂ ਵਿਆਹ ਕਰਨੇ
ਬਣੇ ਵਧੀਆ ਅੱਟੇ ਸੱਟੇ ਵਾਲੇ ਬਹੁਤ ਵਧੀਆ ਜੀ ਦੋ ਨੰਬਰ ਦੇ ਵਿਆਹ ਕਰੋ ਫਿਰ ਰਾਤੋ ਰਾਤ ਹੀਰੋ ਬਣ ਜਾਣਾ ਰਾਤੋ ਰਾਤ ਹੀਰੋ ਬਣ ਜੂ ਪਰ ਹੈ ਤਾਂ ਗਲਤ ਹੁਣ ਜਿਹੜਾ ਅਕਲਮੰਦ ਬੰਦਾ ਆ ਉਹ ਤੋਂ ਸੱਚ ਨੂੰ ਤੇ ਗਲਤ ਨੂੰ ਪਛਾਣੋ ਲੋਕ ਚਾਹੁੰਦੇ ਆ ਕਿ ਸੂਰਜ ਨੂੰ ਚੰਦਰਮਾ ਕਹਿ ਦਿਓ ਤੇ ਉੱਪਰ ਜੇ ਮੈਂ ਕਹਿ ਵੀ ਦਵਾਂ ਬਣ ਤਾਂ ਨਹੀਂ ਜਾਣਾ ਦਿਨ ਤਾਂ ਦਿਨ ਹੀ ਰਹਿਣਾ ਰਾਤ ਨੇ ਰਾਤ ਹੀ ਰਹਿਣਾ ਪਰ ਜਨਤਾ ਆਪਣੀ ਚਾਹੁੰਦੀ ਕਿ ਸਾਡੇ ਗਲਤ ਕੰਮ ਤੇ ਇਮਾਨਦਾਰੀ ਦੀ ਸਟੈਂਪ ਲੱਗ ਜੀ ਇੱਕ ਹੋਰ ਕਾਲਰ ਨੇ ਸੈਣੀ ਸਾਹਿਬ ਦਾ ਵੀ ਮੈਸੇਜ ਮਲਟੀਕਲਚਰ ਦੇ ਬਾਰੇ ਪਰ ਇੱਕ ਹੋਰ ਕਾਲਰ ਨੇ ਇਹਨਾਂ ਦੀ ਵੀ ਮੈਸੇਜ ਲੈ ਜੀ ਕੀ ਕਹਿਣਾ ਚਾਹੋਗੇ ਜੀ ਬੇਅੰਤ ਸਿੰਘ ਦੀ ਤੁਸੀਂ ਗੱਲ ਕਰਦੇ ਸੀ ਬੇਅੰਤ ਸਿੰਘ ਮਾਰਿਆ ਕਰਦੇ ਸੀਗਾ ਜੀ ਤੇ ਉਹਨੇ ਵੀ ਬਹੁਤ ਲੋਕੀ ਮਾਰੇ ਸੀ ਨਿਰਦੋਸ਼ ਲੋਕ ਬਹੁਤ ਮਾਰੇ ਜੀ ਉਹਨੇ ਮਹਿੰਦਰ ਜੀ ਮੈਂ ਤੁਹਾਡੀ ਗੱਲ ਸਮਝ ਗਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਗੱਲ ਦਾ ਵੀ ਜਵਾਬ ਦੇ ਦਿੰਦੇ ਹਾਂ ਕੀ ਹੁੰਦਾ ਵੀ ਜੇ ਕਿਸੇ ਨੇ ਕੋਈ ਮਾਰਿਆ ਸੀ ਮੌਤ ਦਾ ਬਦਲਾ ਮੌਤ ਨਹੀਂ ਹੋਊਗਾ ਆਪਾਂ ਮਤਲਬ ਇਸ ਚੀਜ਼ ਨੂੰ ਨੀ ਪ੍ਰਮੋਟ ਕਰ ਸਕਦੇ ਰੇਡੀਓ ਦੇ ਉੱਤੇ ਨਾ ਹੀ ਕਿਤੇ ਵੈਸੇ ਵੀ ਪਰਸਨਲ ਲਾਈਫ ਦੇ ਵਿੱਚ ਆਪਾਂ ਇੱਦਾਂ ਦੀਆਂ ਗੱਲਾਂ ਨਹੀਂ ਕਰਦੇ ਕਿ ਵੀ ਤੁਸੀਂ ਕਿਸੇ ਨੇ ਕਿਸੇ ਨੂੰ ਮਾਰਤਾ ਤੇ ਆਪਾਂ ਉਹਦੇ ਬਦਲੇ 'ਚ ਉਹਨੂੰ ਮਾਰਨਾ ਚਾਹਾਂਗੇ ਲੱਗਦਾ ਵੀ ਬਾਬੇ ਨੂੰ ਬਾਬੇ ਨੇ ਕੰਮ ਕੀਤੇ ਨੇ ਜਿਹਨੇ ਜਿਹੜੇ ਕੰਮ ਕੀਤੇ ਨੇ ਉਹਨਾਂ ਦੇ ਮਹਿੰਦਰ ਜੀ ਕੇਸ ਜਿਹੜੇ ਕੋਰਟ 'ਚ ਚੱਲ ਰਹੇ ਨੇ ਤੇ ਕੋਰਟ ਦਾ ਇੱਕ ਸਬੂਤ ਹੈਗਾ ਜਦੋਂ ਖਤਮ ਹੋਏਗਾ ਉੱਤੇ ਆਪਾਂ ਗੱਲ ਕਰ ਲਾਂਗੇ ਤੇ ਭੰਗਲ ਸਾਹਿਬ ਤੇ ਰਾਜ ਜੀ ਟਾਈਮ ਇੱਕ ਡੇਢ ਮਿੰਟ ਬਚਿਆ ਸਾਡੇ ਕੋਲ ਬਰੀਫਲੀ ਇਹਨਾਂ ਦੇ ਜਿਹੜੇ ਤਾਸਰਾਤ ਜਾਣਨੇ ਚਾਹੁੰਦੇ ਜੀ ਹਾਂਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਸਮਾਂ ਦਿੱਤਾ ਤੇ ਕੈਲਗਰੀ ਮੇਰੇ ਆਉਣ ਦਾ ਮਕਸਦ ਇਹੀ ਸੀਗਾ ਮੇਰੇ ਦੱਸ ਕਹਿਣ ਦਾ ਮਤਲਬ ਇਹ ਆ ਕਿ ਸਾਡੇ ਇੰਗਲੈਂਡ 'ਚ ਤਾਂ ਸ਼ਿਕੰਜਾ ਕੱਸ ਚੁੱਕਾ ਆ ਅਸੀਂ ਤੁਹਾਡੇ ਤੋਂ ਇਮੀਗ੍ਰੇਸ਼ਨ ਲਾਅ 'ਚ 10-12 ਸਾਲ ਅੱਗੇ ਆ ਜੋ ਸਾਡੇ 10-12 ਸਾਲ ਪਹਿਲਾਂ ਹੋਰ ਹੁੰਦਾ ਉਹ ਤਕਰੀਬਨ ਤੁਹਾਡਾ ਹੁਣ ਹੋ ਰਿਹਾ ਠੀਕ ਹੈ ਜੀ ਇਹਦਾ ਮੈਂ ਇਹੀ ਕਹਿਣਾ ਚਾਹੁੰਦਾ ਕਿ ਦੇਖੋ ਜੀ ਤੁਹਾਡਾ ਸਿਸਟਮ ਬਹੁਤ ਵਧੀਆ ਇੰਗਲੈਂਡ ਇਨ ਕੰਪੈਰੀਸਨ ਵਿੱਚ ਜਿਹੜੇ ਤੁਸੀਂ ਕਹਿੰਦੇ ਕਿ ਸਿਸਟਮ ਟਾਈਟ ਹੈ ਤੁਹਾਡਾ ਟਾਈਟ ਨਹੀਂ ਸਾਰੀ ਸਿਸਟਮ ਤਾਂ ਸਾਡਾ ਟਾਈਟ ਹੈ ਪਰ ਜੇ ਇਹਨੂੰ ਸਾਂਭਿਆ ਨਾ ਗਿਆ ਜੇ ਇਹਦਾ ਕੌਂਸਟੈਂਟਲੀ ਅਬਿਊਜ ਕੀਤਾ ਗਿਆ ਤਾਂ ਤੁਹਾਡਾ ਵੀ 10 ਸਾਲਾਂ ਨੂੰ ਸਾਡੇ ਵਾਲਾ ਹਾਲ ਹੋ ਜਾਣਾ ਇਮੀਗ੍ਰੇਸ਼ਨ ਹੀ ਬੰਦ ਕਰ ਦਿਓ ਤੇ ਯੂਰਪ ਵਾਲਿਆਂ ਨੂੰ ਯੂਰਪ ਚੋਂ ਨਿਕਲ ਜਾਵੇ ਇੰਗਲੈਂਡ ਸਰ ਦੇਖੋ ਇਹ ਜਿਹੜੀ ਚੀਜ਼ ਤੁਹਾਨੂੰ ਦਿੱਤੀ ਹੋਆ ਸਾਂਭਣਾ ਆਪਣਾ ਫਰਜ਼ ਬਣਦਾ ਤੇ ਉਹਨੂੰ ਪ੍ਰੋਟੈਕਟ ਕਰਨਾ ਕਰੋ ਕਾਨੂੰਨ ਦਾ ਅਬਿਊਜ਼ ਨਾ ਕਰੋ ਇਹਨੂੰ ਸਾਂਭ ਲਓ ਤੁਹਾਨੂੰ ਬਹੁਤ ਵਧੀਆ ਸਕੀਮਾਂ ਤੁਹਾਡੇ ਕੋਲ ਇਸ ਵੇਲੇ ਬਹੁਤ ਵਧੀਆ ਸਹੂਲਤਾਂ ਆ ਇਹ ਇਹਨੂੰ ਸਹੂਲਤਾਂ ਨੂੰ ਵਧਾਉਣਾ ਵੀ ਸਾਡੇ ਹੱਥ 'ਚ ਆ ਇਹਨਾਂ ਨੂੰ ਗਵਾਉਣਾ ਵੀ ਆਪਣੇ ਹੱਥ 'ਚ ਆ ਜੀ ਰਾਜ ਤੁਸੀਂ ਕੀ ਕਹੋ ਜਾਂਦੇ ਜਾਂਦੇ 30 ਸੈਕਿੰਡ 'ਚ ਫੋਰ ਸ਼ੋਰ ਬਟ ਵਨਸ ਅਗੇਨ ਅੰਗਰਾਲ ਸਾਹਿਬ ਥੈਂਕ ਯੂ ਸਾਨੂੰ ਟਾਈਮ ਦੇਣ ਵਾਸਤੇ ਮੈਨੂੰ ਪਤਾ ਵੀ ਕਾਲਰਸ ਸਾਡੀ ਕਮਿਊਨਿਟੀ ਦੇ ਵਿੱਚ ਇਮੀਗ੍ਰੇਸ਼ਨ ਵਿੱਚ ਕਾਫੀ ਇੰਟਰਸਟ ਰੱਖਦੇ ਆ ਸੋ ਮੈਂ ਸੋਚਿਆ ਕਾਫੀ ਵੀ ਵੈਰੀ ਗ੍ਰੇਟਫੁਲ ਟੂ ਪੰਗਲ ਸਾਹਿਬ ਟੂ ਕਮ ਤੇ ਆਪਦੇ ਜਿਹੜੇ ਵਿਚਾਰ ਸੀਗੇ ਸ਼ੇਅਰ ਕਰਨ ਸਾਡੇ ਨਾਲ ਬਹੁਤ ਮਿਹਰਬਾਨੀ ਜੀ ਤੁਹਾਡੇ ਦੋਨਾਂ ਦਾ ਕਿਉਂਕਿ ਤੁਸੀਂ ਕਾਫੀ ਕੀਮਤੀ ਟਾਈਮ ਕੱਢ ਕੇ ਅੱਜ ਭੰਗਲ ਸਾਹਿਬ ਨੇ ਵਾਪਸ ਵੀ ਜਾਣਾ ਹਾਂਜੀ ਮੈਨੂੰ ਪਤਾ ਤੇ ਪਰ 2 ਘੰਟੇ ਆਪਣੇ ਹਾਂਜੀ ਕੱਢ ਕੇ ਤੇ ਬਹੁਤ ਵਧੀਆ ਵਧੀਆ ਇਨਫੋਰਮੇਸ਼ਨ ਕੀ ਹੁੰਦਾ ਵੀ ਕਿਤਾਬਾਂ 'ਚ ਉਦਾਂ ਬਹੁਤ ਕੁਛ ਹੁੰਦਾ ਪਰ ਜਦੋਂ ਆਪਾਂ ਡਾਇਰੈਕਟਲੀ ਗੱਲਬਾਤ ਕਰਦੇ ਹਾਂ ਤੇ ਬੜਾ ਵਧੀਆ ਲੱਗਦਾ ਤੁਹਾਡੇ ਸੁਣ ਕੇ ਸੋ ਬਹੁਤ ਬਹੁਤ ਮਿਹਰਬਾਨੀ ਪੈਸਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਦਾ ਕਿ ਇਹਨਾਂ ਨੇ ਆ ਕੇ ਸਾਡੇ ਨਾਲ ਟਾਈਮ ਸ਼ੇਅਰ ਕੀਤਾ ਜੀ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇਨਫੋਰਮੇਸ਼ਨ ਮਿਲੀ ਜੀ ਇੱਥੇ ਸਮਾਪਤ ਕਰਦੇ ਹਾਂ ਥੈਂਕ ਯੂ ਵੈਰੀ ਮਚ ਬਹੁਤ ਬਹੁਤ ਮਿਹਰਬਾਨੀ Namaste, Sat Sri Akaal, Aadab. You're listening to Calgary's most popular radio, Radio Sabrang, 94.7 FM.